ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤ ਪ੍ਰੋਗਰਾਮ ਸਿਹਤ ਸੰਭਾਲ, ਸਿਹਤ ਨੂੰ ਕਿਵੇਂ ਠੀਕ ਰੱਖਣਾ ਆ, ਘਰ ਵਿੱਚ ਪਈਆਂ ਹੋਈਆਂ ਚੀਜ਼ਾਂ ਨੂੰ ਵਰਤਣਾ ਆ, ਹੋਮ ਰੈਮਡੀ ਦੀ ਵਰਤੋਂ ਕਰਨੀ ਆ, ਉਹ ਗੱਲਾਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ, ਜਿਸ ਦੇ ਵਿੱਚ ਤੁਸੀਂ ਵੀ ਕਾਲ ਕਰਕੇ ਕੋਈ ਹੋਮ ਰੈਮਡੀ ਦੱਸ ਸਕਦੇ ਹੋ, ਕੋਈ ਫੀਡਬੈਕ ਦੇ ਸਕਦੇ ਹੋ। ਉਸੇ ਦੇ ਨਾਲ ਨਾਲ ਜੇ ਤੁਹਾਨੂੰ ਕੋਈ ਬਿਮਾਰੀ ਆ, ਛੋਟੀ ਮੋਟੀ ਕੋਈ ਪ੍ਰੋਬਲਮ ਆ, ਉਹਦੇ ਬਾਰੇ ਵੀ ਤੁਸੀਂ ਪੁੱਛ ਸਕਦੇ ਹਾਂ। ਪਰ ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ ਕਿ ਤੁਹਾਨੂੰ ਕਿਹੜੀ ਬਿਮਾਰੀ ਸੀ, ਕੀ ਤੁਸੀਂ ਲਿਆ ਸੀਗਾ, ਤਾਂ ਉਸ ਤੋਂ ਤੁਹਾਨੂੰ ਆਰਾਮ ਆਇਆ, ਉਸ ਦੇ ਨਾਲ ਤੁਸੀਂ ਦੂਜਿਆਂ ਦਾ ਭਲਾ ਕਰ ਰਹੇ ਹੁੰਦੇ ਆ। ਹੁਣ ਅੱਜ ਕੱਲ੍ਹ ਮੌਸਮ ਚੇਂਜ ਹੋ ਰਿਹਾ ਆ, ਮੌਸਮ ਦੇ ਨਾਲ ਨਾਲ ਲੋਕਾਂ ਨੂੰ ਫਲੂ, ਐਲਰਜੀ, ਖੰਘ, ਰੇਸ਼ਾ, ਗਲ ਦਾ ਪੱਕਣਾ, ਛਿੱਕਾਂ ਦਾ ਆਉਣਾ ਬਹੁਤ ਜ਼ਿਆਦਾ ਆ। ਸੋ ਇਹਨਾਂ ਦੇ ਲਈ ਵੀ ਇਲਾਜ ਆ ਤੁਸੀਂ ਜ਼ਰੂਰ ਦੱਸਿਓ, ਕਿਉਂਕਿ ਬਹੁਤ ਸਾਰੇ ਲੋਕ ਆ ਉਹ ਛੇਤੀ ਸਿੱਕ ਹੋਇਆ। ਕਈ ਵਾਰੀ ਮੌਸਮ ਦਾ ਹੁੰਦਾ ਆ, ਕਿਤੇ ਜਦੋਂ ਮੌਸਮ ਚੇਂਜ ਹੁੰਦਾ ਆ, ਕਈ ਵਾਰੀ ਸੁੱਕੀ ਠੰਡ ਹੁੰਦੀ, ਉਹਦੇ ਨਾਲ ਵੀ ਬਹੁਤ ਸਾਰੇ ਲੋਕ ਆ ਉਹ ਬਿਮਾਰ ਹੋ ਜਾਂਦੇ। ਤੁਸੀਂ ਆਪਣਾ ਕੋਈ ਵੀ ਫੀਡਬੈਕ ਦਿਓ, ਕੋਈ ਵੀ ਦੱਸਣਾ ਜ਼ਰੂਰ ਦੱਸਿਓ। ਸਾਡੇ ਕੋਲ ਡਾਕਟਰ ਕੋਈ ਨਹੀਂ ਹੁੰਦਾ ਜਿਹਦੇ ਕੋਲ ਕੋਈ ਲਾਇਸੈਂਸ ਹੋਵੇ, ਅਤੇ ਕੋਸ਼ਿਸ਼ ਕਰਦੇ ਹਾਂ ਜੀ ਕਿ ਇਹਦੇ ਵਿੱਚ ਹੋਮ ਰੈਮਡੀ ਦੀ ਗੱਲ ਹੋਵੇ ਕਿ ਹੋਮ ਰੈਮਡੀ ਕਿਹੜੀ ਵਰਤਣੀ ਚਾਹੀਦੀ ਆ। ਸੋ ਕੋਸ਼ਿਸ਼ ਕਰਿਆ ਕਰੋ ਕਿ ਕੋਈ ਵੀ ਆਪਣਾ ਫੋਨ ਨੰਬਰ ਨਾ ਛੱਡਣ ਦੀ ਕੋਸ਼ਿਸ਼ ਕਰਿਆ ਕਰੋ, ਕਿਉਂਕਿ ਬਾਅਦ ਵਿੱਚ ਅੱਗੋਂ ਪਿੱਛੋਂ ਕੋਈ ਮੈਂ ਹੀ ਨਹੀਂ ਬੈਠੀ ਹੁੰਦੀ, ਹੋਰ ਵੀ ਸਾਡੇ ਕਈ ਜਿਹੜੇ ਇੱਥੇ ਕੰਮ ਕਰਦੇ ਬੈਠੇ ਹੁੰਦੇ ਆ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਕਿਹੜੀ ਗੱਲ ਕਰ ਰਹੇ ਹਾਂ, ਕਿਹਦਾ ਫੋਨ ਨੰਬਰ ਮੰਗ ਰਹੇ ਹਾਂ, ਕਿਹਦਾ ਦੇਣਾ, ਕਿੱਥੇ ਕਿਸੇ ਦਾ ਫੋਨ ਆ, ਉਹ ਨਹੀਂ ਉਹਨਾਂ ਨੂੰ ਪਤਾ ਹੁੰਦਾ। ਇੱਕੋ ਸ਼ੋਅ ਨਹੀਂ ਹੁੰਦਾ, 24 ਆਵਰ ਰੇਡੀਓ ਸਟੇਸ਼ਨ ਆ, ਇਸ ਕਰਕੇ ਮੁਸ਼ਕਲ ਦਾ ਸਾਹਮਣਾ ਸਾਨੂੰ ਕਰਨਾ ਪੈ ਜਾਂਦਾ। ਸੋ ਕੋਸ਼ਿਸ਼ ਤੁਸੀਂ ਇਹੀ ਕਰਨੀ ਆ ਕਿ ਤੁਸੀਂ ਜੇ ਤੁਹਾਨੂੰ ਹੋਮ ਰੈਮਡੀ ਦਾ ਪਤਾ ਆ ਤਾਂ ਤੁਸੀਂ ਦੱਸ ਦਿਓ, ਅਤੇ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਤਾਂ ਉਹਦੇ ਬਾਰੇ ਪੁੱਛ ਲਓ, ਕਿਉਂਕਿ ਹੋਮ ਰੈਮਡੀ ਵਰਤਦੇ ਸੀ ਸਾਡੇ ਬਜ਼ੁਰਗ, ਹੋਮ ਰੈਮਡੀ ਵਰਤਦੇ। ਹੁਣ ਅਸੀਂ ਤੁਹਾਡੀਆਂ ਕਾਲਸ ਵੱਲ ਵੀ ਚਲਾਂਗੇ, ਬਾਕੀ ਪੰਜਾਬੀ ਰੇਡੀਓ ਯੂਐਸਏ ਨੂੰ ਤੁਸੀਂ ਰੇਡੀਓ ਸੈੱਟ 'ਤੇ, ਨੈੱਟ 'ਤੇ, ਉੱਤੇ ਕਾਰਾਂ ਦੇ ਵਿੱਚ ਜਿੱਥੇ ਜਿੱਥੇ ਪੰਜਾਬੀ ਰੇਡੀਓ ਯੂਐਸਏ ਦੇ ਸਟੇਸ਼ਨ ਆ ਉੱਥੇ ਸੁਣਦੇ ਹੋ। ਤੁਸੀਂ ਨਾਲ ਦੀ ਨਾਲ ਐਪ ਨੂੰ ਡਾਊਨਲੋਡ ਕੀਤਾ ਹੋਇਆ ਆ ਉਹ ਸੁਣਦੇ ਹੋ, ਅਤੇ ਜਦੋਂ ਤੁਸੀਂ ਤੁਹਾਨੂੰ ਨਹੀਂ ਵੀ ਕੋਈ ਪ੍ਰੋਬਲਮ ਨਾ, ਸੁਣ ਕੇ ਲਿਖ ਲਿਆ ਕਰੋ, ਕਿਉਂਕਿ ਜਦੋਂ ਫਿਰ ਪ੍ਰੋਬਲਮ ਪੈਂਦੀ ਆ ਤਾਂ ਫਿਰ ਤੁਸੀਂ ਦੱਸ ਦਿੰਦੇ ਹੋ ਵੀ ਪਿਛਲੇ 1 ਸਾਲ ਦੱਸਿਆ ਸੀ ਪ੍ਰੋਗਰਾਮ, ਉਹ ਪਿਛਲੇ ਸਾਲ ਹੀ ਦੱਸ। ਸੋ ਤੁਸੀਂ ਨਾਲ ਦੀ ਨਾਲ ਲਿਖ ਲਿਆ ਕਰੋ, ਹੋ ਸਕਦਾ ਤੁਸੀਂ ਕਿਸੇ ਦਾ ਭਲਾ ਕਰ ਸਕਦੇ ਹਾਂ। ਕਾਲਸ ਵੀ ਲੈਂਦੇ ਹਾਂ ਅਤੇ ਵੀ ਕਰਦੇ ਹਾਂ ਕਿ ਕੋਈ ਇਲਾਜ ਦੱਸੋ। ਸੁਖਵਿੰਦਰ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਕੁਐਸਚਨ ਕਰ ਸਕਦੀ? ਹਾਂਜੀ ਹਾਂਜੀ ਹਾਂਜੀ। ਮੇਰਾ ਕੁਐਸਚਨ ਹੈ ਜੀ, ਮੇਰਾ ਮੂੰਹ ਪੱਕਦਾ ਬਾਰ ਬਾਰ ਬਹੁਤ ਜ਼ਿਆਦਾ, ਮੂੰਹ ਮਤਲਬ ਮੇਰੀ ਇਕੱਲੀ ਜੀਭ ਪੱਕਦੀ ਹੈ ਸਾਈਡ ਤੋਂ, ਇੱਕ ਸਾਈਡ। ਹਾਂਜੀ ਇੱਕ ਸਾਈਡ ਤੋਂ ਹੀ, ਅਤੇ ਮਤਲਬ ਕਾਫੀ ਟਾਈਮ ਹੋ ਗਿਆ ਹੁਣ, ਜਿਵੇਂ ਆਲਮੋਸਟ 3-4 ਸਾਲ ਹੋ ਗਏ। ਇਹਨਾਂ ਨੇ ਟੈਸਟ ਵੀ ਕੀਤਾ ਮੇਰਾ, ਡਾਕਟਰ ਨੇ ਬਾਇਓਪਸੀ ਵੀ ਕਰੀ ਆ, ਕੁਛ ਨਹੀਂ ਹੈਗਾ, ਠੀਕ ਹੈ। ਇੱਕ ਕਹਿੰਦੇ ਲਾਈਕ ਏ ਅਲਸਰ, ਹੈ ਨਾ, ਬਟ ਕਹਿੰਦੇ ਵੀ ਸਾਡੇ ਕੋਲ ਇਹਦਾ ਕੋਈ ਇਲਾਜ ਨਹੀਂ ਹੈਗਾ। ਜੀਭ 'ਚ ਅਲਸਰ ਕਹਿੰਦੇ ਆ? ਹਾਂਜੀ ਇਟਸ ਏ ਕਾਇੰਡ ਆਫ ਅਲਸਰ ਕਹਿੰਦੇ। ਅੱਛਾ। ਯਾ ਜਿਵੇਂ ਆਪਾਂ ਨੂੰ ਅੰਦਰ ਬੋਡੀ ਵਿੱਚ ਗੋਲਮੇਲ ਹੋ ਗਈ ਗੱਲ ਹੈ। ਹਾਂਜੀ ਠੀਕ। ਤੇ ਕਾਫੀ ਜਿਵੇਂ ਮੈਂ ਆਪਰੇਸ਼ਨ ਬਹੁਤ ਹੁੰਦੀਆਂ, ਮੈਨੂੰ ਜਿਹੜੀ ਇਹਨਾਂ ਦੀਆਂ ਬੇਸਿਕ ਦਵਾਈਆਂ ਇਹਨਾਂ ਨੇ ਉਹ ਮੈਨੂੰ ਟਰਾਈ ਕਰ ਲਿਆ, ਮੈਂ ਸਾਰਾ ਕੁਝ, ਮੈਂ ਹਨਾ ਕੋਈ ਫਰਕ ਨਹੀਂ ਪਿਆ ਹੁਣ। ਬਸ ਮੈਨੂੰ ਬਸ ਕਹਿੰਦੇ ਵੀ ਤੁਸੀਂ ਇੱਕ ਕੁੱਲੀਆਂ ਕਰਨ ਵਾਸਤੇ ਦਵਾਈ ਦਿੱਤੀ ਹੋਈ, ਉਹ ਵੀ ਲੌਂਗ ਟਾਈਮ ਲਈ, ਜ਼ਿਆਦਾ ਗੁੱਟ ਨਹੀਂ ਹੈ ਕਿ ਸਟੀਰਾਇਡ ਹੈਗੇ ਉਹਦੇ ਵਿੱਚ, ਹਨਾ। ਠੀਕ ਹੈ ਹਾਂਜੀ। ਯਾ ਸੋ ਬਸ ਇਹਦੇ ਬਾਰੇ ਵੀ ਪੁੱਛਣਾ, ਤੁਹਾਡੀ ਜੀਭ ਇੱਕ ਪਾਸੇ ਤੋਂ ਪੱਕਦੀ? ਹਾਂਜੀ ਬਾਰ ਬਾਰ। ਠੀਕ ਹੈ। ਕਈ ਵਾਰ ਬਿਲਕੁਲ ਠੀਕ ਹੋ ਜਾਂਦੀਆਂ, ਲੱਗਦਾ ਵੀ ਕੋਈ ਉਹ ਨਹੀਂ, ਪਰ ਕਈ ਵਾਰ ਫਿਰ ਥੋੜੇ ਚਿਰ ਬਾਅਦ, ਆਫਟਰ 3-4 ਮੰਥ ਬਾਅਦ ਫਿਰ ਉਹੀ ਪ੍ਰੋਬਲਮ ਹੋ ਜਾਂਦੀ ਹੈ। ਅੱਛਾ ਆਨ ਆਫ ਰਹਿੰਦੀ ਹੈ? ਹਾਂਜੀ ਆਨ ਆਫ ਰਹਿੰਦੀ ਆ। ਠੀਕ ਹੈ ਕੋਈ ਨਹੀਂ, ਸੁਣਦੇ ਰਹੋ ਫਿਰ। ਠੀਕ ਹੈ ਓਕੇ ਜੀ, ਥੈਂਕ ਯੂ। ਥੈਂਕ ਯੂ। ਹਾਂਜੀ ਜ਼ਰੂਰ ਦੱਸਿਓ ਜੀ, ਜੀਭ ਇਹਨਾਂ ਦੀ ਆਨ ਆਫ ਰਹਿੰਦੀ ਆ, ਫਿਰ ਕੀ ਗੜਬੜਿਆ, ਬਹੁਤੀ ਵਾਰ ਤਾਂ ਕਹਿੰਦੇ ਹੁੰਦੇ ਨਾ ਢਿੱਡ 'ਚ ਪ੍ਰੋਬਲਮ ਹੈ। ਚਲੋ ਅਸੀਂ ਵੇਟ ਕਰਦੇ ਹਾਂ ਵੀ ਕੋਈ ਨਾ ਕੋਈ ਜਣਾ ਜ਼ਰੂਰ ਦੱਸੂ। ਬਲਜੀਤ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੇਰੀ ਗੈਸ ਭਰਦੀ ਆ। ਗੈਸ ਬੰਦ? ਹਾਂਜੀ ਗੈਸ ਬੰਦ ਜੀ, ਦੱਸ ਦਿਓ ਜੀ, ਤੈਨੂੰ ਪਤਾ ਹੋ ਗਿਆ ਨਾ। ਠੀਕ ਹੈ ਜੀ, ਠੀਕ ਹੈ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ। ਗੈਸ ਬਣਨ ਤੋਂ ਦੱਸੇ ਵੀ ਗਏ ਆ, ਅਤੇ ਤੁਸੀਂ ਵੀ ਇਲਾਜ ਕੋਈ ਜਾਣਾ ਜ਼ਰੂਰ ਦੱਸ ਦਿਓ ਜੀ। ਰਾਜਵਿੰਦਰ, ਰਾਜਵਿੰਦਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰੇ ਬੇਟੇ ਨੂੰ ਬੁਖਾਰ ਚੜ੍ਹਦਾ ਸੀਗਾ ਜੀ, ਹੁਣ ਮੂੰਹ 'ਚ ਛਾਲੇ ਬਹੁਤ ਹੋ ਗਏ ਆ। ਤੁਸੀਂ ਆ ਰੇਡੀਓ ਹੌਲੀ ਕਰੋ। ਹਾਂਜੀ ਹਾਂਜੀ ਇਹ ਕਹਿੰਦੇ ਆ ਕਿ ਬੁਖਾਰ ਚੜ੍ਹਦਾ ਸੀ ਅਤੇ ਛਾਲੇ ਹੋ ਗਏ, ਗਰਮੀ ਹੋ ਗਈ ਉਹਨਾਂ ਦੇ ਮੂੰਹ ਦੇ ਵਿੱਚ, ਛਾਲੇ ਹੋ ਗਏ, ਗਰਮੀ ਹੋ ਗਈ। ਸੋ ਹੁਣ ਤੁਸੀਂ, ਤੁਹਾਡੀ ਆਵਾਜ਼ ਬਹੁਤ ਆਉਂਦੀ ਸੀ, ਮੁੜ ਕੇ ਕਰਕੇ ਦੱਸ ਸਕਦੇ ਬੁਖਾਰ ਉੱਤਰ ਗਿਆ ਜਾਂ ਬੁਖਾਰ ਚੜ੍ਹੀ ਗਿਆ? ਜਸਪਾਲ ਕੌਰ ਜੀ।
ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ। ਮੈਂ ਭੈਣ ਜੀ ਪੁੱਛਣਾ ਸੀਗਾ ਤੁਹਾਨੂੰ ਵੀ ਮੇਰਾ ਨਾ ਢਿੱਡ ਬਹੁਤ ਦੁਖਦਾ ਰਹਿੰਦਾ, ਐ ਨੀ ਵੀ ਥੱਲਿਓ ਦੁਖਦਾ ਉੱਪਰੋਂ, ਜਦੋਂ ਕੁਛ ਖਾਲੀ ਵੀ ਆ ਉਦੋਂ ਵੀ ਤੇ ਉਦੋਂ ਵੀ ਦੁਖਦਾ ਰਹਿੰਦਾ। ਮੈਂ ਇੰਡੀਆ ਗਈ ਸੀ, ਉੱਥੇ ਮੈਨੂੰ ਆਉਂਦੀ ਹੋਈ ਨੂੰ ਜਿੱਦਾਂ ਉਲਟੀਆਂ ਟਿੱਟੀਆਂ ਲੱਗ ਗਈਆਂ ਸੀਗੀਆਂ, ਤੇ ਪਰ ਮੈਂ ਡਾਕਟਰ ਦੇ ਆਪਦਾ ਸਾਰਾ ਚੈੱਕਅਪ ਕਰਾ ਲਿਆ, ਉਹਨਾਂ ਨੇ ਅੰਦਰ ਕੈਮਰਾ ਪਾ ਕੇ ਵੀ ਦੇਖ ਲਿਆ, ਸਾਰਾ ਕੁਛ ਦੇਖ ਲਿਆ, ਉਹ ਕਹਿੰਦੇ ਵੀ ਕੁਛ ਨੀ ਹੈਗਾ, ਪਰ ਮੇਰਾ ਢਿੱਡ ਸਟਿਲ ਦੁਖਦਾ। ਇਹਨਾਂ ਕੋਈ ਕੀੜਾ ਬੈਠਾ ਹਜੇ ਲੁਕੇ ਬੈਠਾ? ਭੈਣ ਜੀ ਹਜੇ ਹਜੇ ਕੀੜੇ ਕੈਮਰੇ ਚ ਨੀ ਆਏ? ਨਹੀਂ 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 ਉਹ ਲੁਕ ਜਾਂਦੇ। ਆਪੇ ਹਟ ਵੀ ਜਾਂਦਾ ਤੇ ਦੁਖਣ ਵੀ ਲੱਗ ਜਾਂਦਾ। ਠੀਕ ਹੈ ਹਾਂਜੀ, ਓਕੇ ਜੀ। ਹਾਂ ਕਈ ਵਾਰੀ ਜਦੋਂ ਤੁਸੀਂ ਪੰਜਾਬ ਜਾਂਦੇ ਆ ਉੱਥੋਂ ਆਪਾਂ ਬਹੁਤ ਕੁਛ ਖਾ ਕੇ ਆਉਂਦੇ ਹਾਂ, ਅਤੇ ਉਹ ਫਿਰ ਜਿਹੜਾ ਨਾ ਕਈ ਖਾਨਿਆਂ ਦੇ ਵਿੱਚ ਜਮ੍ਹਾਂ ਰਹਿੰਦਾ ਆ, ਆਣ ਕੇ ਕਈ ਸਾਰੇ ਲੋਕ ਬਿਮਾਰ ਹੋ ਜਾਂਦੇ, ਜਾ ਕੇ ਨਹੀਂ ਹੁੰਦੇ, ਉਹ ਜਮ੍ਹਾਂ ਹੁੰਦਾ ਰਹਿੰਦਾ ਕੰਮ, ਅਤੇ ਫਿਰ ਉਹਦੇ ਨਾਲ ਆ ਕੇ ਬਿਮਾਰ ਆਪਾਂ ਹੋ ਜਾਂਦੇ। ਅਤੇ ਜ਼ਰੂਰ ਦੱਸਿਓ ਜੀ ਕਿ ਉੱਥੋਂ ਆਏ ਆ, ਬਹੁਤਿਆਂ ਨਾਲ ਹੁੰਦਾ, ਤੁਸੀਂ ਇਕੱਲੇ ਨਹੀਂ ਬਹੁਤਿਆਂ। ਅਗਲੇ ਕਾਲਰ ਨੇ ਸਾਡੇ ਮਨਜੀਤ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੇਰਾ ਨਾ ਦੰਦ ਪਿਛਲਾ ਟੁੱਟਿਆ ਸੀ ਤੇ ਮੈਂ ਪਿਛਲੇ ਵੀਕ ਵੈਨਸਡੇ ਨੂੰ ਕਢਾ ਦਿੱਤਾ ਵਾ, ਤੇ ਉਸ ਤੋਂ ਬਾਅਦ ਡਾਕਟਰ ਦਵਾਈਆਂ ਵੀ ਦਿੱਤੀਆਂ ਵਾ ਤੇ ਉਹ ਦਰਦ ਕਰਨੋਂ ਨਹੀਂ ਹਟਦਾ, ਤੇ ਮੈਂ ਡਾਕਟਰ ਨੂੰ ਫੋਨ ਕੀਤਾ ਸੀ ਅੱਜ ਸਵੇਰੇ, ਉਹ ਕਹਿੰਦਾ ਨੀ ਇਹ ਦਰਦ ਇੱਕ ਦੋ ਵੀਕਾਂ ਹੋਣੀਆਂ ਵਾ, ਤੇ ਉਹਦਾ ਕੋਈ ਦੱਸਿਓ ਜੇ ਕਿੱਦਾਂ ਦਰਦ ਹਟ ਸਕਦੀ ਹੈ? ਬਹੁਤ ਤੰਗ ਆ ਮੈਂ ਤੇ। ਜ਼ਖਮ ਦੁਖਦਾ? ਹਾਂਜੀ ਜ਼ਖਮ, ਉਹ ਦੰਦ ਕੱਢਿਆ ਸੀ ਤੇ ਉਹ ਹਟਿਆ, ਮਤਲਬ ਦਰਦ ਕਰਨੋਂ ਨਹੀਂ ਹਟਦਾ। ਠੀਕ, ਪਹਿਲੋਂ ਤੇ ਉਹ ਮਤਲਬ ਕਢਾ ਵੀ ਟੁੱਟਾ ਸੀ, ਦਰਦ ਤੇ ਨਹੀਂ ਸੀ ਕਰਦਾ, ਉਦਾਂ ਹੀ ਮੈਂ ਕਢਾ ਤਾ, ਟੁੱਟਾ ਸੀ ਦੰਦ। ਠੀਕ ਹੈ ਜੀ। ਹਾਂਜੀ ਓਕੇ ਸਤਿ ਸ਼੍ਰੀ ਅਕਾਲ। ਥੈਂਕ ਯੂ। ਜ਼ਖਮ ਇੰਨੇ ਦਿਨ ਦੋ ਰਾਜਾ। ਸਤਿ ਸ਼੍ਰੀ ਅਕਾਲ ਰਾਜ। ਸਤਿ ਸ਼੍ਰੀ ਅਕਾਲ ਆਂਟੀ। ਸਤਿ ਸ਼੍ਰੀ ਅਕਾਲ ਆਂਟੀ ਜੀ, ਮੇਰੇ ਜਿੱਦਾਂ ਏਦਾਂ ਪ੍ਰੋਬਲਮ, ਜਿੱਦਾਂ ਅੱਗੇ ਮੇਰੇ ਜਿੱਦਾਂ ਲੀਵਰ ਨੂੰ ਇਫੈਕਟ ਹੋਇਆ ਸੀ ਕਾਫੀ ਟਾਈਮ ਪਹਿਲਾਂ, ਤਾਂ ਜਿੱਦਾਂ ਸਪਾਈਸੀ ਫੂਡ ਤੋਂ, ਤਾਂ ਹੁਣ ਤਾਂ ਮੈਂ ਜਿੱਦਾਂ ਖਾਂਦਾ ਨਹੀਂ, ਤਾਂ ਹੁਣ ਜਿੱਦਾਂ ਮੈਂ ਕੰਮ ਕਰਦਾ ਹੁੰਦਾ ਕਈ ਵੇਲੇ ਜਿੱਦਾਂ ਮੈਂ ਕੁਛ ਖਾ ਲੈਂਦਾ ਮੈਨੂੰ ਡਕਾਰ ਜਿੱਦਾਂ ਕੌੜੇ ਕੌੜੇ ਜਿਹੇ ਇੱਦਾਂ ਆਉਂਦੇ ਰਹਿੰਦੇ, ਉਹ ਤੋਂ ਮੈਂ ਏਦਾਂ ਕੰਮ 'ਚ ਲੱਗਾ ਰਿਹਾ ਜੀ, ਬਹੁਤਾ ਕੇਅਰ ਨਹੀਂ ਕੀਤਾ, ਹੁਣ ਮੈਨੂੰ ਇੱਦਾਂ ਲੱਗਦਾ ਜਿੱਦਾਂ ਮੇਰੇ ਲੀਵਰ ਨੂੰ ਫੇਰ ਇਫੈਕਟ ਗਿਆ, ਜਿੱਦਾਂ ਉੱਦਾਂ ਡਕਾਰ ਸਹੀ ਹੋ ਗਏ ਆ, ਜਿੱਦਾਂ ਮੈਂ ਜਿੱਦਾਂ ਰੱਖ ਲਓ ਜਿੱਦਾਂ ਰੋਟੀ ਜਿੱਦਾਂ ਸਪਾਈਸੀ ਫੂਡ ਤਾਂ ਬੰਦ ਕੀਤਾ, ਜਾਂ ਫਰੂਟ ਜਾਂ ਇੱਦਾਂ ਖਾਧਾ, ਹੁਣ ਠੀਕ ਆ, ਖਾਣ ਪੀਣ 'ਚ ਕੋਈ ਪ੍ਰੋਬਲਮ ਨਹੀਂ, ਉੱਦਾਂ ਹੁਣ ਜਿੱਦਾਂ ਹੁੰਦਾ ਨਹੀਂ, ਜਿੱਦਾਂ ਹਾਰਟ ਦੇ ਕੋਲੋਂ ਜਿੱਦਾਂ ਬਾਹਰ ਨਹੀਂ ਆਉਂਦਾ, ਜਿੱਦਾਂ ਸੇਕ ਜਿਹਾ ਦੂਏ ਦੇ ਕੋਲੋਂ ਨਿਕਲਦਾ ਆਪਣੇ ਲੀਵਰ ਦੇ ਕੋਲੋਂ, ਇੱਦਾਂ ਹੋਇਆ ਜੀ। ਠੀਕ ਆ। ਤਾਂ ਜਾਂ ਮੈਨੂੰ ਆਂਟੀ ਜੀ ਇੱਕ ਇਹ ਨਹੀਂ ਪਤਾ, ਜਿੱਦਾਂ ਮੇਰਾ ਲਾਸਟ ਹੋ ਗਿਆ ਜਿੱਦਾਂ ਜਿੱਦਾਂ 6 ਮੰਥ ਹੋ ਗਏ ਮੇਰੇ, ਜਿੱਦਾਂ ਦੂਆ ਨਿਕ ਹੋ ਗਿਆ ਸੀ ਆਪਣੇ, ਕੀ ਸ਼ਿੰਗਲ ਵਗੈਰਾ ਨੀ ਜਿੱਦਾਂ ਜਨੇਊ ਕਹਿੰਦੇ, ਸ਼ਿੰਗਲ ਗਰਮੀ ਹੋ ਗਈ ਤੁਹਾਨੂੰ ਬਹੁਤ ਜ਼ਿਆਦਾ ਅੰਦਰ, ਫਿਰ ਜਾਂ ਇੱਕ ਜੀ ਮੈਂ ਜਿੱਦਾਂ ਦਵਾਈ ਇੱਕ ਖਾਂਦਾ ਜਿੱਦਾਂ ਆਪਣੇ ਵਾਸਤੇ ਜਿੱਦਾਂ ਮਾਈਗ੍ਰੇਨ ਵਾਸਤੇ, ਉਹ ਜਿੱਦਾਂ ਬੈਸਟ ਸੀਗਾ, ਉਹ ਵੀ ਥੋੜੀ ਸ਼ਾਇਦ ਗਰਮ ਕਰਕੇ ਮੈਂ 2 ਟਾਈਮ ਖਾਂਦਾ, ਉਹਦੇ ਕਰਕੇ ਵੀ ਤਾਂ ਨਾ ਪ੍ਰੋਬਲਮ ਜਿੱਦਾਂ ਸ਼ਾਇਦ ਹੁੰਦੀ ਆ ਕਈ ਵਾਰ ਤੁਹਾਡੇ, ਫਿਰ ਮੈਂ ਦਵਾਈ ਤਾਂ ਜੀ ਉਹਦਾ ਬੰਦ ਕਰਤੀ ਆ, ਵੀ ਮੈਨੂੰ ਇਹ ਸੀ ਮੈਂ ਕਿਹਾ ਫਿਰ ਜ਼ਿਆਦਾ ਨਾ ਹੋ ਜਾਵੇ, ਜੇ ਲੱਗਦਾ ਹੁੰਦਾ ਨਾ ਤੁਹਾਨੂੰ ਗਰਮੀ ਹੋ ਗਈ ਆ, ਉਹਨੂੰ ਥੋੜਾ ਜਿਹਾ ਬੈਲੈਂਸ ਕਰ ਲਿਆ ਕਰੋ, ਲੱਸੀ ਜਾਂ ਪਾਣੀ ਪਾ ਕੇ, ਦੁੱਧ ਪਾਣੀ 'ਚ ਦੁੱਧ ਪਾ ਕੇ ਥੋੜਾ ਜਿਹਾ ਨਾ ਤਸੀਰ ਠੰਡੀ ਹੋ ਜਾਂਦੀ ਆ। ਹਾਂਜੀ ਆਂਟੀ ਜੀ, ਮੇਰੇ ਤਾਂ ਇੰਨਾ ਜਾਣੀ 2 ਦਿਨ ਬੁਰਾ ਹਾਲ ਹੈ, ਜਿੱਦਾਂ ਮੇਰਾ ਕੰਮ ਸੀਗਾ ਥੋੜਾ ਬੈਂਡਿੰਗ ਜਿਹਾ, ਜਿੱਦਾਂ ਪ੍ਰੂਨਿੰਗ ਵਗੈਰਾ ਬੂਟਿਆਂ ਦੀ ਕਰਦੇ, ਮੈਨੂੰ ਇੱਦਾਂ ਡਕਾਰ ਹੁਣ ਮੇਰਾ ਤਾਂ ਕੰਮ ਨਹੀਂ ਜਿੱਦਾਂ ਹੁੰਦਾ ਪਿਆ ਸੀਗਾ। ਹਾਂਜੀ ਹਾਂਜੀ, ਤੁਹਾਡੇ ਗੈਸ ਬਣ ਗਿਆ। ਤਾਂ ਫਿਰ ਜਿੱਦਾਂ ਲੀਵਰ ਹੋਇਆ ਤਾਂ ਉਹਦੇ ਕਰਕੇ ਜਿੱਦਾਂ ਮੇਰੇ ਜਿੱਦਾਂ ਹੁੰਦਾ ਨਹੀਂ ਸਰੀਰ ਥੱਕ ਜਾਂਦਾ ਆ ਕੇ, ਤਾਂ ਹੁਣ ਜਿੱਦਾਂ ਥੋੜੇ ਕੁ ਦਿਨ ਤੋਂ ਮੈਂ ਇੱਦਾਂ ਦਾ ਫੂਡ ਸਾਰਾ ਜਿੱਦਾਂ ਕੋਕ ਵਗੈਰਾ ਡਰਿੰਕ ਸਾਰਾ ਬੰਦ ਕਰਤਾ, ਤਾਂ ਉਹਦੇ ਨਾਲ ਹੁਣ ਮੈਂ ਬਾਕੀ ਤਾਂ ਠੀਕ ਹੋ ਗਿਆ, ਉੱਦਾਂ ਜਿੱਦਾਂ ਅੱਗੇ ਨਾ ਫਰਕ ਹੈਗਾ, ਇੱਦਾਂ ਲੱਗਦਾ ਵੀ ਜਿੱਦਾਂ ਸੇਕ ਜਿਹਾ ਨਹੀਂ ਨਿਕਲਦਾ ਹੁੰਦਾ, ਜਿੱਦਾਂ ਉੱਥੋਂ ਕੋਈ ਜਿੱਦਾਂ ਬਾਹਰ ਨਹੀਂ ਜਿਹਾ ਹੁੰਦਾ, ਇੱਦਾਂ ਜੇ ਕਿਸੇ ਨੂੰ ਹੋਵੇ ਤੋਂ ਵੀ ਇਨਫੈਕਸ਼ਨ ਵਾਸਤੇ ਮੈਂ ਫਿਰ ਕਰ ਲੂੰ ਜੋ। ਥੈਂਕ ਯੂ ਆਂਟੀ। ਥੈਂਕ ਯੂ ਜੀ। ਯੋ ਅਗਲੇ ਕਾਲਰ ਨੇ ਸਾਡੇ ਰਾਜਵਿੰਦਰ। ਸਤਿ ਸ਼੍ਰੀ ਅਕਾਲ ਰਵਿੰਦਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਿਸਟਰ। ਜਿੱਦਾਂ ਮੇਰਾ ਬੱਚਾ ਜਿੱਦਾਂ 6 ਸਾਲਾਂ ਦਾ ਆ, ਉਹਨੂੰ 1 ਹਫ਼ਤਾ ਹੋ ਗਿਆ ਜਿੱਦਾਂ ਆਪਣਾ ਨਾ ਸਿਰ ਲਹਾਉਂਦਾ ਰਹਿੰਦਾ ਆ। ਸਿਰ ਹਿਲਾਉਂਦਾ ਰਹਿੰਦਾ? ਹਾਂਜੀ, ਸਿਰ ਲਹਾਉਂਦਾ ਰਹਿੰਦਾ ਜਿੱਦਾਂ ਹਨਾ। ਆਪਣੇ ਆਪ ਹਿਲਦਾ ਜਾਂ ਆਦਤ ਪੈ ਗਈ? ਆਪਣੇ ਆਪ ਨਹੀਂ ਨਹੀਂ ਆਦਤ ਤਾਂ ਨਹੀਂ ਪਈ ਹੈਗੀ, ਜਿੱਦਾਂ ਨਾ ਉਹ ਪਤਾ ਨਹੀਂ ਲੱਗਦਾ, ਆਪਣੇ ਆਪ ਹਿਲਦਾ। ਤੇ ਫਿਰ ਅਸੀਂ ਡਾਕਟਰ ਕੋ ਵੀ ਲੈ ਕੇ ਗਏ ਸੀ, ਉਹ ਕਹਿੰਦਾ ਇਹਨੂੰ ਜਿੱਦਾਂ ਟਿਕਸ ਜਿੱਦਾਂ ਇੱਧਰ ਕਹਿ ਦਿੰਦੇ ਆ ਉਹ ਵਾਲੀ ਪ੍ਰੋਬਲਮ ਆ, ਤੇ ਫਿਰ ਉਹਨੂੰ ਹੋਰ ਰੈਫਰ ਕੀਤਾ, ਪਰ ਹਜੇ ਸਾਡਾ ਅਪੁਆਇੰਟਮੈਂਟ ਨਹੀਂ ਸਾਨੂੰ ਮਿਲੀ ਹੈਗੀ ਉੱਥੇ। ਫਿਰ ਜਿੱਦਾਂ ਕੁਝ ਦੇਸੀ ਇਲਾਜ ਹੋਵੇ ਉਹਦੇ ਬਾਰੇ ਪਲੀਜ਼ ਮੈਨੂੰ ਦੱਸਿਓ। ਠੀਕ ਹੈ ਜੀ। ਹਾਂਜੀ, ਸੁਣਦੇ ਰਹੋ ਤੁਸੀਂ, ਜ਼ਰੂਰ ਜੀ ਦੱਸਿਓ। ਬੱਚਿਆਂ ਨੂੰ ਕਈ ਵਾਰ ਪ੍ਰੋਬਲਮਾਂ ਹੋ ਜਾਂਦੀਆਂ ਆ, ਕਈ ਵਾਰ ਟੈਂਪਰੇਰੀ ਵੀ ਹੁੰਦੀਆਂ ਆ, ਤੇ ਉਹ ਤੁਸੀਂ ਜ਼ਰੂਰ ਸ਼ੇਅਰ ਕਰ ਲਓ। ਕੁਲਵਿੰਦਰ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਜਿੱਦਾਂ ਪਹਿਲੇ ਕਾਲਰ ਨਹੀਂ ਦੱਸ ਕੇ ਗਏ, ਉਹਨਾਂ ਦੀ ਜੀਭ ਪੱਕੀ ਰਹਿੰਦੀ ਆ। ਹਾਂਜੀ,
ਤੇ ਮੇਰੇ ਵੀ ਉਸ ਤਰ੍ਹਾਂ ਹੀ ਜੀਵ ਤੇ ਵੀ ਥੋੜਾ ਆ, ਪਰ ਮੇਰੀਆਂ ਜਿੱਦਾਂ ਆਪਾਂ ਗੱਲਾਂ ਕਹਿ ਦਿੰਦੇ ਆ ਗੱਲਾਂ ਵਾਲੀ ਅੰਦਰਲੀ ਸਕਿਨ ਵਿੱਚ ਮੇਰੇ ਵੀ ਇੱਦਾਂ ਹੀ ਆ, ਜਿੱਦਾਂ 5-6 ਮਹੀਨੇ ਤੋਂ ਲਾ ਲਓ, ਸਾਲ ਤੋਂ ਲਾ ਲਓ। ਅੱਛਾ। ਤੇ ਜਿੱਦਾਂ ਸਪਾਈਸੀ ਕੁਛ ਨੀ ਖਾ ਸਕਦੀ, ਹਟ ਜਾਂਦਾ ਹੋ ਜਾਂਦਾ, ਇੱਦਾਂ ਹੀ ਆ ਮੇਰੇ ਵੀ। ਮੈਂ ਵੀ ਬਹੁਤ ਡਾਕਟਰਾਂ ਨੂੰ ਦਿਖਾਇਆ ਪਰ ਮੇਰੇ ਵੀ ਫਰਕ ਨੀ ਪਿਆ। ਠੀਕ ਹੈ। ਤੇ ਦੂਸਰਾ, ਹਾਂਜੀ, ਮੈਂ ਪੁੱਛਣਾ ਸੀ, ਤੇ ਇੱਕ ਮੇਰੀ ਹਾਰਟ ਬੀਟ ਬਹੁਤ ਉੱਪਰ ਜਾਂਦੀ ਆ, ਬਸ ਜਿੱਦਾਂ ਆਪਣੇ ਫੋਨ ਦੀ ਬਿੱਲ ਵੀ ਜਦੋਂ ਵੱਜਦੀ ਆ, ਬਸ ਚੱਕਣ ਜਾਂਦੀ ਜਾਂਦੀ ਮੇਰੀ ਹਾਰਟ ਬੀਟ ਵੱਜ ਜਾਂਦੀ ਆ, ਵੀ ਇਹਦੇ ਬਾਰੇ ਕਿਸੇ ਨੂੰ ਪਤਾ ਹੋਵੇ ਤਾਂ ਡਰ ਲੱਗਦਾ ਤੁਹਾਨੂੰ, ਹੈਨਾ? ਹਾਂਜੀ, ਇੱਦਾਂ ਹੋਇਆ ਆ, ਤੇ ਕਿਸੇ ਨੂੰ ਵੀ ਪਤਾ ਹੋਵੇ ਤਾਂ ਚਲੋ ਹੈਲਪ ਹੋਜੂਗੀ। ਠੀਕ ਹੈ ਜੀ, ਹੈਨਾ? ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਕਈ ਵਾਰ ਕਿਸੇ ਬਿਮਾਰੀ ਤੋਂ ਕੋਈ ਬਿਮਾਰੀ ਬਣ ਜਾਂਦੀ ਆ, ਪਰ ਇਹਨਾਂ ਦੀ ਜਿਹੜੀ ਹੈਗੀ ਆ ਹਾਰਟ ਬੀਟ, ਜੇ ਇਕੱਲੀ ਹਾਰਟ ਬੀਟ ਆ ਤਾਂ ਫਿਰ ਤਾਂ ਕਈ ਵਾਰ ਧਨੀਆਂ ਵਗੈਰਾ ਦੱਸਦੇ ਹੁੰਦੇ ਆ, ਪਰ ਹੋ ਸਕਦਾ ਕਿਤੇ ਡਰ ਵੀ ਲੱਗਦਾ ਹੋਵੇ ਤਾਂ ਉਹਨਾਂ ਤੋਂ ਵੀ ਕਈ ਸਾਈਨ ਹੁੰਦੇ ਆ ਵੀ ਕਿਤੇ ਆਹ ਨਾ ਹੋ ਜਾਏ। ਅਗਲੇ ਕਾਲਰ ਨੇ ਬਲਵੰਤ ਕੌਰ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਭੈਣ ਜੀ, ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ, ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਤੇ ਭੈਣ ਜੀ, ਮੈਂ ਨਾ ਮਤਲਬ ਤੋਂ ਹੁਣ ਤਾਂ ਮੈਂ ਤੁਹਾਨੂੰ ਤੁਹਾਡਾ ਸਾਰਾ ਆਪਦਾ ਕਹਿਣ ਦੇ ਬੋਡੀ ਦਾ ਹਾਲ ਦੱਸ ਚੁੱਕੀ ਹਾਂ। ਤੇ ਹੁਣ ਨਾ ਮੇਰਾ ਕਈ ਵਾਰ ਨਾ ਮਤਲਬ ਜਿਸ ਤਰ੍ਹਾਂ ਹੈ ਮੇਰੇ ਸਿਰ ਦੇ ਵਿੱਚੋਂ ਨਾ ਮਤਲਬ ਠੱਕ ਠੱਕ ਦੀ ਆਵਾਜ਼ ਆਉਂਦੀ ਆ, ਕਦੇ ਪਈ ਤੇ ਵੀ ਹੁੰਦੀ ਆ, ਕਦੇ ਕਹਿਣਾ ਹੁੰਦੇ ਆ, ਜਿਸ ਤਰ੍ਹਾਂ ਮੈਂ ਢੂਰਿਆ ਹੀ ਬੈਠੀ ਹਾਂ ਬੈਡ ਨਾਲ, ਉਦੋਂ ਵੀ ਮੈਨੂੰ ਮਤਲਬ ਨਾ ਉਹ ਯਾਨੀ ਮਤਲਬ ਅੱਗੇ ਤੁਹਾਨੂੰ ਪਤਾ ਵੀ ਇੰਨੀਆਂ ਮੈਨੂੰ ਡਿਜ਼ੀਜ਼ ਹੈਗੀਆਂ ਨੇ, ਤੇ ਮੈਨੂੰ ਡਰ ਲੱਗਦਾ ਵੀ ਮੈਂ ਤੱਕਿਆ ਸਮਾਂ ਡਾਕਟਰ ਤਾਂ ਫੀਲ ਪਰ ਦੱਸੂਗੀ, ਪਹਿਲਾਂ ਭੈਣ ਜੀ ਉਹਨਾਂ ਨੂੰ ਪੁੱਛ ਲੂੰ ਕਿਸੇ ਨਾਲ ਰੈਸਟ ਹੁੰਦਾ ਹੋਵੇ ਜਾਂ ਮੈਨੂੰ ਦੱਸੇ ਵੀ ਇਹ ਕੀ ਗੱਲ ਆ, ਹੈ ਨਾ? ਮਤਲਬ ਮੇਰਾ ਸਿਰ ਦੇ ਵਿੱਚ ਠੱਕ ਠੱਕ ਦੀ ਆਵਾਜ਼ ਆਉਂਦੀ ਆ। ਠੀਕ ਹੈ। ਹਾਂਜੀ, ਇਸ ਤਰ੍ਹਾਂ ਕਦੇ ਹੋਇਆ ਨਹੀਂ ਸੀਗਾ, ਬਾਕੀ ਹੁਣ ਇਹ ਨਹੀਂ ਪਤਾ ਕਿ ਕਿਹਾ ਹੋ ਰਿਹਾ, ਕੋਈ ਹੈ ਦਵਾਈਆਂ ਦਾ ਸਾਈਡ ਇਫੈਕਟ ਹੋਵੇ ਜਾਂ ਕੁਛ ਹੋਰ ਹੋਵੇ, ਉਹ ਕਹਿ ਨਹੀਂ ਸਕਦੀ ਮੈਂ। ਇਸ ਲਈ ਪਲੀਜ਼ ਜੇ ਕਿਸੇ ਵੀਰ ਭੈਣ ਨੂੰ ਪਤਾ ਤੇ ਮੈਨੂੰ ਜ਼ਰੂਰ ਦੱਸਿਓ, ਤਾਂ ਕਿ ਮੇਰੀ ਜਿਹੜੀ ਹੈਗੀ ਆ ਮਤਲਬ ਫਿਕਰਮੰਦੀ ਮੈਨੂੰ ਤੂੰ ਨਾ ਹੋਵੇ। ਇਸ ਕਰਕੇ ਸਤਿ ਸ਼੍ਰੀ ਅਕਾਲ ਭੈਣ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ। ਠੱਕ ਠੱਕ ਦੀ ਅੱਗੇ ਵਾਰੀ ਵੀ ਪਤਾ ਲੱਗਾ ਸੀ ਕਿਸੇ ਦੇ ਸਿਰ ਦੇ ਵਿੱਚ ਠੱਕ ਠੱਕ। ਗੁਰਦੀਪ ਕੌਰ ਜੀ। ਹਾਂਜੀ ਬੇਟਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਫਰਕੜੀ ਪੰਜੀਰੀ ਖਾ ਕੇ ਵੇਖ ਲੈਣ, ਠੱਕ 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 ਪੜ ਜਾਏਗੀ। ਇੱਕ ਨੁਸਖਾ ਹੋਰ ਹੈਗਾ, ਮੈਂ ਅਗਲੇ ਮੰਗਲਵਾਰ ਦੱਸਾਂਗੀ, ਲਿਖ ਕੇ ਰੱਖਾਂਗੀ। ਜਿਨ੍ਹਾਂ ਦੀ ਹਾਰਟ ਬੀਟ ਵੱਧਦੀ ਹੈ ਨਾ, ਸਵੇਰੇ ਸਵੇਰੇ ਪਪੀਤਾ ਨਿਰਨੇ ਕਾਜੇ 2 ਲੌਂਗ ਪੀਸ ਕੇ ਪਾ ਕੇ ਖਾ ਲੈਣ। ਗਲੋਹ ਦਾ ਪਾਊਡਰ ਅੱਧਾ ਚਮਚ, ਚੁਟਕੀ ਕਾਲੀ ਮਿਰਚ ਪਾ ਕੇ ਨਾ, ਤੇ ਮੂਲੀ ਦੇ ਜੂਸ ਚ ਘੋਲ ਕੇ ਠੰਡਾ ਪੀਣ। ਇਹ ਵਰਤਿਆ ਨੁਸਖਾ ਬੜਾ ਆਰਾਮ ਆਉਂਦਾ ਹੈ। ਔਲਾ ਪਾਊਡਰ 1 ਚਮਚ ਮਿਸ਼ਰੀ ਪਾ ਕੇ ਨਾ, ਉਹ ਵੀ ਜੂਲੀ ਆਪਣੀ ਮੂਲੀ ਦੇ ਜੂਸ ਪਾ ਕੇ ਪੀ ਲੈਣ। ਇਹ 2-3 ਚੀਜ਼ਾਂ ਕਰ ਲੈਣ, ਇਹਦੇ ਨਾਲ ਬੜਾ ਉਹਨਾਂ ਨੂੰ ਆਰਾਮ ਆ ਜਾਏਗਾ। ਔਲੇ ਮੁਰੱਬਾ ਸਵੇਰੇ ਸਵੇਰੇ ਖਾਣ, ਜੇ ਫਿਰ ਵੀ ਨਹੀਂ ਆਰਾਮ, ਫਰਕੜੀ ਜਿਹੜੀ ਅਸਲੀ ਹਾਰਟ ਵਾਸਤੇ ਫਰਕੜੀ ਪਹਿਲਾਂ ਸ਼ੁਰੂ ਹੋਈ ਸੀ, ਫਿਰ ਕਈ ਬਿਮਾਰੀਆਂ ਨੂੰ ਆਰਾਮ ਆ ਗਿਆ। ਫਰਕੜੀ ਪੰਜੀਰੀ ਜਿਹੜੀ ਇਹ ਤਾਂ ਬੜੀ ਵਧੀਆ ਚੀਜ਼ ਹੈ। ਤੇ ਬਾਕੀ ਮੈਂ ਤੁਹਾਨੂੰ ਦੱਸਣ ਲੱਗੀ ਹਾਂ, ਜਿਹਨਾਂ ਦੀ ਅੱਧੀ ਜਿਬ ਪੱਕੀ ਹੋਈ ਹੈ ਨਾ, ਹਾਂਜੀ, ਇੱਥੇ ਕਿਸੇ ਦੀ ਪੱਕੀ ਹੋਈ ਸੀ, ਇੱਥੇ ਦੁਕਾਨਾਂ ਤੇ ਤੁਹਾਡੇ ਮਿਲ ਜਾਂਦੇ, ਪਤਾ ਨੀ ਉਹ ਕਿੱਥੋਂ ਬੋਲਦੇ ਨੇ। ਇੱਕ ਸ਼ਰਦ ਚੀਨੀ ਹੁੰਦੀ, ਬਰਾਊਨ ਜੀ ਹੁੰਦੀ ਮਿਸ਼ਰੀ ਤਰ੍ਹਾਂ, ਉਹ ਕੈਨੇਡਾ ਤੋਂ ਬੋਲਦੇ ਸੀ, ਉੱਥੇ ਵੀ ਮਿਲ ਜਾਂਦੇ ਆ, ਜਿਹੜੇ ਫਰੀਜਨ ਤੋਂ ਬੋਲਦੇ ਸੀ ਉੱਥੇ ਵੀ ਸਾਰੇ ਸਟੋਰਾਂ ਚ ਮਿਲ ਜਾਂਦੇ। ਹਾਂਜੀ, ਸ਼ਰਦ ਚੀਨੀ ਹੋਵੇਗੀ, ਬਰਾਊਨ ਜਿਹੀ ਹੋਵੇਗੀ, ਜਿਵੇਂ ਮਿਸ਼ਰੀ ਡਲੀਆਂ ਹੁੰਦੀਆਂ ਨੇ ਏਦਾਂ ਦੀ। ਹਾਂਜੀ, ਲਿਖਿਆ ਹੀ ਹੁੰਦਾ ਉੱਤੇ। ਹਾਂਜੀ ਹਾਂਜੀ, ਲਿਖਿਆ ਹੁੰਦਾ ਸ਼ਰਦ ਚੀਨੀ ਤੇ ਮਿਸ਼ਰੀ, ਤੇ ਇਹਨੂੰ ਸਿਰਫ ਦੋਨੋ ਹੀ ਚੀਜ਼ਾਂ ਰਗੜ ਕੇ ਤੇ ਇਹਨੂੰ ਠੰਡੇ ਦੁੱਧ ਨਾਲ ਮੂੰਹ ਚ ਰੱਖ ਰਿਹਾ ਘੋਲ ਘੋਲ ਕੇ ਪੀਣ, ਅੱਧੀ ਜਿਬ ਵਾਲਿਆਂ ਬਿਲਕੁਲ ਆਰਾਮ ਆਏਗਾ। ਤਵਾ ਚੀਰ ਮਿਸ਼ਰੀ ਦੇ ਸੌਂਫ ਜਿਹੜੀ ਉਹ ਵੀ ਠੰਡੇ ਦੁੱਧ ਚ ਲੈ ਸਕਦੇ ਨੇ। 1-20 ਕੰਡਲ ਦੇ ਕੈਪਸੂਲ ਖਾਣ, 1 ਤੀਰਾ ਗੂੰਦ ਰਾਤ ਨੂੰ ਪਿਓ ਕੇ ਨਾ, ਸਵੇਰੇ ਸ਼ੱਕਰ ਪਾ ਕੇ ਠੰਡੇ ਦੁੱਧ ਨਾਲ ਲੈਣ, 2 ਚਮਚੇ ਪਿਓ ਦੇਣ ਕਰਨ। ਇਹ ਪੱਕਾ ਇਲਾਜ ਹੈ, ਕਿਸੇ ਨੂੰ ਆਰਾਮ ਆਇਆ ਸੀ ਜੀ, ਮੈਂ ਲਿਖ ਲਿਆ, ਮੈਂ ਹੀ ਦੱਸਿਆ ਸੀ ਉਹਨੂੰ, ਹੈ ਨਾ? ਤੇ ਬਾਕੀ ਮੈਂ ਤੁਹਾਨੂੰ ਇਹ ਦੱਸਣ ਲੱਗੀ ਹਾਂ ਵੀ ਉਹ ਭੈਣ ਜੀ ਆ ਨਾ, ਮੇਰੀ ਗੱਲ ਚ ਗਿਲਟੀ ਨੀ ਜਾਂਦੀ, ਉਹ ਫੜਕੜੀ ਪੰਜੀਰੀ ਖਾ ਲੈ, ਗਿਲਟੀ ਖੁਰ ਜਾਏਗੀ। ਤੇ ਕਾਲੀ ਮਿਰਚ ਦਾ ਨਮਕ ਪਾ ਕੇ ਅਲਵੇਰਾ ਦਾ ਗੁੱਦਾ ਘਿਓ ਚ ਭੁੰਨ ਕੇ ਖਾਓ, ਤੇ ਗਿਲਟੀਆਂ ਵਾਸਤੇ, ਗਿਲਟੀ ਵਾਸਤੇ ਤੇ 1 ਕੈਨ ਚੀਜ਼, ਤੇ 2 ਚਮਚੇ ਕਰੋ। ਤੀਜਾ ਕਰ ਲਓ ਗਿਲਟੀਆਂ, ਹਲਦੀ, ਦਾਲਚੀਨੀ, ਜੈਪਲ, ਸੁੰਢ, ਜਵੈਣ, ਕਾਲੀ ਮਿਰਚ ਤੇ ਸੌਂਫ, ਰਿਕਾਰਡ ਵਿੱਚ ਵੇਖ ਕੇ ਲਿਖਣ ਦੇ। 1 ਚਮਚ ਜਿਹੜਾ ਹੈ ਨਾ, ਗਰਮ ਪਾਣੀ ਨਾਲ ਲੈਣ, ਤੇ 3 ਨੁਸਖੇ ਵੇਸਣ ਫਰਕੜੀ ਖਾਂਦਿਆਂ ਨਾਲ ਹੀ ਉਹਨਾਂ ਨੂੰ ਆਰਾਮ ਆ ਜਾਣਾ ਜੇ। ਮੈਂ 3 ਨੁਸਖੇ ਦੱਸਾਂਗੀ ਵਾਲਾਂ ਵਾਸਤੇ, ਰੋਜ਼ ਕਹਿੰਦੇ ਵਾਲ ਝੜਦੇ ਨੇ, ਮੈਂ ਪਹਿਲਾਂ ਵੀ ਕਿਹਾ ਛੇਤੀ ਸਿਰ ਨਾ ਨਹਾਇਆ ਕਰੋ, ਸ਼ੈਂਪੂ ਜਿਹੜਾ ਬਦਲ ਦਿਓ, ਤੇ ਘਿਓ ਦਾ ਮਸਾਜ ਕਰੋ, ਜੇ ਮੁੜ ਕੇ ਤੁਹਾਡੇ ਵਾਲ ਝੜੇ ਤੇ ਫਿਰ ਵੇਖੋ।
ਅਸੀਂ ਕਰਨਾ ਮੇਥੇ ਜਿਹੜੇ ਨਾ ਥੋੜਾ ਜਿਹਾ ਪਿਓ ਦਿਓ 250 ਗ੍ਰਾਮ, ਰਾਤ ਨੂੰ ਪਾਣੀ ਚ ਪਿਓ ਕੇ ਰੱਖ ਦਿਓ, ਸਵੇਰੇ ਪਾਣੀ ਨਿਚੋੜ ਕੇ ਨਾ ਤਾਂ ਉਹਨੂੰ ਪਾ ਸੁੱਕਣੇ ਪਾ ਦੇਣੇ, ਜਿਹੜੇ ਸੁੱਕ ਜਾਣਗੇ ਨਾ ਤੇ ਪੀਸ ਕੇ ਉਹਨੂੰ ਤੇ ਕੋਕੋਨਟ ਤੇਲ ਤੇ ਬਦਾਮ ਰੋਗਣ ਤੇ ਕਲੌਂਜੀ ਦਾ ਤੇਲ ਮਿਕਸ ਕਰਕੇ ਨਾ ਤੇ ਉਹਨੂੰ ਉਹ ਸਿਰ ਤੇ ਲੈਣ, ਮਿਕਸ ਕਰਕੇ ਰੱਖ ਲੈਣ, ਵਾਲ ਕਦੀ ਐ ਆ ਜਾਣਗੇ ਜਿਵੇਂ ਕੋਈ ਚੀਜ਼ ਉਗਰੀ ਹੁੰਦੀ। ਇਹਦੇ ਨਾਲ ਕੋਕੋਨਟ ਤੇਲ, ਬਦਾਮ ਰੋਗਣ, ਕਲੌਂਜੀ ਦਾ ਤੇਲ ਤੇ ਔਲੇ ਦਾ ਤੇਲ ਉਹ ਵੀ ਲਾ ਲੈਣ ਤੇ ਘਿਓ ਦੀ ਮਸਾਜ ਕਰਨੇ, ਤਿੰਨੇ ਨੁਸਖੇ ਵਰਤ ਲੈਣ, ਵਾਲ ਉਹਨਾਂ ਦੇ ਬਹੁਤ ਆਉਣਗੇ। ਮੇਰੇ ਤੇ ਇੰਡੀਆ ਜਰਾ ਕੀ ਰਹਿ ਗਿਆ ਸੀ, ਆਰਾਮ ਆ ਗਿਆ ਮੈਨੂੰ। ਤੇ ਉਹ ਕਬਜ਼ ਪਰ ਉਹ ਕਹਿੰਦੇ ਜਦੋਂ ਰੋਟੀ ਖਾਂਦੇ ਨੇ ਨਾ ਇੱਕ ਟਮਾਟਰ ਲੈ ਲਓ, ਉਹਨੂੰ ਚਾਰ ਚੀਰੇ ਕਰ ਲਓ, ਉਹਦੇ ਕਾਲਾ ਨਮਕ ਪਾ ਕੇ ਰੋਟੀ ਦੇ ਨਾਲ ਗਨਾਹੀਆਂ ਦੇ ਨਾਲ ਹੀ ਪਾਈ ਜਾਣਾ, ਬੁਰਕੀ ਦੇ ਨਾਲ ਹੀ, ਠੀਕ ਆ। ਤੇ ਉਹਨਾਂ ਦੀ ਜਿਹੜੀ ਕਬਜ਼ ਹੈ ਨਾ ਤੁਸੀਂ ਰਾਤੀ ਵੇਖਣੀ ਖੁੱਲ ਜਾਣਗੇ। ਇਹ ਵਰਤਿਆ ਸੀ ਮੈਂ, ਫਿਰ ਵੇਖ ਲੈਣੀ ਨੀ ਪਈ, ਆਰਾਮ ਆਇਆ ਤੇ ਕਿਸੇ ਹੋਰ ਨੂੰ ਵੀ ਦੱਸਾਂਗੇ ਅਸੀਂ। ਤਾਂ ਇੱਕ ਬਾਬਾ ਸੀਰ ਦਾ ਮੂਲੀ ਉਹ ਦੱਸ ਗਿਆ ਸੀ, ਉਬਾਲ ਕੇ ਜੀ ਸਦਕੇ ਪੀਓ, ਥੋੜਾ ਗਰਮ ਪੈਂਦਾ ਹੈ। ਇੱਕ ਮੂਲੀ ਦਾ ਜੂਸ ਕੱਢ ਲਓ ਤੁਸੀਂ, ਅੱਧਾ ਕੁ ਗਲਾਸ ਦੇ ਵਿੱਚ ਥੋੜੀ ਜਿਹੀ 50 ਕੁ ਗ੍ਰਾਮ ਜਾਂ 25-30 ਗ੍ਰਾਮ ਰਸੌਂਤ ਪਾ ਦਿਓ, ਕੁੱਟ ਕੇ ਉਹਨੂੰ ਕਾੜੋ। ਜਦੋਂ ਪਾਣੀ ਸੁੱਕ ਜਾਏਗਾ ਨਾ ਰਸੌਂਤ ਰਹਿ ਜਾਏਗੀ ਸੰਘਣੀ, ਤੇ ਉਹਨੂੰ ਠੰਡਾ ਕਰਕੇ ਗੋਲੀਆਂ ਵੱਟੋ ਤੇ ਸਵੇਰੇ ਸ਼ਾਮੀ ਠੰਡੇ ਪਾਣੀ ਨਾਲ ਲਓ ਤੇ ਛੋਲੇ ਕੇ ਦਾਣੇ ਜਿੰਨੀ ਗੋਲੀ ਚਾਹੀਦੀ। ਇੱਕ ਮੂਲੀ ਦਾ ਜੂਸ ਨਿੰਬੂ ਨਿਚੋੜ ਕੇ ਲੈਣਾ ਤਾਂ ਉਹਨਾਂ ਨੂੰ ਬੜੀ ਛੇਤੀ ਆਰਾਮ ਆਏਗਾ। ਤੇ ਜਾਂਗਰ ਤੇ ਤੁਲਸੀ ਦਾ ਪਾਊਡਰ ਜਿਹੜਾ ਨਾ ਸ਼ਹਿਦ ਨਾਲ ਚੱਟਣ, ਜਿਹੜੇ ਖੰਘ ਖੰਘ ਰੋਜ਼ ਕਰਦੇ ਆਰਾਮ ਆ ਜਾਏਗਾ। ਬਦਾਮ ਤੇ ਮਨੱਕੇ ਤੇ ਖਸਖਸ ਤਿੰਨੇ ਚੀਜ਼ਾਂ ਕੁੱਟ ਕੇ ਨਾ ਸ਼ਹਿਦ ਨਾਲ ਖਾਣ ਤੇ ਤੋਂ ਗਰਮ ਦੁੱਧ ਲੈਣ, ਖੰਘ ਦਾ ਜ਼ਰੂਰੀ ਹੈ। ਇੱਕ ਚਮਚਾ ਰਾਤੀ ਮੇਥੇ ਦੇ ਰਾਤ ਨੂੰ ਭਿਓ ਕੇ ਪਾਣੀ 'ਚ ਰੱਖ ਲਓ, ਸਵੇਰੇ ਉਸੇ ਧੋ ਸੁਆਰ ਕੇ ਰੱਖਣੇ, ਉਸੇ ਪਾਣੀ ਨੂੰ ਉਬਾਲਣਾ, ਵਿੱਚ ਗੁੜ ਪਾ ਲੈਣਾ ਥੋੜਾ ਜਿਹਾ, ਸੌਂਫ ਤੇ ਇਲਾਚੀ ਪਾ ਕੇ ਮਲੱਠੀ ਪਾ ਕੇ ਕਾਢ ਲਓ। ਜਦੋਂ ਅੱਧਾ ਰਹਿ ਜਾਏਗਾ ਨਾ ਫਿਰ ਉਹਨੂੰ ਪੁਣ ਕੇ ਨਾ ਤੇ ਤੁਸੀਂ ਥੋੜਾ ਜਿਹਾ ਉਹਨੂੰ ਵਿੱਚ ਘਿਓ ਪਾ ਕੇ ਤੇ ਰਾਤ ਨੂੰ ਪੀਣਾ, ਉੱਤੋਂ ਪਾਣੀ ਨਹੀਂ ਪੀਣਾ, ਤੇ ਵੇਖ ਲਿਆ ਤੁਸੀਂ ਉਹਨਾਂ ਨੂੰ ਕਿੰਨਾ ਆਰਾਮ ਆਉਂਦਾ ਜੇ, ਹੈ ਨਾ। ਤੇ ਮੈਂ ਤੁਹਾਨੂੰ ਇੱਕ ਨੁਸਖਾ ਬਸ ਇੱਕ ਦੋ ਹੀ ਦੱਸਾਂਗੀ, ਮੇਰੀ ਵੀ ਗੈਸਟ ਆਏ ਨੇ ਅੱਜ, ਸ਼ਹਿਦ ਗਰਮ ਕਰ ਲਓ ਤੇ ਜਦੋਂ ਉਹ ਪਤਲਾ ਹੋ ਜਾਏਗਾ ਨਾ ਫਿਰ ਉਹਨੂੰ ਠੰਡਾ ਕਰ ਲਓ ਤੇ 10 ਜਿਹੜੀਆਂ ਆਪਣੀਆਂ ਤੁਰੀਆਂ ਨੇ ਲਸਣ ਦੀਆਂ ਛਿੱਲ ਕੇ ਧੋ ਸੁਆ ਕੇ ਵਿੱਚ ਪਾ ਦਿਓ, 3 ਉਹਨੂੰ ਹਿਲਾ ਕੇ ਚੰਗੀ ਤਰ੍ਹਾਂ ਕੱਜ ਕੇ ਤੇ ਰੱਖ ਦਿਓ। ਇੱਕ ਤੁਸੀਂ ਸ਼ਹਿਦ ਸਵੇਰੇ ਤੁਹਾਡਾ ਗੈਸ ਕਸਟੋਲ ਤੇ ਆਪਣਾ ਸਾਰਾ ਕੁਝ ਠੀਕ ਹੋ ਜਾਏਗਾ। ਇੱਕ ਹੀ ਰੋਜ਼ ਖਾਣੀ, ਜਦੋਂ 10 ਮੁੱਕ ਜਾਣ ਉਸੇ ਸ਼ਹਿਦ ਨੂੰ ਗਰਮ ਕਰਕੇ ਠੰਡਾ ਕਰਕੇ ਫਿਰ ਤੁਸੀਂ ਪਾ ਦਿਓ, ਹੈ ਨਾ। ਇੱਕ ਮੈਂ ਤੁਹਾਨੂੰ ਦੱਸਣ ਲੱਗੀ ਸਾਂ ਉਹਦਾ ਨੁਸਖਾ ਸੀ, ਉਹ ਗਿਲਟੀਆਂ ਦੱਸਿਆ, ਵਾਲ ਜਿਹੜੇ ਕਹਿੰਦੇ ਨੇ ਰੋਜ਼ ਹੀ ਝੜ ਜਾਂਦੇ ਨੇ, ਵਾਲ ਹੀ ਸਾਡੇ ਵਾਲਾਂ ਵਾਲਾ, ਮੈਂ ਤੁਹਾਨੂੰ ਦੱਸ ਦਿੱਤਾ ਸਾਰਾ ਨੁਸਖਾ, ਇੱਕ ਨੁਸਖਾ ਰਹਿ ਗਿਆ ਸੀ ਮੈਂ ਤੁਹਾਨੂੰ ਦੱਸ ਦਿਆਂ। ਬਵਾ ਸੀਰ ਜਿਹੜੀ ਹੈ ਨਾ, ਇੱਕ ਜਿਹੜੇ ਮੈਂ ਤੁਹਾਨੂੰ ਪਹਿਲਾਂ ਦੱਸਣ ਲੱਗੀ ਸਾਂ, ਇੱਕ ਨੁਸਖਾ ਇੱਥੇ ਪਿਆ ਸੀ ਹੁਣੇ, ਜਿਹੜਾ ਔਲਾ ਮੁਰੱਬਾ ਹੈ ਨਾ ਇਹਨੂੰ ਠੰਡੇ ਪਾਣੀ ਨਾਲ ਖਾਣ, ਜਿਹਨਾਂ ਨੇ ਮੂੰਹ ਚ ਜਿਭ ਜਿਹਨਾਂ ਦੀ ਜਿਭ ਪੱਕੀ ਹੋਈ ਹੈ, ਜਿਹਨਾਂ ਦੀ ਜਿਭ ਪੱਕੀ ਨਾ, ਠੰਡਾ ਪਾਣੀ ਲੈਣ ਤੇ ਲੀਚੀ ਦਾ ਜੂਸ ਪੀ ਲੈਣ, ਇਹ ਤਾਂ ਸੌਖਾ ਹੈ ਨਾ। ਬਸ ਫਿਰ ਮੈਂ ਹੁਣ ਥੋੜੇ 2-4 ਹੀ ਦੱਸੇ ਨੇ ਅੱਜ ਨੁਸਖੇ, ਤੇ ਫਿਰ ਅੱਗੋ ਕਰਾਂਗੇ ਅਗਲੇ ਮੰਗਲਵਾਰ ਨੂੰ ਸਲਾਹ ਵੀ ਕੀ ਕਰਨਾ ਆਪਾਂ, ਠੀਕ ਹੈ। ਇੱਕ ਤੁਸੀਂ ਨਾ ਆਹ ਵੀ ਕਰ ਲਓ, ਆਪਣਾ ਅਦਰਕ ਨੂੰ ਕ੍ਰਸ਼ ਕਰਕੇ ਨਾ ਨਚੋੜ ਕੇ ਪਾਣੀ ਕੱਢ ਲਓ ਥੋੜਾ ਜਿਹਾ, 2 ਚਮਚਾ ਜਿੰਨਾ ਕਿ ਉਸ ਵੇਲੇ ਆਪਾਂ ਯੂਜ ਕਰਨਾ ਹੈ, ਉਹਦੇ ਵਿੱਚ ਥੋੜੀ ਜਿਹੀ ਕਾਲੀ ਮਿਰਚ ਪਾ ਕੇ ਨਾ ਸ਼ਹਿਦ ਪਾ ਕੇ ਚੱਟੋ ਰਾਤ ਨੂੰ, ਤੇ ਇਹਦੇ ਨਾਲ ਖੰਘ ਸੁੱਕੀ ਗਿੱਲੀ ਜਿਹੜੀ ਹਟ ਜਾਂਦੀ ਹੈ। ਤੇ ਬਾਕੀ ਮੈਂ ਤੁਹਾਨੂੰ ਉਹ ਦੱਸ ਦਿੱਤੀ, ਇੱਕ ਤੁਹਾਡੇ ਨਾਲ ਕਲੌਂਜੀ ਮੇਥੇ ਤੇ ਅਸ਼ਵਗੰਧਾ, ਇਹ ਮੈਂ ਲੈਂਦੀ ਰਹੀ ਹਾਂ, ਮੇਰੇ ਬੜੇ ਗੋਡੇ ਗਿੱਟੇ ਪੀੜ ਕਰਦੇ ਸੀ। ਮੇਥੇ ਕਲੌਂਜੀ ਤੇ ਅਸ਼ਵਗੰਧਾ ਕੁੱਟ ਕੇ ਨਾ 1/2 ਚਮਚਾ ਕੋਸੇ ਦੁੱਧ ਨਾਲ ਮੈਂ ਰਾਤ ਨੂੰ ਲੈਂਦੀ ਰਹੀ ਹਾਂ, ਤੇ ਉਹਦੇ ਨਾਲ ਦਰਦਾਂ ਪੀੜਾਂ ਹੱਡੀਆਂ ਤੇ ਮੈਨੂੰ ਇੰਨਾ ਆਰਾਮ ਆਇਆ, ਤੇ ਫੇਸ ਤੇ ਵੀ ਐਂ ਲੱਗੇ ਜਿਵੇਂ ਪਤਾ ਨਹੀਂ ਕੀ ਖਾ ਲਿਆ, ਮੈਂ ਮਹੀਨਾ ਖਾਂਦੀ ਰਹੀ ਹਾਂ, ਤੇ ਬਿਲਕੁਲ ਮੈਂ ਠੀਕ ਹੋ ਗਈ, ਉੱਥੇ ਇੰਡੀਆ ਹੀ ਕਰਦੀ ਰਹੀ ਹਾਂ। ਓਕੇ ਬੇਟੇ, ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਜੀ। ਜਸਵਿੰਦਰ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਮੈਂ ਪੁੱਛਣਾ ਸੀ ਕਿ ਕਿਸੇ ਦੇ ਬੇਬੀ ਹੋਇਆ ਮਹੀਨੇ ਕੁ ਦਾ, ਤਾਂ ਉਹ ਲੇਡੀ ਜਦੋਂ ਆਪਾਂ ਪੰਜੀਰੀ ਬਣਾ ਕੇ ਖਾਈ ਦੀ, ਜਦੋਂ ਖਾਂਦੀ ਉਹਨੂੰ ਕਾਬਜ਼ ਬਹੁਤ ਹੋ ਜਾਂਦੀ ਹੈ ਮਾਮ ਨੂੰ, ਠੀਕ ਹੈ ਹਾਂਜੀ, ਉਹਦੇ ਬਾਰੇ ਕੋਈ ਪੁੱਛਣਾ ਹੈ? ਠੀਕ ਹੈ, ਪੁੱਛੋ। ਓਕੇ, ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਨੇ ਜਸਵੀਰ, ਜਸਵੀਰ ਜੀ ਸਤਿ ਸ੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ। ਹਾਂਜੀ ਹਾਂਜੀ, ਮੈਂ ਆਪਣੇ ਨਾ ਫੀਡਬੈਕ ਦੇਣੀ ਸੀਗੀ ਜੀ। ਹਾਂਜੀ, ਤੇ ਮੈਨੂੰ ਪੁਰਾਣਾ ਬਹੁਤ ਫਲੂ ਰਹਿੰਦਾ ਹੁੰਦਾ ਸੀਗਾ ਜੀ, ਜਿੱਦਾਂ ਵੀ ਮਗਜ਼ ਘੁੱਟ ਹੋ ਜਾਣਾ, ਛਿੱਕਾਂ ਆਉਣੀਆਂ ਸਵੇਰ ਨੂੰ ਨਾ, ਪਿਛਲੇ ਘੱਟੋ ਘੱਟ 10 ਸਾਲ ਤੋਂ ਸੀਗਾ ਜੀ। ਅੱਛਾ ਜੀ, ਤੇ ਮੈਂ ਤਾਂ ਹੋਮੋਪੈਥਿਕ ਦੀ ਵੀ ਦਵਾ ਆਪਣੇ ਖਾਧੀ ਕਾਫੀ, ਤੇ ਪਰ ਮੈਨੂੰ ਫਰਕ ਨੀ ਪਿਆ ਸੀਗਾ। ਤੇ ਮੈਨੂੰ ਹੁਣ ਜੀ ਫਰਕ ਜਿਹੜੀ ਚੀਜ਼ ਨਾ ਪਿਆ, ਇਹ ਹੈਗਾ ਜੀ, ਇੱਕ ਬਦਾਮ, ਚਿੱਟੇ ਮਗਜ਼, ਹਾਂਜੀ, ਕਾਲੀ ਮਿਰਚ ਖਾਸ ਖਾਸ, ਤੇ ਇਹਦੇ ਵਿੱਚ ਬਰਾਊਨ ਸ਼ੂਗਰ ਪਾ ਲੈਣੀ ਜੀ। ਹਾਂਜੀ,
ਤੇ ਇਹ ਇੱਕ ਟਾਈਮ ਬਸ ਖਾਣੀ ਆ, ਚਮਚਾ ਖਾ ਲਓ ਦੁੱਧ ਦੇ ਨਾਲ ਰਾਤ ਨੂੰ ਸੌਣ ਲੱਗੇ, ਤੇ ਇਹਦੇ ਨਾਲ ਜੀ 100% ਫਰਕ ਪਿਆ। ਮੈਨੂੰ ਪਿਛਲੇ 10 ਸਾਲ ਦਾ ਸੀਗਾ ਜੀ, ਛਿੱਕਾਂ ਜ਼ੁਕਾਮ ਸਾਰਾ ਕੁਛ ਸੀ ਇੱਦਾਂ, ਹਨਾ। ਠੀਕ ਹੈ, ਹਾਂਜੀ ਇਹ ਦੱਸਣਾ ਸੀਗਾ ਜੀ। ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਹਾਂ, ਜਿਹੜੀਆਂ ਚੀਜ਼ਾਂ ਤੁਸੀਂ ਦੱਸੀਆਂ ਇਹਨਾਂ ਦੇ ਨਾਲ ਤੁਹਾਡਾ ਇਮਿਊਨ ਸਿਸਟਮ ਸਟਰੋਂਗ ਹੋ ਗਿਆ। ਅੱਜ ਜਿਹਨਾਂ ਨੂੰ ਜ਼ਿਆਦਾ ਛੇਤੀ ਛਿੱਕਾਂ ਹੀ ਲੱਗ ਜਾਂਦੀਆਂ ਆ, ਨੱਕ ਚੋਣ ਲੱਗ ਜਾਂਦਾ ਆ, ਬਹੁਤ ਕੁਛ ਹੋ ਜਾਂਦਾ, ਇਮਿਊਨ ਸਿਸਟਮ ਸਾਡੇ ਮਾੜੇ ਹੋ ਗਏ ਆ। ਪਰ ਜਿਹੜੀਆਂ ਤੁਸੀਂ ਚੀਜ਼ਾਂ ਦੱਸੀਆਂ ਨਾ, ਬਹੁਤ ਵਧੀਆ ਆ, ਇਹਨਾਂ ਨਾਲ ਇਮਿਊਨ ਸਿਸਟਮ ਬਹੁਤ ਗੁੱਡ ਰਹਿੰਦਾ। ਰਾਣੀ ਜੀ, ਰਾਣੀ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਇੱਕ ਮਿੰਟ ਦਿਓ ਮੈਨੂੰ, ਐਮਰਜੈਂਸੀ ਆ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਨਰਿੰਦਰ, ਹੈਲੋ, ਸਤਿ ਸ਼੍ਰੀ ਅਕਾਲ। ਜੀ ਮੈਂ ਪੁੱਛਣਾ ਸੀ ਕਿ ਕੰਨਾਂ 'ਚ ਨਾ ਸਾਂ ਕਿਸੇ ਕਿਹਾ ਸੀ ਬਹੁਤ ਜ਼ਿਆਦਾ ਹੁੰਦੀ ਆ, ਹਾਂਜੀ, ਉਹਦਾ ਕੋਈ ਕਿਸੇ ਨੇ ਕੋਈ ਪਤਾ ਹੋਵੇ ਤਾਂ ਜ਼ਰੂਰ ਦੱਸਣ। ਅੱਛਾ, ਸ਼ਾਇਦ ਮੈਂ ਕਿਹਾ ਇਲਾਜ ਦੱਸਣ ਲੱਗੇ ਤੁਸੀਂ। ਨਹੀਂ ਨਹੀਂ ਜੀ, ਮੈਂ ਪੁੱਛਦੀ ਹਾਂ ਵੀ ਕੰਨਾਂ 'ਚ ਸਾਂ ਬਹੁਤ ਹੁੰਦੀ ਆ। ਮੈਂ ਕਿਹਾ ਥੋੜ੍ਹੇ ਵੱਜਦੇ ਸੀ ਕਿਸੇ ਦੇ, ਥੋੜ੍ਹੇ ਵੀ ਵੱਜਦੇ ਸੀਗੇ। ਅੱਛਾ, ਹਾਂਜੀ ਹਾਂਜੀ, ਠੀਕ ਹੈ, ਓਕੇ ਓਕੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਆ ਜਿਹੜੇ ਹੋਲਡ 'ਤੇ, ਪਲੀਜ਼ ਹੋਲਡ 'ਤੇ ਬਣੇ ਰਹਿਣਾ, ਪਰਮਜੀਤ ਜੀ ਹੋਲਡ 'ਤੇ ਬਣੇ ਰਹਿਣਾ, ਆਪਾਂ ਇੱਕ ਬ੍ਰੇਕ ਲੈਣੀ ਆ। ਅਤੇ ਉਸ ਤੋਂ ਪਹਿਲਾਂ ਦੱਸੀਏ ਕਿ ਜਿਹੜੇ ਲੋਕਾਂ ਨੇ ਇਲਾਜ ਪੁੱਛੇ ਆ, ਛੋਟੇ ਛੋਟੇ ਹੈਗੇ ਆ, ਉਹਦੇ ਬਾਰੇ ਜ਼ਰੂਰ ਦੱਸਿਓ। ਹੁਣ ਇੱਕ ਕਬਜ਼ ਬਾਰੇ ਆਇਆ ਸੀਗਾ, ਹੁਣ ਕਬਜ਼ ਬਾਰੇ ਤਾਂ ਪਤਾ ਆਪਾਂ ਬਹੁਤ ਵਾਰੀ ਦੱਸ ਚੁੱਕੇ ਹਾਂ ਕਿ ਕਬਜ਼ ਬਾਰੇ ਤਾਂ ਸਾਰੀਆਂ ਪੀ ਨਾਲ ਰਲਦੇ ਜਿਹੜੇ ਸ਼ਬਦ, ਦੂਜੇ ਫਰੂਟ ਆ ਉਹ ਖਾ ਲਿਆ ਕਰੋ, ਸੌਖਾ ਹੀ ਆ, ਇਸ ਨਾਟ ਬਿਮਾਰੀ, ਇਹਨੂੰ ਤੁਸੀਂ ਕੰਟਰੋਲ ਕਰ ਸਕਦੇ। ਪਰ ਆਪਾਂ ਹੁਣ ਜਾਂਦੇ ਜਾਂਦੇ ਪਹਿਲਾਂ ਆਸਟ੍ਰੇਲੀਆ ਵਾਲਿਆਂ ਦੀ ਕਾਲ ਲਾ ਲੈਂਦੇ ਹਾਂ। ਅਮਨ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ ਪ੍ਰੋਗਰਾਮ ਸਿਹਤ ਸੰਭਾਲ। ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਆ, ਕਿਸ ਤਰ੍ਹਾਂ ਜਿਸ ਤਰ੍ਹਾਂ ਦਾ ਵੀ ਕੋਈ ਮਾਹੌਲ ਚੱਲ ਰਿਹਾ ਹੁੰਦਾ ਉਸ ਤੋਂ ਕਿਸ ਤਰ੍ਹਾਂ ਬਚ ਕੇ ਰਹਿਣਾ, ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਆਪਾਂ ਕਰਾਂਗੇ। ਪੰਜਾਬੀ ਰੇਡੀਓ USA ਦੇ ਨਾਲ ਤੁਸੀਂ ਜੁੜਦੇ ਹੋ ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ ਜਾਂ ਕੋਈ ਹੋਰ ਤੁਹਾਡੇ ਕੋਲ ਸਾਧਨ ਆ, ਜਿਸ ਤਰ੍ਹਾਂ ਵੀ ਤੁਸੀਂ ਜੁੜੇ ਹੋ, ਆਪ ਸਭ ਦਾ ਸਵਾਗਤ ਹੈ ਜੀ। ਅਤੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਬੀਸਲਾ ਪ੍ਰਭਾਤ, ਤੇਜਿੰਦਰ ਸਿੰਘ ਗਿੱਲ, ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਔਰ ਮੰਗਟ ਓਹਾਇਓ, ਸੰਤ ਸਿੰਘ ਅਤੇ ਦੇਬਾ, ਕਰਨੈਲ ਸਿੰਘ ਰੰਧਾਵਾ ਡਲਿਕ, ਸੁਰਿੰਦਰ ਕੌਰ ਸਿੰਘ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ, ਜੁਬਾ ਸਿਰੀ, ਬਲਜੀਤ ਸਿੰਘ, ਹਰਦੀਪ ਕੌਰ ਧੰਸੀ, ਕਿਰਨ ਕਮਲ, ਜਸਵਿੰਦਰ ਕੌਰ ਸੈਕਰਮੈਂ, ਕੁਲਵੰਤ ਸਿੰਘ, ਨਵਿੰਦਰ ਕੌਰ ਡਬਲਨ, ਜੁਚਾਰ ਸਿੰਘ, ਸੁਰਿੰਦਰ ਕੌਰ ਗਿੱਲ ਐਲ ਗਰੁੱਪ, ਮੁਸ਼ਿਆਣਾ ਪਰਿਵਾਰ, ਯੂਨੀਅਨ ਸਿਟੀ, ਹਰਜੀਤ ਸਿੰਘ ਲੈਥਰੋਪ, ਸੁਰਿੰਦਰਜੀਤ ਕੌਰ ਸੈਂਟਾ ਕਲੇਰਾ, ਸੁਨਰੀਤ ਕੌਰ ਸ਼ੇਰਗਿੱਲ ਬੇਕਰਸਫੀਲਡ, ਬਹਾਦਰ ਸਿੰਘ, ਉਹਨਾਂ ਦਾ ਫੋਨ ਨੰਬਰ 5594920513। ਹੋਮੋਪੈਥੀ ਦੀ ਇਨਫੋਰਮੇਸ਼ਨ ਤੁਸੀਂ ਉਹਨਾਂ ਲੈ ਸਕਦੇ ਹੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਪ੍ਰੋਗਰਾਮਾਂ ਨੂੰ ਸਪੋਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਪਰਮਾਤਮਾ ਅੱਗੇ ਤੁਹਾਡੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਤੁਸੀਂ ਸੇਵਾ ਕਰਦੇ ਰਹੋ। 4082725200 ਸਟੂਡੀਓ ਦਾ ਫੋਨ ਨੰਬਰ ਹੈ, ਚਲਾਂਗੇ ਤੁਹਾਡੇ ਕਾਲਸ ਵੱਲ। ਸਾਡੇ ਕੋਲ ਡਾਕਟਰ ਕੋਈ ਨਹੀਂ ਗਾ ਜੀ, ਅਤੇ ਤੁਸੀਂ ਇੱਥੇ ਪੁੱਛ ਦੱਸ ਸਕਦੇ, ਜੇ ਕੁਛ ਤੁਹਾਨੂੰ ਪਤਾ ਆ ਜਾਂ ਤੁਸੀਂ ਕੁਛ ਪੁੱਛਣਾ ਆ ਉਹ ਤੁਸੀਂ ਪੁੱਛ ਦੱਸ ਸਕਦੇ ਆ। ਜੁੜੇ ਨੇ ਸਾਡੇ ਨੰਬਰ ਰਿੰਦਰ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਪੁੱਛਣਾ ਸੀਗਾ ਕਿਡਨੀ ਜਿੱਦਾਂ ਲੋ ਹੋਈ ਆ, ਠੀਕ ਆ, ਦੱਸ ਰਿਹਾ ਤੁਸੀਂ ਅੱਗੇ ਵੀ ਰਹਿੰਦੇ, ਚੇਤਾ ਨਹੀਂ ਰਿਹਾ ਕਿਹੜੀ ਚੀਜ਼ ਆ ਉਹ, ਮਾੜਾ ਜੇ ਕਿਸੇ ਨੂੰ ਦੁਬਾਰਾ ਪਤਾ ਹੋਵੇ ਤਾਂ ਦੱਸੇ ਵੀ ਕਿਹੜੀ ਚੀਜ਼ ਆ ਉਹ ਪਾ ਕੇ ਆਪਾਂ ਪੀਣੀ ਹੁੰਦੀ ਆ। ਠੀਕ ਆ, ਹਾਂਜੀ ਕਿਡਨੀ ਲੋ ਹੋ ਗਈ ਆ ਬੰਦੇ ਦੀ। ਠੀਕ ਆ, ਪੁੱਛ ਲੈਂਦੇ ਆਪਾਂ। ਹਾਂਜੀ, ਓਕੇ ਜੀ, ਓਕੇ, ਥੈਂਕ ਯੂ ਜੀ, ਥੈਂਕ ਯੂ। ਅਤੇ ਜਿਹਨਾਂ ਦੀਆਂ ਕਾਲਾਂ ਡਰੋਪ ਹੋ ਗਈਆਂ, ਦੁਬਾਰਾ ਕਾਲ ਕਰ ਲਓ ਜੀ, 4082725200। ਰਾਣੀ ਕਾਲੋਂ ਜੀ। ਹਾਂਜੀ ਸਤਿ ਸ਼੍ਰੀ ਅਕਾਲ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਬਲਵਿੰਦਰ ਜੀ, ਮੈਂ ਇੱਕ ਕੁਐਸਚਨ ਪਹਿਲਾਂ ਪੁੱਛ ਲਵਾਂ, ਕਿਉਂਕਿ ਫਿਰ ਮੈਨੂੰ ਯਾਦ ਨਾ ਭੁੱਲ ਜਾਏ, ਕਿ ਰਾਤ ਨੂੰ ਨਾ ਕਈ ਵਾਰੀ ਜਿੱਦਾਂ ਪੈਰਾਂ ਦੇ ਉੱਪਰ ਛੱਤ ਦੇ ਵਿੱਚ ਬਹੁਤ ਅਜੀਬ ਕਿਸਮ ਦੀ ਦਰਦ ਹੁੰਦੀ ਆ, ਕਦੇ ਕਦੇ ਹੁੰਦੀ ਆ ਪਰ ਹਮੇਸ਼ਾ ਨਹੀਂ ਹੁੰਦੀ। ਤੇ ਜਾਂ ਫਿਰ ਇੱਕ ਕਿਸੇ ਨੇ ਪੁੱਛਿਆ ਸੀ ਕਿ ਉਹਨਾਂ ਦੇ ਉਂਗਲਾਂ ਦੇ ਵਿੱਚ ਇੱਦਾਂ ਦਰਦ ਹੁੰਦੀ ਆ। ਹਾਂਜੀ, ਤੇ ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਣ। ਪਹਿਲਾਂ ਮੈਂ ਦੱਸੂਗੀ ਜੀ, ਦਿਲ ਦੀ ਧੜਕਣ ਲਈ ਨਾ, ਹਾਂਜੀ, ਇਹਦੇ ਲਈ 2-3 ਚੀਜ਼ਾਂ ਆਪਾਂ ਲੈਣੀਆਂ ਆ, ਕੋਈ ਦਵਾਈ ਨਹੀਂ ਲੈਣੀ। ਨਿੰਬੂ ਦੀ ਸਕੰਜ ਵੀ ਪੀ ਸਕਦੇ ਹਾਂ, ਗਾਜਰ ਦੇ ਜੂਸ ਵਿੱਚ ਨਿੰਬੂ ਨਿਚੋੜ ਕੇ, ਕਿਉਂਕਿ ਆਪਣੇ ਰੇਡੀਓ ਤੇ ਦੱਸਿਆ ਆ ਸਾਰਾ ਕੁਛ, ਮੈਂ ਉਹੀ ਦੱਸੂਗੀ ਮੈਂ। ਹਾਂਜੀ,
ਤੇ ਗਾਜਰ ਦੇ ਜੂਸ ਚ ਨਿੰਬੂ ਨਿਚੋੜ ਕੇ ਲੈ ਸਕਦੇ ਹਾਂ ਤੇ ਔਲੇ ਦਾ ਚੂਰਨ ਲੱਸੀ ਦੇ ਨਾਲ ਲੈ ਸਕਦੇ ਹਾਂ। ਹਾਂਜੀ, ਤੇ ਜਿਹੜਾ ਕੰਨਾਂ ਚ ਸਾਂ ਸਾਂ ਆ ਇਹ ਕਿਸੇ ਨੇ ਆਪਣੇ ਦੱਸਿਆ ਸੀ ਕਿ ਇੱਕ ਸੁੰਢ ਲੈ ਕੇ ਨਾ ਆਪਣੇ ਕਿਉਂਕਿ ਆਪਾਂ ਹਮੇਸ਼ਾ ਦੱਸਦੇ ਹੁੰਦੇ ਹਾਂ ਵੀ ਜਿਹੜੀ ਵੀ ਚੀਜ਼ ਤੁਸੀਂ ਲੈਣੀ ਸ਼ੁਰੂ ਕਰਦੇ ਆ ਉਹ ਹਮੇਸ਼ਾ ਚਮਚੇ ਦਾ ਅੱਧਾ ਹਿੱਸਾ ਲੈਣਾ ਸ਼ੁਰੂ ਕਰੋ ਜੇ ਕਿਸੇ ਨੇ ਇੱਕ ਚਮਚਾ ਦੱਸਿਆ ਆ ਤਾਂ, ਕਿਉਂਕਿ ਕਈਆਂ ਨੂੰ ਗਰਮੀ ਹੋ ਜਾਂਦੀ ਆ ਜਾਂ ਕਈਆਂ ਨੂੰ ਸੁੰਢ ਵੀ ਨਹੀਂ ਪਚਦੀ ਤਾਂ ਮੈਂ ਦੱਸਦੀ ਹਾਂ। ਉਹਦੇ ਵਿੱਚ ਗੁੜ ਮਿਕਸ ਕਰਕੇ ਖਾਣਾ ਆ ਤੇ ਆਪਣੇ ਕੰਨਾਂ ਦੇ ਵਿੱਚ ਦੋ ਦੋ ਬੂੰਦਾਂ ਕਾਲੀ ਤੁਲਸੀ ਦਾ ਰਸ ਪਾਉਣਾ ਹੈ। ਹਾਂਜੀ, ਤੇ ਜੇ ਕਿਸੇ ਦੇ ਗੁਰਦੇ ਵਿੱਚ ਪੱਥਰੀ ਆ ਤੇ ਉਹ ਗੰਨੇ ਦਾ ਤਾਜ਼ਾ ਰਸ ਲਗਾਤਾਰ ਪੀਵੇ, ਲਗਾਤਾਰ ਪੀਣਾ ਆ, ਵਿੱਚ ਨਾਗਾ ਨਹੀਂ ਪਾਉਣਾ। ਹਾਂਜੀ, ਤੇ ਇੱਕ ਬਲਵਿੰਦਰ ਜੀ ਕਈ ਵਾਰੀ ਜਿੱਦਾਂ ਆਪਾਂ ਹੁਣ ਉਮਰ ਦੇ ਲਿਹਾਜ਼ ਨਾਲ ਆਪਣੇ ਕਹਿ ਦਿੰਦੇ ਕਿ ਹੱਡੀਆਂ ਕਮਜ਼ੋਰ ਹੋ ਗਈਆਂ ਹਨਾ, ਹਾਂਜੀ ਹਾਂਜੀ, ਉਹਦੇ ਲਈ ਬੜਾ ਸੌਖਾ ਇਲਾਜ ਆ ਵੀ ਜੌਆਂ ਦੀ ਇੱਕ ਮੁੱਠ ਲੈਣੀ ਆ, ਜਿੱਦਾਂ ਜਿੰਨੀ ਤੁਹਾਡੇ ਮੁੱਠ ਚ ਆ ਜਾਣ ਤੇ ਉਹਨਾਂ ਨੂੰ ਰਾਤ ਨੂੰ ਧੋ ਬਣਾ ਕੇ ਪਾਣੀ ਚ ਭੇਜ ਦਿਓ, ਸਵੇਰ ਨੂੰ ਉਹਨਾਂ ਨੂੰ ਗਰਮ ਕਰਕੇ ਉਹ ਪਾਣੀ ਪੀਣਾ ਆ ਤੇ ਕਿਉਂਕਿ ਉਬਾਲਾ ਨੀ ਆਉਣ ਦੇਣਾ। ਹਾਂਜੀ, ਤੇ ਬਾਕੀ ਕਬਜ਼ ਦੀ ਗੱਲ ਕੀਤੀ ਸੀਗੀ ਹਨਾ, ਹਾਂਜੀ, ਜੇ ਹਨਾ ਤੁਸੀਂ ਐਪਲ ਛਿੱਲ ਕੇ ਰਾਤ ਨੂੰ ਗਰਮ ਦੁੱਧ ਦੇ ਨਾਲ ਲਗਾਤਾਰ ਇੱਕ ਹਫ਼ਤਾ ਲੈ ਕੇ ਦੇਖੋ। ਹਾਂਜੀ, ਕੋਈ ਇਹਦੇ ਨਾਲ ਨੂੰ ਦਵਾਈ ਲੈਣ ਦੀ ਲੋੜ ਨੀ, ਏਦਾਂ ਨੀ ਕਰਨਾ ਵੀ ਮੈਂ ਦੋ ਦਿਨ ਖਾਧਾ ਸੀ ਜੀ ਮੈਨੂੰ ਫਰਕ ਨੀ ਪਿਆ, ਨਹੀਂ, ਲਗਾਤਾਰ ਇੱਕ ਹਫ਼ਤਾ ਖਾ ਕੇ ਦੇਖੋ ਤੇ ਇਹਦੇ ਨਾਲ ਤੁਹਾਨੂੰ ਹੌਲੀ ਹੌਲੀ ਜਦੋਂ ਫਰਕ ਪਊਗਾ ਫਿਰ ਤੁਹਾਨੂੰ ਪਤਾ ਲੱਗ ਜਾਣਾ ਵੀ ਵਾਕਿਆ ਹੀ ਇਹ ਅਸਰ ਕਰ ਰਿਹਾ ਆ, ਨਾਲੇ ਕੋਈ ਮਾੜੀ ਚੀਜ਼ ਨੀ ਐਪਲ, ਪਰ ਦੁੱਧ ਜਿਹੜਾ ਉਹ ਗਰਮ ਜਾਂ ਕੋਸਾ ਪੀਣਾ ਆ, ਠੰਡਾ ਕਰਕੇ ਨੀ ਪੀਣਾ। ਅੱਛਾ, ਤੇ ਜੇ ਤੁਹਾਨੂੰ ਨਹੀਂ ਸ਼ੂਗਰ ਹੈਗੀ ਤੇ ਫਿਰ ਵਿੱਚ ਮਿੱਠਾ ਪਾ ਲਓ ਦੁੱਧ ਦੇ, ਜੇ ਤੁਹਾਨੂੰ ਸ਼ੂਗਰ ਆ ਤੇ ਮਿੱਠਾ ਨਾ ਪਾਓ। ਹਾਂਜੀ, ਬਾਕੀ ਨੀਂਦ ਦੀ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਆ ਸਾਡੀ ਕੇ ਜਦੋਂ ਆਪਣੀ ਏਜ ਹੋ ਜਾਂਦੀ ਆ, ਕਈਆਂ ਦੀ ਵੈਸੇ ਬੋਡੀ ਏਦਾਂ ਦੀ ਹੁੰਦੀ ਕਿ ਉਹਨਾਂ ਨੂੰ ਪ੍ਰੋਬਲਮ ਹੀ ਰਹਿੰਦੀ ਆ। ਉਹੀ ਤਾਂ ਗੱਲ ਆ ਹਨਾ, ਤੇ ਬਦਾਮ ਲੈਣੇ ਆ ਛੋਟੇ ਛੋਟੇ ਜਿਹੜੇ ਮਿਲਦੇ ਆ ਉਹ 50 ਗ੍ਰਾਮ ਲੈ ਲੈਣੇ ਆ, ਸੇਮ ਚੀਜ਼ਾਂ ਜਿੱਦਾਂ ਲੈਣੀਆਂ ਆ, ਕੱਦੂਕਸ ਆਪਣੇ ਕੱਦੂ ਦੇ ਬੀਜ ਲੈਣੇ ਆ, ਪੰਪਕਿਨ ਸੀਡ 50 ਗ੍ਰਾਮ ਤੇ ਛੁਆਰੇ ਲੈਣੇ ਆ 50 ਗ੍ਰਾਮ ਤੇ ਖਸ ਖਸ ਜਿਹੜੀ ਆ 25 ਗ੍ਰਾਮ ਲੈਣੀ। ਇਹਨਾਂ ਸਾਰੀਆਂ ਚੀਜ਼ਾਂ ਨੂੰ ਪੀਸ ਲੈਣਾ ਤੇ ਆਪਣਾ ਦੂਜਾ ਘੱਟ ਪੀਸ ਹੁੰਦੇ ਆ ਛੁਆਰੇ ਤਾਂ ਇਹਨਾਂ ਨੂੰ ਓਦਾਂ ਛੋਟਾ ਛੋਟਾ ਕੱਟ ਲਓ ਜਿੱਦਾਂ ਜੋ ਵੀ ਆ, ਇਹਨੂੰ ਦੁੱਧ ਵਿੱਚ ਬੋਇਲ ਕਰ ਲਓ ਜੇ ਨਹੀਂ ਵਿੱਚ ਪੀਸ ਹੁੰਦੇ ਤਾਂ, ਬਾਕੀ ਚੀਜ਼ਾਂ ਪੀਸ ਕੇ ਇੱਕ ਚਮਚਾ ਰਾਤ ਨੂੰ ਸੌਣ ਲੱਗੇ ਦੁੱਧ ਨਾਲ ਲੈਣਾ ਸ਼ੁਰੂ ਕਰ ਦਿਓ, ਇਹ ਵੀ ਲਗਾਤਾਰ ਲੈਣਾ ਪੈਣਾ ਆ ਤੇ ਫਿਰ ਉਹਦੇ ਨਾਲ ਫਰਕ ਪੈਣਾ ਆ। ਏਦਾਂ ਨੀ ਹੈਗਾ ਵੀ ਕਹਿਣਾ ਵੀ ਕੋਈ ਨੀ ਇੱਕ ਦੋ ਦਿਨ ਲੈ ਲਿਆ ਜੇ ਨਹੀਂ ਫਰਕ ਪਿਆ ਤੇ ਕੋਈ ਗੱਲ ਨੀ ਹਨਾ। ਅੱਛਾ, ਬਾਕੀ ਬਲਵਿੰਦਰ ਜੀ ਜੋੜਾਂ ਚ ਦਰਦਾਂ ਬਹੁਤ ਹੁੰਦੀਆਂ ਆ ਕਈਆਂ ਦੇ ਹਨਾ ਜੀ, ਤੇ ਉਹਦੇ ਲਈ ਆਪਾਂ ਕੀ ਕਰਨਾ ਆ ਕਿ ਗਰਮ ਪਾਣੀ ਇੱਕ ਗਲਾਸ ਜਿੱਦਾਂ ਗਲਾਸ ਚਾਹੀਦਾ ਆਪਾਂ ਨੂੰ, ਇੱਕ ਤੁਸੀਂ ਜੀਰਾ ਲੈ ਲੈਣਾ, ਸੌਂਫ ਲੈ ਲੈਣੀ ਆ ਤੇ ਅਜਵਾਇਣ ਲੈ ਲੈਣੀ ਆ, ਤਿੰਨਾਂ ਚੀਜ਼ਾਂ ਨੂੰ ਆਪਾਂ ਰੋਸਟ ਕਰਕੇ ਇਹਨਾਂ ਦਾ ਪਾਊਡਰ ਬਣਾ ਕੇ ਰੱਖ ਲੈਣਾ। ਤੁਸੀਂ ਗਰਮ ਪਾਣੀ ਲੈਣਾ ਇੱਕ ਗਲਾਸ, ਉਹਨੂੰ ਬੋਇਲ ਕਰਨਾ ਆ ਚੰਗੀ ਤਰ੍ਹਾਂ ਬੋਇਲ ਕਰਕੇ, ਫਿਰ ਥੋੜਾ ਜਦੋਂ ਥੋੜਾ ਕੋਸਾ ਪੀਣ ਵਾਲਾ ਹੋ ਗਿਆ ਉਹਦੇ ਵਿੱਚ ਤੁਸੀਂ ਇੱਕ ਚਮਚਾ ਪਾ ਕੇ ਇਹਨਾਂ ਚੀਜ਼ਾਂ ਦਾ ਲੈਣਾ ਸ਼ੁਰੂ ਕਰਨਾ ਹੈ। ਹਾਂਜੀ, ਤੇ ਨਾਲ ਆਪਾਂ ਬਲਵਿੰਦਰ ਜੀ ਕੀ ਕਰਨਾ ਕਿ ਆਪਣੀ ਕਲੌਂਜੀ ਤੇ ਮੇਥੇ ਇਹ ਆਪਾਂ ਹਾਂਜੀ ਇੱਕ ਗਲਾਸ ਪਾਣੀ ਦੇ ਵਿੱਚ ਰਾਤ ਨੂੰ ਭਿਉਂ ਦੇਣੇ ਆ ਤੇ ਇਹਨਾਂ ਨੂੰ ਦਰੜ ਫਰੜ ਕਰ ਲੈਣਾ ਅਸਲ ਦੇ ਵਿੱਚ, ਤੇ ਸਵੇਰ ਨੂੰ ਤੁਸੀਂ ਉਹ ਪਾਣੀ ਨੂੰ ਥੋੜਾ ਜਿਹਾ ਜਿੱਦਾਂ ਬੋਇਲ ਕਰਕੇ ਤੇ ਉਹਦੇ ਵਿੱਚ ਜੇ ਤੁਸੀਂ ਸ਼ਹਿਦ ਪਾਉਣਾ ਚਾਹੁੰਦੇ ਆ ਤੇ ਇੱਕ ਚਮਚਾ ਸ਼ਹਿਦ ਦਾ ਪਾ ਲਓ, ਤੇ ਜਿਹੜਾ ਗਰੀਸ ਖਤਮ ਕਹਿ ਦਿੰਦੇ ਹੋ ਗਈ ਆ ਜੋੜਾਂ ਚੋਂ ਕੱਟ ਕੱਟ ਦੀ ਆਵਾਜ਼ ਆਉਂਦੀ ਆ, ਇਹ ਲਗਾਤਾਰ ਪੀਣ ਨਾਲ ਇਹਦੀ ਚਾਹ ਜਿਹੀ ਤੇ ਉਹ ਬਿਲਕੁਲ ਠੀਕ ਹੋ ਜੂ, ਇਹ ਦੋਏ ਚੀਜ਼ਾਂ ਯੂਜ਼ ਕਰਨੀਆਂ ਆ। ਠੀਕ ਆ, ਹਾਂਜੀ, ਇਹ ਕਰਕੇ ਲਗਾਤਾਰ ਦੇਖਣ ਤੇ ਬਹੁਤ ਫਰਕ ਪਊਗਾ। ਤੇ ਬਾਕੀ ਮੈਂ ਸੁਣਦੀ ਹਾਂ ਜੇ ਕੋਈ ਹੋਰ ਚੀਜ਼ ਹੋਈ ਤਾਂ, ਮੈਂ ਉਹੀ ਲੱਭ ਰਹੀ ਸੀ ਆਪਣੀਆਂ ਲਿਖ ਲਿਖ ਜਿਹੜੀਆਂ ਕਾਪੀਆਂ ਭਰੀਆਂ ਆ, ਬਈ ਕਿਸੇ ਨੇ ਹੋਰ ਚੰਗੀ ਚੀਜ਼ ਦੱਸੀ ਹੋਊਗੀ ਤਾਂ ਉਹ ਫਿਰ ਆਪਾਂ ਆਪਣੇ ਸਰੋਤਿਆਂ ਨਾਲ ਜ਼ਰੂਰ ਸਾਂਝੀ ਕਰਾਂਗੇ। ਬਾਕੀ ਇੱਕ ਹਾਂਜੀ ਇੱਕ ਕਬਜ਼ ਲਈ ਹੋਰ ਕਿਸੇ ਨੇ ਲਿਖਾਇਆ ਸੀਗਾ, ਉਹ ਕਹਿੰਦੇ ਕਿ ਜੀਰਾ ਲੈ ਲੈਣਾ, ਮੇਥੀ ਲੈ ਲੈਣੀ ਆ, ਅਜਵਾਇਣ ਲੈ ਲੈਣੀ ਆ, ਸੌਂਫ ਲੈ ਲੈਣੀ ਆ, ਮਿੱਠਾ ਸੋਡਾ ਲੈ ਲੈਣਾ ਤੇ ਕਾਲਾ ਨਮਕ ਲੈ ਲੈਣਾ। ਕਹਿੰਦਾ ਇਹ ਸਾਰੀਆਂ ਚੀਜ਼ਾਂ ਤੁਸੀਂ ਮਿਕਸ ਕਰਕੇ ਰੱਖੋ ਬਰਾਬਰ ਆਪਣੇ, ਬਾਕੀ ਸਾਰੀਆਂ ਚੀਜ਼ਾਂ ਬਰਾਬਰ ਬਰਾਬਰ ਲੈਣੀਆਂ, ਪਰ ਸੋਡਾ ਚ
ਚੌਥਾ ਹਿੱਸਾ ਲੈਣਾ ਚਮਚੇ ਦਾ, ਠੀਕ ਆ, ਤੇ ਕਾਲਾ ਨਮਕ ਅੱਧਾ ਚਮਚਾ ਲੈਣਾ, ਤੇ ਇਹ ਤੁਸੀਂ ਨੋਰਮਲ ਪਾਣੀ ਦੇ ਨਾਲ ਇਹਦਾ ਚੌਥਾ ਚਮਚੇ ਦਾ ਚੌਥਾ ਹਿੱਸਾ ਖਾਣਾ ਖਾਣ ਤੋਂ ਬਾਅਦ ਸਵੇਰੇ ਸ਼ਾਮ ਲੈਣਾ ਸ਼ੁਰੂ ਕਰ ਦੀ। ਇਹਦੇ ਨਾਲ ਕਬਜ਼ ਵੀ ਨਹੀਂ ਹੋਊਗੀ, ਗੈਸ ਵੀ ਠੀਕ ਹੋਊਗੀ, ਉਹ ਜਿਹੜੀ ਐਸਟੀਡੀ ਟੀਡੀ ਵਗੈਰਾ ਸਾਰਿਆਂ ਨੂੰ ਹੁੰਦੀ ਆ ਉਹ ਵੀ ਬਿਲਕੁਲ ਇਹਦੇ ਨਾਲ ਠੀਕ ਹੋ ਜਾਊਗੀ। ਇਹ ਵੀ ਆਪਣੇ ਰੇਡੀਓ ਤੇ ਹੀ ਕਿਸੇ ਨੇ ਦੱਸਿਆ ਸੀ। ਹਾਂਜੀ ਠੀਕ ਹੈ ਜੀ, ਤੇ ਠੀਕ ਹੈ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ, ਜੇ ਕਿਸੇ ਨੂੰ ਪਤਾ ਹੋਵੇ ਹਾਂਜੀ ਦਰਦ ਦਾ ਤੇ ਉਹ ਜ਼ਰੂਰ ਦੱਸਣ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਜਿਨ੍ਹਾਂ ਨੇ ਲਿਖੀਆਂ ਕਾਪੀਆਂ ਕਾਲੀਆਂ ਕੀਤੀਆਂ ਕੱਢ ਲਓ। ਜਰਨੈਲ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਮੈਂ ਸੋਰੀ ਫਰਾਈਡੇ ਨੂੰ ਮੈਂ ਪੁੱਛ ਬੈਠੀ ਸੀ, ਇੱਦਾਂ ਹੀ ਵੀ ਸਾਡਾ ਬੇਟਾ ਛੋਟਾ ਜਿਹਾ 5 ਸਾਲ ਦਾ, ਉਹਨੂੰ ਪੋਟੀਆਂ ਬਹੁਤ ਡੇਂਜਰਸ ਹੁੰਦੀਆਂ ਨੇ, ਮਤਲਬ ਕਿ ਉਹਦੇ ਪੋਟੀ ਦੇ ਵਿੱਚ ਖੂਨ ਵੀ ਆ ਰਿਹਾ ਅਤੇ ਉਹਦੀ ਚਰਬੀ ਜੀ ਜਿਵੇਂ ਢਾਬੀ ਹੁੰਦੀ ਐਂ ਹੋ ਰਿਹਾ, ਪਰ ਡਾਕਟਰਾਂ ਨੇ ਕੁਛ ਨਹੀਂ ਦੱਸਿਆ। ਅਸੀਂ ਐਮਰਜੈਂਸੀ ਵੀ ਲਿਖੇ ਗਏ 2-3 ਵਾਰ, ਕੁਛ ਨਹੀਂ ਦੱਸਦੇ, ਨਾ ਕੋਈ ਦਵਾਈ ਦਿੱਤੀ ਆ ਉਹਨਾਂ ਨੇ, ਅਸੀਂ ਬਹੁਤ ਪਰੇਸ਼ਾਨ ਹੈ ਇਸ ਤੋਂ। ਅੱਛਾ, ਉਹਦੇ ਉਹ ਹਟਦੀ ਨਹੀਂ, ਲੂਜ਼ ਮੋਸ਼ਨ ਨਹੀਂ ਹਟਦੇ? ਨਾ ਜੀ ਨਾ। ਠੀਕ ਹੈ, ਉਹਦੇ ਵਿੱਚ ਖੂਨ ਬਲੱਡ ਆ ਰਿਹਾ ਅਤੇ ਉਹ ਚਿਕਨਾਈ ਜੀ ਆ ਰਹੀ ਆ। ਠੀਕ, ਦੂਜਾ ਸਾਡੀ ਬੇਟੀ ਹੈ ਅਤੇ ਉਹ 35 ਸਾਲ ਦੀ ਏਜ ਆ ਉਹਦੀ, ਉਹਦੇ ਟੌਂਸਲ ਹੋ ਗਏ ਦੋਨੇ ਸਾਈਡਾਂ ਦੇ ਉੱਤੇ, ਟੌਂਸਲ ਖੁੱਲ ਗਏ, ਡਾਕਟਰ ਦੇ ਗਏ ਸੀ ਅੱਜ ਲੈ ਕੇ, ਉਹ ਕਹਿੰਦਾ ਵੀ ਇਹਦੇ ਵਿੱਚ ਪਸ਼ ਪਈ ਹੈ ਟੌਂਸਲਾਂ ਦੇ ਵਿੱਚ। ਓਹੋ, ਅੱਛਾ। ਹਾਂ, ਉਹ ਬੜਾ ਖਾਣ ਪੀਣ 'ਤੇ ਵੀ ਪ੍ਰੋਬਲਮ ਹੈ ਅਤੇ ਬੁਖਾਰ ਵੀ 102 ਤਕਰੀਬਨ 2-3 ਦਿਨਾਂ ਤੋਂ ਹੁਣ ਹੋਇਆ ਹੋਇਆ ਉਹਨੂੰ, ਅਤੇ ਟੌਂਸਲਾਂ ਗਲਾ ਦੁਖੀ ਦਿਖਾ, ਪਰ ਜੇ ਅਸੀਂ ਚੈੱਕ ਕਰਵਾਉਣ ਗਏ ਤਾਂ ਉੱਥੇ ਟੌਂਸਲਾਂ ਦੀ ਪ੍ਰੋਬਲਮ ਆਈ। ਜੇ ਕਿਸੇ ਭੈਣ ਭਾਈ ਨੂੰ ਪਤਾ ਹੋਵੇ ਕੋਈ ਦੇਸੀ ਇਲਾਜ ਵੀ, ਚਲੋ ਉਹਦੇ ਨਾਲ ਠੀਕ ਹੋ ਜਾਵੇ, ਜਾਂ ਫਿਰ ਪੁੱਛ ਲੈਂਦੇ ਕਰਨੇ ਕੋਲ। ਬਿਲਕੁਲ, ਹਾਂਜੀ, ਹਾਂ, ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਅੱਗੇ ਹਰਪ੍ਰੀਤ, ਹਰਪ੍ਰੀਤ ਸਤਿ ਸ਼੍ਰੀ ਅਕਾਲ, ਹਰਪ੍ਰੀਤ ਸਤਿ ਸ਼੍ਰੀ ਅਕਾਲ। ਮੁੜ ਕੇ ਪੁੱਛ ਲਓ ਇੱਕ ਵਾਰੀ, ਜਾਂ ਸ਼ਾਇਦ ਜੇ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕਿ ਕੀ ਪੁੱਛਦੇ ਆ ਤੇ ਜ਼ਰੂਰ ਦੱਸਦਾ ਜੀ ਇਹਨਾਂ ਨੂੰ। ਹਰਜਿੰਦਰ ਬਰਾੜ ਜੀ ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਆਲੂ ਬੁਖਾਰੇ ਤੇ ਇਮਲੀ ਜੀ ਲੈਂਦਾ ਵਾਹਵਾ ਚਰਦੀ ਤੇ ਉਹ ਕੋਈ ਫਾਇਦਾ ਨਹੀਂ ਹੋਇਆ, ਇੰਨਾ ਨਹੀਂ ਜਾ ਰਹੇ। ਇੰਡੀਆ ਚ ਗਿਆ ਸੀ, ਉਹਨੇ ਥੋੜੀਆਂ ਪਥਰੀਆਂ ਦੱਸੀਆਂ ਸੀਗੀਆਂ, ਇੱਥੇ ਡਾਕਟਰ ਨੇ ਦੱਸਿਆ ਤੂੰ ਇੰਨਾ ਨਹੀਂ ਪ੍ਰੋਬਲਮ ਹੈ ਜੀ, ਸਾਲ ਹੋ ਗਿਆ ਉਹ ਦੂਰ ਨਹੀਂ ਹੁੰਦੀ। ਅੱਛਾ, ਬਹੁਤ ਹੁੰਦਾ ਤੇ ਬੜੀਆਂ ਦਵਾਈਆਂ ਦਵਾਈਆਂ ਡਾਕਟਰ ਦੀਆਂ ਦੂਜੀਆਂ ਲਈਆਂ, ਉਹ ਦੱਸੋ ਮਿਹਰਬਾਨੀ ਕਰਕੇ, ਕੋਈ ਮਿਹਰਬਾਨੀ ਕਰੇ ਜੀ। ਠੀਕ ਹੈ, ਠੀਕ, ਹਾਂਜੀ, ਜ਼ਰੂਰ ਰਿਕੁਐਸਟ ਕਰਦੇ ਹਾਂ ਕੋਈ ਜਣਾ ਜ਼ਰੂਰ ਦੱਸੋ। ਲੱਕੀ, ਸਤਿ ਸ਼੍ਰੀ ਅਕਾਲ ਭੈਣ ਜੀ, ਲੱਕੀ ਬੋਲਦਾ ਮੈਂ। ਸਤਿ ਸ਼੍ਰੀ ਅਕਾਲ ਆਪਣੇ ਭੈਣ ਜੀ, ਦੋ ਕੁਐਸਚਨ ਆ। ਇੱਕ ਤਾਂ ਜਿੱਦਾਂ ਰਾਤ ਨੂੰ ਜਿੱਦਾਂ ਮੂੰਹ ਚੋਂ ਪਾਣੀ ਆਉਂਦਾ ਜੀ, ਜਿੱਦਾਂ ਵੱਖੀ ਭਾਣੇ ਸੁੱਤੇ ਤੇ, ਹਾਂਜੀ ਹਾਂਜੀ, ਇੱਕ ਕਿਸੇ ਨੂੰ ਜੇ ਇਹਦੇ ਬਾਰੇ ਪਤਾ ਹੋਵੇ, ਤੇ ਇੱਕ ਜੀ ਜਦੋਂ ਸਵੇਰ ਨੂੰ ਸੁੱਤੇ ਉੱਠਦੇ ਆ ਤੇ ਹੱਥਾਂ ਦੀਆਂ ਉਂਗਲਾਂ ਸੁੱਜੀਆਂ ਹੁੰਦੀਆਂ ਜੀ, ਜਿਹੜਾ ਪਾਣੀ ਵਗਦਾ ਇਹ ਕਈ ਕਹਿੰਦੇ ਬਾਇਆ ਤੋਂ, ਮੈਂ ਸੁਣ ਸੁਣ ਤੇ ਖਾਧੀ ਆ ਕਈ ਵਾਰੀ, ਪਰ ਕਿਸੇ ਨੂੰ ਹੋਰ ਪਤਾ ਹੋਵੇ ਜਿੱਦਾਂ ਜ਼ਰੂਰ ਜ਼ਰੂਰ ਪੁੱਛ ਲੈਣਾ। ਠੀਕ ਹੈ ਭੈਣ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਮੂੰਹ 'ਚ ਪਾਣੀ ਆਉਣਾ ਤੇ ਬਿਲਕੁਲ ਉਹ ਜੋ ਤੁਹਾਨੂੰ ਦੱਸਿਆ ਜੀ ਉਹਨਾਂ ਨੇ ਉਹ ਆ, ਅਤੇ ਬਾਕੀ ਹੁਣ ਜੇ ਤੁਸੀਂ ਡਾਕਟਰ 'ਤੇ ਜਾਓਗੇ ਉਂਗਲੀਆਂ ਦੱਸੋਗੇ, ਉਹਨੇ ਕਹਿਣਾ ਗਠੀਆ ਆ, ਅਤੇ ਐਕਸਰਸਾਈਜ਼ ਵਗੈਰਾ ਵੀ ਕਰੋ ਤਾਂ ਹੋਰ ਵੀ ਪੁੱਛ ਲੈਂਦੇ ਹਾਂ। ਕੁਲਵਿੰਦਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ, ਮੈਂ ਪੁੱਛਣਾ ਸੀਗਾ, ਇੱਕ ਤਾਂ ਖੰਘ ਗਲਾ ਜ਼ੁਕਾਮ ਆ, ਹਾਂਜੀ, ਇਹ ਤੋਂ ਹਾਂਜੀ ਕਾਫੀ ਉਹ ਗਲਾ ਗੁਲਾ ਜਿਹਾ ਤਾਂ ਹੁਣ ਤਾਂ ਹਟ ਗਿਆ, ਫਿਰ ਵੀ ਕੋਈ ਦੱਸ ਦੇਵੇ ਹੋਰ ਕਿਸੇ ਨੂੰ ਹੋ ਜਾਂਦਾ, ਜ਼ੁਕਾਮ ਜਿਹਾ ਕਾਫੀ ਹੋਇਆ ਹੋਇਆ। ਤੇ ਗਲਾ ਕਰਨਾ ਹਟਾਇਆ ਤੁਸੀਂ? ਉਹ ਗਰਾਰੇ ਕਰਕੇ। ਅੱਛਾ, ਠੀਕ ਹੈ, ਬਾਕੀ ਵੀ ਸੁਣ ਲਓ ਜੀ ਜਿਹਨਾਂ ਜਿਹਨਾਂ ਦੇ ਹੁੰਦਾ। ਠੀਕ, ਹਾਂਜੀ, ਲੂਣ ਪਾ ਕੇ ਕੋਸੇ ਜੇ ਪਾਣੀ ਦੇ ਵਿੱਚ ਗਰਾਰੇ 2 ਟਾਈਮ ਕਰਨ। ਠੀਕ ਹੈ, ਇੱਕ ਮੈਂ ਪੁੱਛਣਾ ਸੀਗਾ, ਸਾਡੇ ਰਿਸ਼ਤੇਦਾਰੀ ਘਰਾਂ ਮੁੰਡਾ ਤੇ ਉਹਨੂੰ ਸ਼ੂਗਰ ਹੋਈ ਹੋਈ ਆ ਕਾਫੀ, 250 ਤੋਂ ਉੱਤੇ ਹੀ ਆ ਉਹਦੀ, 280 ਆ। ਠੀਕ ਆ, ਹਾਂਜੀ, ਉਹਦੇ ਬਾਰੇ ਦੱਸਿਓ ਵੀ ਕੀ ਖਾਣਾ ਚਾਹੀਦਾ, ਇਹਦੇ ਵਿੱਚ ਦਵਾਈ ਲੈਂਦਾ ਨਹੀਂ ਖਾਣਾ ਚਾਹੀਦਾ? ਨਹੀਂ, ਦਵਾਈ ਨਹੀਂ ਲੈਂਦਾ ਹਜੇ। ਅੱਛਾ, ਠੀਕ, ਉਹਨੂੰ ਹੁਣ ਕਰੇਲੇ ਦੇ ਕੈਪਸੂਲ ਕਿਹਾ ਸੀਗਾ, ਵੀ ਕਰੇਲੇ ਦੇ ਕੈਪਸੂਲ ਹਾਂ ਹਾਂ ਹਜੇ ਕੰਟਰੋਲ ਕਰ ਸਕਦਾ, ਕਰ ਸਕਦਾ, ਹਾਂਜੀ, ਹਜੇ ਸਟਾਰਟ ਹੀ ਹੋਈ ਆ। ਠੀਕ ਆ, ਹਾਂਜੀ, ਇਹਨਾਂ ਬਾਰੇ ਦੱਸਿਓ। ਠੀਕ ਆ,
थैंक यू रंजीत, थैंक यू जी, सत श्री अकाल जी। अगले कॉलर ने मनजीत, मनजीत जी सत श्री अकाल जी। वाहेगुरु जी का खालसा, वाहेगुरु जी फतेह जी। फतेह जी, अपने रेडियो हौली करो। हां जी भैन जी, हां जी, मैं दसना सका जिन्हां दी जीभ पक्की हुआ ना, कहिंदे सब जीभ पक्की हुआ चीरे जे आए हुआ, हां जी, और सौंत ले लैण, ठीक है, सौंत पी के तां जिद्दां मुंह च पानी भर के रखना सौंत वाला, है ना, अच्छा, ओहदे गराले कारण ते ओहदे नाल ठीक हो जाना। दूजा इहदा इलाज हैगा आ लसण दीआं दो तिन तुरियां लै के उहनां नूं कुट के ते पानी च उबाल लो, उबाल के ते ओह वी इसे तरह मुंह च भर के रखना, ਤੁਹਾਡੇ ਮੂੰਹ ਦੇ ਵਿੱਚੋਂ ਜਿੱਦਾਂ ਜਾਲਾ ਜਿਹਾ ਪਣਾ ਜਿਹਾ ਨਿਕਲ ਜਾਊਗਾ ਤੇ ਉਹਦੇ ਨਾਲ ਫਿਰ ਤੁਹਾਡੇ ਜਿਹੜੇ ਮੂੰਹ ਦੇ ਛਾਲੇ ਚੀਰੇ ਆ ਉਹ ਬਿਲਕੁਲ ਠੀਕ ਹੋ ਜਾਣੇ ਆ। ਇਹ ਵਰਤੀਆਂ ਚੀਜ਼ਾਂ ਦੇ ਆਪਾਂ ਇਲਾਜ ਕੀਤੇ ਹੋ ਤਾਂ ਕਰਕੇ ਮੈਂ ਦੱਸਦੀ ਹੁੰਦੀ ਹਾਂ, ਠੀਕ ਆ ਜੀ। ਤਾਂ ਦੂਜਾ ਜਿਹੜੀ ਬੀਬੀ ਕਹਿੰਦੀ ਸੀਗੀ ਸੈਰ ਦੇ ਵਿੱਚ ਠਾਕ ਠਾਕ ਹੁੰਦੀ ਆ, ਹਾਂਜੀ, ਉਹਦੇ ਲਈ ਉਹ ਬੈਠੇ ਰਹਿੰਦੇ ਹੋਣੇ ਆ, ਮੈਨੂੰ ਤਾਂ ਸਿਆਣੇ ਲੱਗਦੇ ਆ। ਜਿਹੜੀ ਚੀਚੀ ਦੇ ਨਾਲ ਦੀ ਉਂਗਲੀ ਦਾ ਪਹਿਲਾ ਫੋਲਿਆ ਨਾ, ਹਾਂਜੀ, ਬਸ ਉਹਨੂੰ ਦੱਬ ਕੇ ਰੱਖਣ 3 ਮਿੰਟ, ਬੈਠੇ ਦੱਬੀ ਜਾਣ ਦੋਹਾਂ ਉਂਗਲੀਆਂ ਦੇ, ਇੰਨਾ ਕੰਮ ਤਾਂ ਉਹ ਕਰ ਲੈਣਗੇ। ਦਵਾਈ ਜਾਣ ਦਵਾਈ ਜਾਣ, ਸਿਰ ਕਿੰਨਾ ਵੀ ਦੁਖਦਾ ਹੋਵੇ ਤੁਹਾਡੇ ਸਿਰ ਚ ਠਕ ਠਕ ਹੁੰਦੀ ਹੈ ਨਾ, ਇਹਨਾਂ ਬਹੁਤ ਫਰਕ ਪੈਂਦਾ ਭੈਣ ਜੀ ਇਸ ਐਕਸਰਸਾਈਜ਼ ਦੇ ਨਾਲ, ਹੈ ਨਾ, ਠੀਕ ਆ, ਹਾਂਜੀ, ਇਹ ਦੱਸਣਾ ਸੀਗਾ। ਤੇ ਬਾਲ ਜਿਹੜੇ ਝੜਦੇ ਆ, ਬਾਲਾਂ ਲਈ ਤੇਲ ਆਪਾਂ ਬਣਾਉਣਾ ਆ, ਉਹਦੇ ਵਿੱਚ ਪਾਉਣਾ 1 ਚਮਚਾ ਮੇਥਿਆਂ ਦਾ, 1 ਚਮਚਾ ਕਲੌਂਜੀ ਦਾ, 1 ਤਿਲਾਂ ਦਾ, ਤੇ ਥੋੜਾ ਜਿਹਾ ਨਾਰੀਅਲ ਪਾ ਲੈਣਾ ਆ ਜੇ ਕੁੱਟਿਆ ਆ ਤਾਂ ਉਹ, ਨਹੀਂ ਤਾਂ ਠੂਠੀ ਲੈ ਲਓ ਉਹਨੂੰ ਕੱਦੂਕਸ ਕਰਕੇ ਤਾਂ ਉਹ ਪਾ ਲਓ। ਤੇਲ ਲੈਣਾ ਜਿਹੜਾ ਨਿੱਕੀ ਜਿਹੀ ਸ਼ੀਸ਼ੀ 1 ਵਲਿਆਈ ਦੀ 100 ਗ੍ਰਾਮ ਦੀ ਉਹ ਲੈ ਲਓ ਦੇਸੀ ਦੀ, ਉਹ ਪਾਉਣਾ ਆ ਕੱਚ ਦੀ ਬੋਤਲ ਦੇ ਵਿੱਚ, ਜਿੱਦਾਂ ਕੋਈ ਸ਼ੀਸ਼ੀ ਹੋਵੇ, ਕਈ ਵਾਰ ਆਪਣੇ ਕੋਈ ਜੈਮ ਜੂਮ ਵਾਲੀਆਂ ਹੋਰ ਬਥੇਰੀਆਂ ਹੋਈਆਂ ਹੋਈਆਂ ਨਾ ਕੱਚ ਦੀਆਂ, ਉਹਦੇ ਵਿੱਚ ਪਾ ਕੇ ਤੇਲ ਤੇ ਸਾਰੀਆਂ ਚੀਜ਼ਾਂ, ਪਹਿਲਾਂ ਪਾਣੀ ਗਰਮ ਰੱਖਣਾ ਤੇ ਉਹਦੇ ਵਿੱਚ ਛੋਟਾ ਜਿਹਾ ਤੌਲੀਆ ਰੱਖ ਦੇਣਾ ਆ ਜੀ, ਉਹਦੇ ਵਿੱਚ ਉਹ ਰੱਖਣਾ ਤੇਲ ਵਾਲਾ ਭਾਂਡਾ, ਢੱਕ ਕੇ ਉਹਦੇ ਉੱਤੇ ਢੱਕਣ ਦੇ ਦੇਣਾ ਆ, ਤੇ ਪਾਣੀ ਜਿੱਦਾਂ ਜਿੱਦਾਂ ਰਿੱਝੀ ਜਾਊਗਾ ਉਬਲੀ ਜਾਊਗਾ ਉਹਨੂੰ 20 ਮਿੰਟ ਉਸ ਤੇਲ ਨੂੰ ਪਕਾਉਣਾ ਆ, ਠੀਕ ਆ, ਸਿੱਧਾ ਨੀ ਆਪਾਂ ਤੇਲ ਕੜਾਹੀ ਚ ਪਾ ਕੇ ਪਕਾਉਣਾ ਹੈਗਾ, ਇਸ ਤਰ੍ਹਾਂ ਬਣਾਉਣਾ ਜਿੱਦਾਂ ਮੈਂ ਦੱਸਦੀ ਆ। ਉਹ ਵਰਤਿਆ ਭੈਣ ਜੀ ਬਾਲ ਇੰਨੇ ਝੜਦੇ ਸੀਗੇ ਕੰਘਾ ਹੀ ਭਰ ਜਾਂਦਾ ਸੀਗਾ, ਹਾਂਜੀ, ਇਹ ਤੇਲ ਬਣਾ ਕੇ ਲਾਇਆ ਰਾਤ ਨੂੰ ਚੰਗਾ ਹੀ ਲਾ ਕੇ ਝੱਸ ਕੇ ਸੌ ਜਾਣਾ, ਵੀਕ ਚ 2-3 ਵਾਰੀ ਲਾਇਆ ਤਾਂ ਬਿਲਕੁਲ ਕੋਈ ਨੀ ਹੁਣ ਸਿਰ ਤੋਂ ਬਾਲ ਲੈਂਦਾ, ਬਹੁਤ ਸੋਹਣਾ ਹੋ ਗਿਆ, ਜਿੱਦਾਂ ਨਾਲੇ ਬਾਲ ਤੁਹਾਡੇ ਮੁਲਾਇਮ ਹੁੰਦੇ ਆ ਤੇ ਖੁਸ਼ਕੀ ਨਾਲੇ ਆਪਣੇ ਬਾਲ ਝੜਨ ਲੱਗ ਜਾਂਦੇ ਆ ਨਾ, ਬਿਲਕੁਲ, ਹਾਂਜੀ, ਇਹ ਤੇਲ ਬਣਾ ਕੇ ਲਾਓ ਤਾਂ ਉਹਦੇ ਨਾਲ ਤੁਹਾਨੂੰ ਬਹੁਤ ਫਰਕ ਪੈ ਜਾਣਾ ਆ। ਇਹੀ ਤੇਲ ਜਿਹੜਾ ਆ ਜਿਹੜੀ ਕੰਨਾਂ ਚ ਸਾਂਸਾਂ ਹੁੰਦੇ ਆ ਗਰਮ ਤੇਲ ਕੰਨਾਂ ਚ ਪਾਓ ਤੁਸੀਂ, ਉਹ ਵੀ ਤੁਹਾਡੇ ਕੰਨ ਵੀ ਠੀਕ ਹੋ ਜਾਊਗੀ, ਹੈ ਨਾ, ਠੀਕ ਹੈ ਜੀ, ਹਾਂਜੀ, ਓਕੇ ਭੈਣ ਜੀ, ਇਹੀ ਦੱਸਣੀ ਸੀ ਕਿ 2-3 ਕਲ ਆ ਜੀ, ਥੈਂਕ ਯੂ ਤੁਹਾਡਾ ਟਾਈਮ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਅਗਲੇ ਕਾਲ ਨੇ ਅਕਬਾਲ, ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਪਿਛਲੀਆਰ ਕਿਸੇ ਨੇ ਦੱਸਿਆ ਸੀ ਆਪਣਾ ਜਿਹੜੇ ਉਹ ਖੁਰਕ ਹੁੰਦੀ ਆ ਨਾ ਪਿੰਡੇ ਤੇ ਸਰੀਰ ਤੇ ਜਾਂ ਪਿਲਖਰੇ ਜੇ ਬਣ ਜਾਂਦੇ ਤੇ ਕਾਸਟਿਕ ਸੋਡਾ ਦੱਸਿਆ ਜੀ ਕਿਸੇ ਨੇ, ਅੱਛਾ, ਉਹਦਾ ਨੰਬਰ ਮਿਲ ਸਕਦਾ? ਦੁਬਾਰਾ ਤੁਸੀਂ ਹੁਣ ਧਿਆਨ ਨਾਲ ਸੁਣਿਓ ਕਿ ਉਹ ਜਿਹੜਾ ਪ੍ਰੋਗਰਾਮ ਹੈ ਜੇ ਲਾਸਟ ਵੀਕ ਦੱਸਿਆ ਨਾ, ਤੁਸੀਂ ਪੰਜਾਬੀ ਰੇਡੀਓ USA ਦੀ ਐਪ ਖੋਲੋ, ਉੱਥੇ ਆ ਪ੍ਰੋਗਰਾਮ ਅਪਲੋਡ ਕੀਤੇ ਹੋਏ ਆ, ਯੂਟਿਊਬਸ ਬਣੀਆਂ ਹੋਈਆਂ ਨਾਲ ਦੀ ਨਾਲ ਉੱਥੇ ਅਪਲੋਡ ਕੀਤੇ ਪਏ ਆ, ਸਿਹਤ ਸੰਭਾਲ ਦੇ ਅੰਡਰ, ਉਹਨਾਂ ਦੇ ਵਿੱਚ ਤੁਹਾਨੂੰ ਪਤਾ ਲੱਗ ਜੂਗਾ ਉਹ ਕੀ ਦੱਸਣਾ ਚਾਹੁੰਦੇ ਆ। ਅਗਲੇ ਕਾਲਰ ਨੇ ਸਾਡੇ ਪਰਮ ਹਰਜਿੰਦਰ, ਹੈਲੋ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਹਾਂਜੀ, ਮੇਰੀ ਉਮਰ ਆ 70 ਸਾਲ ਦੀ, ਅਤੇ ਕੋਈ ਵੀ ਚੀਜ਼ ਖਾਣਾ ਖਾਵਾਂ ਤਾਂ ਮੂੰਹ ਵਿੱਚ ਪਾਣੀ 10 ਮਿੰਟ ਮੈਨੂੰ ਕਰੋਲਿਆ ਕਰਨਾ ਪੈਂਦਾ ਆ, ਨੇਸਲਾ ਜਿਹਾ ਪਾਣੀ ਆ ਜਾਂਦਾ। ਜੇ ਮੈਂ ਰੋਟੀ ਖਾਵਾਂ ਤਾਂ ਮੈਂ ਬਹੁਤ ਟਾਈਮ ਹੋ ਗਿਆ ਖਾਂਦੀ ਨਹੀਂ, ਸਾਰੇ ਵੀ ਆਟੇ ਲਿਆ ਕੇ ਰੱਖੇ ਟਰਾਈ ਕਰਦੇ ਸੀ, ਕਿਹੜਾ ਖਾਵਾਂ ਰੇਸ਼ਾ ਡਿੱਗਦਾ ਗਲੇ ਤੋਂ ਜੇ ਰੋਟੀ ਖਾਵਾਂ। ਅੱਛਾ, ਲੂਪਸਿਆ ਗੋਲੀਆਂ ਮੈਨੂੰ 3 ਲੱਗੀਆਂ ਤੇ ਜਿਹੜੀਆਂ ਉਹ ਮੈਨੂੰ ਪੱਕੀਆਂ ਖਾਣੀਆਂ ਫਿਰਿਆ, ਮੈਂ ਛੱਡ ਨਹੀਂ ਸਕਦੀ, ਅਤੇ ਬਲੱਡ ਪ੍ਰੈਸ਼ਰ ਕੰਟਰੋਲ ਦੀ ਗੋਲੀ ਜੀ ਮੈਂ ਲਾਈ, ਉਹ ਤੁਹਾਡੇ ਰੈਡੀਓ ਤੋਂ ਸੁਣ ਸੁਣ ਕੇ, ਅਤੇ ਜਿਹੜਾ ਆਪਦਾ ਪਰਹੇਜ਼ ਉਹ ਤਾਂ ਰੱਖੀਦਾ ਖਾਣੇ ਪੀਣੇ ਦਾ,
ਚੌਲ ਖੱਟੇ ਮਿੱਠੇ ਠੰਡੀ ਚੀਜ਼ ਸਵੇਰੇ ਆਪਣੇ ਬਹੁਤ ਸੋਚ ਸਮਝ ਕੇ ਖਾਣਾ ਖਾਂਦੇ ਹਰੇਕ ਠੀਕ ਆ ਤੇ ਇਹਦੇ ਬਾਰੇ ਦੱਸੋ ਵੀ ਕੋਈ ਚੀਜ਼ ਹੁਣ ਕੋਈ ਖਾਣਾ ਖਾਈਏ ਹੋ ਚੱਲੇ ਦੋ ਵੇਲੇ ਕੋਈ ਦਿਲ ਖਾਓ ਦਸ ਮਿੰਟ ਕਰੋਲੀਆਂ ਕਰਨੀਆਂ ਪੈਂਦੀਆਂ ਤੇ ਗੈਸ ਬਹੁਤ ਬਣਦੀ ਆ ਪਾਣੀ ਪੀਲੋ ਤਾਂ ਵੀ ਗੈਸ ਬਣਦੀ ਆ ਠੀਕ ਆ ਓਕੇ ਜੀ ਥੈਂਕ ਯੂ ਥੈਂਕ ਯੂ ਹਾਂ ਇਹਨਾਂ ਨੂੰ ਕਿਸੇ ਫੂਡ ਤੋਂ ਪ੍ਰੋਬਲਮ ਹੋ ਸਕਦੀ ਹੈ ਪਰਮਜੀਤ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਂ ਨਾ ਸੁਣ ਨਹੀਂ ਸਕੀ ਕੀ ਕੀ ਸੀਗਾ ਪ੍ਰੋਗਰਾਮ ਹੋਇਆ ਪਰ ਫਿਰ ਵੀ ਜੋ ਕੁਛ ਸੁਣਿਆ ਮੈਂ ਉਹਦੇ ਬਾਰੇ ਹਾਂ ਉਹਦਾ ਉਹ ਦੱਸ ਦਿਓ ਇਹ ਹੁਣ ਕਹਿ ਕੇ ਗਏ ਨੇ ਨਾ ਵੀ ਉਮਰ ਵੀ ਇਹਨਾਂ ਦੀ ਇੰਨੀ ਹੈਗੀ ਹੈ ਤੇ ਇਹਨਾਂ ਨੂੰ ਪਚਦਾ ਵੀ ਨਹੀਂ ਕੁਛ ਹੈ ਨਾ ਪਾਣੀ ਰੇਸ਼ਾ ਹੀ ਬਣ ਜਾਂਦਾ ਨਾ ਜਿੱਦਾਂ ਕਹਿੰਦੇ ਨੇ ਮੂੰਹ ਦੇ ਵਿੱਚ ਜਾਲੇ ਜਿਹੇ ਆ ਜਾਂਦੇ ਇੱਕ ਤਾਂ ਇਹਨਾਂ ਨੂੰ ਕਿਸੇ ਚੀਜ਼ ਤੋਂ ਐਲਰਜੀ ਹੈਗੀ ਹੈ ਨਾ ਉਹ ਹੁਣ ਇਹਨਾਂ ਨੂੰ ਪਤਾ ਲੱਗਣਾ ਵੀ ਕਿਸ ਤਰ੍ਹਾਂ ਕੀ ਹੈਗਾ ਪਰ ਇਹ ਜੇ ਹੁਣ ਸਰਦੀਆਂ ਸਰਦੀਆਂ ਦੇ ਵਿੱਚ ਸਵੇਰੇ ਖਾਲੀ ਪੇਟ ਜਵੈਣ ਭੁੰਨ ਕੇ ਜਵੈਣ ਤੇ ਮੇਥੇ ਤੇ ਕਾਲੀ ਜੀਰੀ ਜੇ ਇਹ ਇਸ ਉਮਰ ਦੇ ਵਿੱਚ ਸਵੇਰੇ ਥੋੜਾ ਜਿਹਾ ਚੌਥਾ ਹਿੱਸਾ ਤਾਂ ਸ਼ੁਰੂ ਕਰਨ ਲੈਣਾ ਸ਼ੁਰੂ ਕਰ ਦੇਣ ਮੈਨੂੰ ਲੱਗਦਾ ਇਹਨਾਂ ਦੀ ਕਾਫੀ ਪ੍ਰੋਬਲਮ ਹੱਲ ਹੋ ਜਾਣੀ ਆ ਤੇ ਇਹ ਠੀਕ ਹੋ ਜਾਣੇ ਨੇ ਪਰ ਇਹ ਨੀ ਵੀ ਇਹ ਕਹਿਣ ਮੈਂ ਦੋ ਦਿਨ ਲੈ ਲਿਆ ਤੇ ਮੈਂ ਛੱਡ ਜਾਵਾਂ ਥੋੜਾ ਥੋੜਾ ਲੈ ਲੈਣ ਰੋਜ਼ ਲੈ ਲੈਣ ਹਾਂਜੀ ਰੋਜ਼ ਲੈਣ ਸਵੇਰੇ ਲੈ ਲੈਣ ਤੇ ਜਿਹੜੇ ਇੱਕ ਕਹਿ ਕੇ ਕਹਿੰਦੇ ਮੇਰੇ ਮੂੰਹ ਚੋਂ ਪਾਣੀ ਡਿੱਗਦਾ ਹੈ ਨਾ ਰਾਤ ਨੂੰ ਕਹਿੰਦੇ ਲੰਮੇ ਪਏ ਵੀ ਆ ਜਾਂਦਾ ਤੇ ਉਹਨਾਂ ਦੀਆਂ ਉਂਗਲਾਂ ਵੀ ਸੁੱਜਦੀਆਂ ਇਸ ਤਰ੍ਹਾਂ ਹੀ ਬੋਲ ਕੇ ਗਏ ਨੇ ਮੈਂ ਸੁਣਦੀ ਪਈ ਹਾਂਜੀ ਹਾਂਜੀ ਨਾਲ ਕਿਸੇ ਨੂੰ ਅਟੈਂਡ ਕਰਦੇ ਕਰਦੇ ਉਹ ਵੀ ਇਹ ਚੀਜ਼ ਲੈ ਸਕਦੇ ਨੇ ਉਹਨਾਂ ਲਈ ਵੀ ਇਹ ਠੀਕ ਹੈ ਡਾਕਟਰਾਂ ਨੇ ਜਿੱਦਾਂ ਗੱਠਿਆ ਕਹਿਣਾ ਕਹਿੰਦੇ ਸੀ ਮੇਰੀ ਉਂਗਲ ਸੁੱਜ ਜਾਂਦੀ ਹੈ ਵੱਡੀ ਉਂਗਲ ਜ਼ਿਆਦਾ ਸੁੱਜਦੀ ਆ ਆਲਮੋਸਟ ਗੱਠਾਂ ਤੋਂ ਸੁੱਜਦੀ ਹੋਏਗੀ ਇਹ ਚੀਜ਼ ਲਗਾਤਾਰ ਲੈਣ ਤੇ ਉਹਨਾਂ ਨੂੰ ਫਰਕ ਪੈਣਾ ਤੇ ਨਾਲੇ ਜਿਹੜੇ ਸੁੱਜਣ ਵਾਲੇ ਜਿੰਨੀਆਂ ਵੀ ਕਿਸੇ ਦੇ ਗਿੱਟੇ ਸੁੱਜਦੇ ਨੇ ਉਂਗਲਾਂ ਸੁੱਜਦੀਆਂ ਆ ਸੋਜਾ ਜਿਹਾ ਮਹਿਸੂਸ ਹੁੰਦਾ ਕਈ ਵਾਰੀ ਮੂੰਹ ਵੀ ਸੁੱਜਿਆ ਸੁੱਜਿਆ ਲੱਗਦਾ ਆ ਉਹ ਜੂਸ ਪੀਣ ਗਾਜਰ ਦਾ ਵਿਟਾਮਿਨ ਦੀ ਵੀ ਕਮੀ ਹੋ ਜਾਂਦੀ ਹੈ ਔਰ ਗਾਜਰ ਔਰ ਟਮਾਟਰ ਦਾ ਜੂਸ ਲੈ ਸਕਦੇ ਨੇ ਤਾਂ ਕਿ ਵੀਕਨੈਸ ਦੂਰ ਹੋਵੇ ਔਰ ਦੂਸਰਾ ਜਿਹੜਾ ਆਪਾਂ ਕਹਿੰਦੇ ਹੁੰਦੇ ਹਾਂ ਵੀ ਜੇ ਨੀਂਦ ਨਹੀਂ ਆਉਂਦੀ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਚਾਰ ਮਗਜ਼ ਤੇ ਖਸਖਸ ਵਗੈਰਾ ਨੂੰ ਇੱਕ ਵਾਰੀ ਦੁੱਧ 'ਚ ਤਲ ਕੇ ਯਾਨੀ ਘਿਓ ਵਿੱਚ ਤਲ ਕੇ ਇੱਕ ਚਮਚਾ ਘਿਓ 'ਚ ਤਲ ਕੇ ਦੁੱਧ ਪਾ ਕੇ ਉਹ ਪੀਣ ਸ਼ੂਗਰ ਨਹੀਂ ਹੈਗੀ ਤਾਂ ਥੋੜ੍ਹਾ ਗੁੜ ਵੀ ਪਾ ਸਕਦੇ ਹਾਂ ਉਹਦੇ ਲਈ ਠੀਕ ਹੈਗਾ ਬਲਵਿੰਦਰ ਕੌਰ ਜੀ ਮੈਂ ਇੱਕ ਸੁਣ ਰਹੀ ਸੀ ਕਿ ਕਿਸੇ ਨੂੰ ਟੱਟੀਆਂ ਲੱਗੀਆਂ ਹੋਈਆਂ ਨੇ ਜਿਹਨੂੰ ਆਪਾਂ ਪੇਚਸ ਕਹਿੰਦੇ ਹਾਂ ਰੇਸ਼ਾ ਆਉਂਦਾ ਹੈਗਾ ਹਨਾ ਹਾਂਜੀ ਬੱਚਾ ਹੈ ਕਿ ਕੌਣ ਵੱਡਾ ਹੈਗਾ ਮੈਨੂੰ ਏਜ ਨਹੀਂ ਯਾਦ ਹਾਂ ਏਜ ਨਹੀਂ ਯਾਦ ਤੁਸੀਂ ਕੋਈ ਨਹੀਂ ਇਲਾਜ ਦੱਸੋ ਹਾਂ ਇਸ ਤਰ੍ਹਾਂ ਹੈਗਾ ਕਿ ਜੇ ਡਾਕਟਰ ਨੇ ਕਹਿਤਾ ਵੀ ਪੇਟ 'ਚ ਕੁਛ ਨਹੀਂ ਹੈਗਾ ਤੇ ਲਕਟੀਆਂ ਆ ਜਾਂਦੇ ਹਟਦੀਆਂ ਨਹੀਂ ਉਹ ਵੱਡੇ ਆ ਵੱਡੇ ਆ ਹਾਂ ਜੇ ਵੱਡੇ ਵੀ ਹੈ ਤਾਂ ਵੀ ਭੋਨਵੇਂ ਚੌਲ ਖਾਣ ਭੋਨਵੇਂ ਚੌਲ ਜਿੱਦਾਂ ਆਪਾਂ ਪੁਲਾਅ ਬਣਾਉਂਦੇ ਆ ਨਾ ਇਸ ਤਰ੍ਹਾਂ ਬਣਾਉਣੇ ਨੇ ਪਰ ਬਾਕੀ ਹੋਰ ਚੀਜ਼ਾਂ ਨਹੀਂ ਪਾਣੀਆਂ ਜੀਰੇ ਦਾ ਤੜਕਾ ਦੇਣਾ ਆ ਲਾਈਟ ਮਿਰਚ ਮੁਰਚ ਘੱਟ ਪਾਣੀ ਹੈ ਉਹਨਾਂ ਨੂੰ ਇਹਨਾਂ ਨੂੰ ਦਹੀਂ ਨਾਲ ਖਾਣਾ ਠੀਕ ਆ ਦੋ ਤਿੰਨ ਉਹ ਛੱਡਣ ਖਾਣੇ ਦਹੀਂ ਨਾਲ ਖਾਣਾ ਔਰ ਜਦੋਂ ਭੁੰਨਵੇਂ ਮਤਲਬ ਕੀ ਹੁੰਦਾ ਕਿ ਘਿਓ ਹੋਵੇ ਚੰਗਾ ਵਿੱਚ ਹੈਨਾ ਉਹ ਇਹ ਖਾਣ ਦਹੀਂ ਦੇ ਨਾਲ ਤਿੰਨ ਵੇਲੇ ਖਾਣ ਇੱਕ ਇੱਕ ਕੌਲੀ ਕਰਕੇ ਔਰ ਜਿਹੜਾ ਇਹਨਾਂ ਦੇ ਲੈਟਰਨ ਵਾਲੀ ਥਾਂ ਹੈਗੀ ਹੈ ਉਹ ਕਿਉਂ ਬਾਰ ਬਾਰ ਟੱਟੀਆਂ ਆਉਣ ਦੇ ਨਾਲ ਅੰਦਰੋਂ ਗੁੱਦਾ ਜਿਹੜਾ ਹੈ ਨਾ ਬਾਹਰ ਆ ਗਿਆ ਹੋਣਾ ਉਹਨੂੰ ਸੋਜਨ ਵੀ ਹੋ ਗਈ ਹੋਣੀ ਆ ਉਹ ਕਿਸੇ ਆਪਣੇ ਵੀਰ ਮਿੱਤਰ ਨੂੰ ਕਹਿ ਕੇ ਉਹ ਆਪਣੀ ਅੱਡੀ ਦੇ ਨਾਲ ਉਹਨਾਂ ਦੀ ਜਿਹੜਾ ਟੱਟੀ ਵਾਲੀ ਥਾਂ ਹੈਗੀ ਉਹ ਅੰਦਰ ਦੱਬਣ ਜੇ ਬੱਚੇ ਨੂੰ ਵੀ ਹੋ ਜਾਂਦਾ ਉਹਨੂੰ ਵੀ ਪੁੱਠਾ ਕਰਕੇ ਨਾ ਇਸੇ ਤਰ੍ਹਾਂ ਅੰਦਰ ਦਬਾਉਂਦੇ ਹੁੰਦੇ ਨੇ ਤਾਂ ਕਿ ਉਹ ਬਾਹਰ ਨਿਕਲ ਕੇ ਜ਼ਿਆਦਾ ਪਰੇਸ਼ਾਨੀ ਨਾ ਕਰੇ ਨਾ ਬਾਰ ਬਾਰ ਟੱਟੀਆਂ ਆਉਣ ਦੇ ਨਾਲ ਚਾਹੇ ਬੱਚਾ ਹੋਵੇ ਚਾਹੇ ਵੱਡਾ ਹੋਵੇ ਇਹ ਪਰੇਸ਼ਾਨੀ ਆ ਜਾਂਦੀ ਆ ਉਹ ਇਹਨੂੰ ਅੰਦਰ ਕਰਨ ਕਿਉਂਕਿ ਉਹ ਬਾਹਰ ਆਉਣ ਦੇ ਨਾਲ ਅੰਦਰ ਕੰਟਰੋਲ ਨਹੀਂ ਰਹਿੰਦਾ ਕੰਟਰੋਲ ਖਤਮ ਹੋ ਜਾਂਦਾ ਉਹ ਆਪਣੇ ਆਪ ਆਉਣਾ ਸ਼ੁਰੂ ਹੋ ਜਾਂਦਾ ਔਰ ਜਿਹੜੇ ਅੰਦਰ ਇਹਨਾਂ ਦੇ ਜ਼ਖਮ ਬਣ ਗਏ ਹੋਏ ਨੇ ਜਦੋਂ ਇਹ ਭੋਨਵੇਂ ਚੌਲ ਬਣਾਉਣ ਤੇ ਕੜੀ ਪੱਤਾ ਇਸਤੇਮਾਲ ਕਰ ਲੈਣ ਕੜੀ ਪੱਤਾ ਦੇ ਨਾਲ ਅੰਦਰ ਜ਼ਖਮ ਜਿਹੜੇ ਬਣੇ ਨੇ ਉਹਦੇ ਨਾਲ ਠੀਕ ਹੋ ਜਾਣਗੇ ਠੀਕ ਤੇ ਕਾਫੀ ਕੁਛ ਭੈਣ ਜੀ ਦੱਸ ਹੀ ਗਏ ਨੇ ਔਰ ਇੱਕ ਆਹ ਦੱਸਿਆ ਸੀ ਜੀਭ ਜਿਹੜੀ ਹੈਗੀ ਹੈ ਪੱਕਦੀ ਹੈ ਇੱਕ ਸਾਈਡ ਤੋਂ ਪੱਕਦੀ ਹੈ ਉਹਨਾਂ ਨੂੰ ਵੀ ਕਿਸੇ ਚੀਜ਼ ਦੇ ਨਾਲ ਐਲਰਜੀ ਹੈਗੀ ਹੈ ਕਿ ਜਦੋਂ ਉਹ ਕੋਈ ਚੀਜ਼ ਖਾਂਦੇ ਨੇ ਉਸ ਸਾਈਡ ਤੇ ਖਾਂਦੇ ਹੋਣਗੇ ਉਹਦੇ ਨਾਲ ਹੋ ਜਾਂਦਾ ਹੁਣ ਉਹ ਲੱਭ ਲੈਣ ਕੀ ਚੀਜ਼ ਹੈਗੀ ਉਹਨਾਂ ਦੇ ਖਾਣੇ ਵਿੱਚ ਠੀਕ ਹੈ ਹੈਨਾ ਤੇ ਜਾਂ ਉਹ ਕੀ ਕਰਿਆ ਕਰਨ ਆਪਣੇ ਖਾਣੇ ਦੇ ਵਿੱਚ ਦਿਨ ਦੇ ਵਿੱਚ ਲਗਾਤਾਰ ਅਲਸੀ ਦੇ ਦਾਣੇ ਭੁੰਨ ਕੇ ਉਹਦਾ ਪਾਊਡਰ ਬਣਾ ਕੇ ਦੁੱਧ ਨਾਲ ਲੈ ਕੇ ਦੇਖ ਲੈਣ ਠੀਕ ਉਹਦੇ ਨਾਲ ਵੀ ਇਹਨਾਂ ਨੂੰ ਫਰਕ
ਹੈਗਾ ਤੇ ਪੇਟ ਦਰਦ ਵਾਲਿਆਂ ਨੂੰ ਵੀ ਆਪਾਂ ਦੱਸਿਆ ਸੀਗਾ ਕਿ ਅਜਵਾਇਣ ਵਗੈਰਾ ਸਿਰਫ ਤਲੀ ਦੇ ਉੱਤੇ ਰੱਖ ਕੇ ਤੇ ਕੋਸੇ ਪਾਣੀ ਦੇ ਨਾਲ ਸੰਜਾ ਲੂਣ ਪਾ ਕੇ ਕਾਲਾ ਲੂਣ ਪਾ ਕੇ ਲੈ ਲਿਆ ਕਰਨ, ਉਹਨਾਂ ਨੂੰ ਫਰਕ ਪਏਗਾ। ਪਰ ਇਹ ਨਾ ਕਰਨ ਵੀ ਮੈਂ ਇੱਕ ਦਿਨ ਲੈ ਲਿਆ ਤੇ ਨਹੀਂ ਮੈਨੂੰ ਫਰਕ ਨਹੀਂ ਪਿਆ, ਪਰ ਇਹਦੇ 'ਚ ਇੱਕਦਮ ਹੀ ਫਰਕ ਪੈ ਜਾਂਦਾ ਹੁੰਦਾ ਅਜਵਾਇਣ ਨਾਲ, ਉਸੇ ਵੇਲੇ ਰਿਜ਼ਲਟ ਇਹਦਾ ਆ ਜਾਂਦਾ ਹੁੰਦਾ। ਇੱਕ ਨਾ ਬਲਵਿੰਦਰ ਕੌਰ ਜੀ, ਪਿਛਲੀ ਵਾਰੀ ਇੱਕ ਬੀਬੀ ਜੀ ਨੇ ਕਿਹਾ ਸੀ ਕਿ ਉਹਨਾਂ ਦੇ ਨੱਕ ਦੇ ਉੱਤੇ ਬੜਾ ਵਜ਼ਨ ਪੈਂਦਾ ਹੈ, ਹਾਂਜੀ, ਤੇ ਉਹਨਾਂ ਨੂੰ ਬੜੀ ਤਕਲੀਫ ਹੁੰਦੀ ਹੈ ਤੇ ਉਹ ਲੱਗਦਾ ਕਿ ਜਿੱਦਾਂ ਭਾਰ ਪਿਆ ਹੋਇਆ। ਉਹਨਾਂ ਨੂੰ ਇਹ ਸਲਾਹ ਹੈਗੀ ਹੈ ਕਿ ਮੇਰੀ ਬੇਟੀ ਨੂੰ 4 ਸਾਲ ਪਹਿਲਾਂ ਏਦਾਂ ਹੋਇਆ ਸੀਗਾ ਤੇ ਉਹਨਾਂ ਨੂੰ ਫਿਰ ਚੈੱਕ ਕਰਾਇਆ ਸੀ, ਐਕਸਰੇ ਕਰਾਇਆ ਸੀ ਨੱਕ ਦਾ, ਉਹਦੇ ਅੰਦਰ ਛੋਟੀਆਂ ਛੋਟੀਆਂ ਰਸੌਲੀਆਂ ਦੱਸੀਆਂ ਸੀ ਉਹਨਾਂ ਨੇ, ਇੱਥੇ ਕਰਾਇਆ ਸੀ ਚੈੱਕ, ਇਹੀ ਪ੍ਰੋਬਲਮ ਸੀ। ਉਹਦਾ ਤਾਂ ਸੁੱਜ ਵੀ ਜਾਂਦਾ ਸੀ ਅੱਖਾਂ ਦੇ ਅੱਗੇ ਅੱਗੇ ਨਾ, ਨੱਕ ਇੱਥੇ ਕਾ ਕੇ ਅੱਖਾਂ ਦੇ ਵਿਚਕਾਰ ਲਾਈ ਰਹੀ ਆ, ਸੁੱਜ ਵੀ ਜਾਂਦਾ ਸੀ ਤੇ ਉਹਨੂੰ ਲੱਗਦਾ ਸੀ ਪਤਾ ਕੀ ਦੱਬਿਆ ਹੋਇਆ ਮੇਰੇ ਸਿਰ ਦੇ ਉੱਤੇ ਨਾ। ਫਿਰ ਇੱਥੋਂ ਆਇਆ ਸੀ ਐਕਸਰੇ ਵਿੱਚ, ਪਰ ਫਿਰ ਇੰਡੀਆ ਜਾ ਕੇ ਉਹਨਾਂ ਨੇ ਕਢਵਾਈਆਂ ਸੀਗੀਆਂ, ਉਹ 3 ਛੋਟੀਆਂ ਗੋਲੀਆਂ ਕੱਢੀਆਂ ਸੀ ਉਹਨਾਂ ਨੇ ਤੇ ਉਹ ਬਿਲਕੁਲ ਠੀਕ ਆ। ਰੱਬ ਨਾ ਕਰੇ ਇਹਨਾਂ ਨੂੰ ਇਹ ਤਕਲੀਫ ਹੋਵੇ, ਪਹਿਲਾਂ ਇਹ ਆਪਣਾ ਡੇਲੀ ਜਿਹੜਾ ਹੈਗਾ ਆ ਆਪਣੇ ਜਿਹੜੇ ਨੱਕ ਦੇ, ਪਹਿਲਾਂ ਵੀ ਇੱਕ ਵਾਰੀ ਮੈਂ ਦੱਸੀ ਸੀ ਵੀ ਐਕਸਰਸਾਈਜ਼ ਹੀ ਆ ਕਰਨ, ਉਹ ਤੇਲ ਅੰਦਰ ਲਗਾਉਣ ਦੋਨਾਂ ਸਾਈਡਾਂ ਦੇ ਉੱਤੇ, ਤੇ ਮੈਂ ਤਾਂ ਸਰੋਂ ਦਾ ਤੇਲ ਇਸਤੇਮਾਲ ਕਰਦੀ ਹਾਂ ਤੇ ਕਈ ਦੇਸੀ ਘਿਓ ਪਾਉਂਦੇ ਨੇ ਨੱਕ ਦੇ ਵਿੱਚ, ਇਹ ਉਹ ਦਬਾਉਣ ਉਹਨੂੰ ਨਾ ਜਦੋਂ ਇਸ਼ਨਾਨ ਕਰਦੇ ਨੇ ਨੱਕ ਨੂੰ ਸਾਫ਼ ਕਰ ਚੰਗੀ ਤਰ੍ਹਾਂ, ਤੇ ਉਹਨੂੰ ਜਿਹੜੀ ਸੱਜੇ ਪਾਸੇ ਨੂੰ ਤੇ ਖੱਬੇ ਜਿਹੜੇ ਅੱਖ ਵਾਲੇ ਪਾਸੇ ਨੂੰ ਹਲਕਾ ਹਲਕਾ ਉਹਨੂੰ ਪ੍ਰੈਸ ਕਰਨ, ਸ਼ਾਇਦ ਇਹਨਾਂ ਨੂੰ ਰਿਲੀਫ ਮਿਲੇ, ਔਰ ਇਹ ਲਗਾਤਾਰ ਕਰਨ ਜਦੋਂ ਇਸ਼ਨਾਨ ਕਰਨ ਕਰ ਲੈਣ। ਬਹੁਤ ਥੈਂਕ ਯੂ ਜੀ, ਤੁਹਾਡਾ ਪ੍ਰੋਗਰਾਮ ਬਹੁਤ ਚੱਲੇ, ਸਤਿ ਸ਼੍ਰੀ ਅਕਾਲ। ਥੈਂਕ ਯੂ ਪਰਮਜੀਤ ਜੀ, ਬਹੁਤ ਬਹੁਤ ਧੰਨਵਾਦ ਜੀ। ਸਾਡੇ ਅਗਲੇ ਕਾਲਰ ਨੇ ਗੁਰਦੀਪ ਕੌਰ ਜੀ। ਜੀ ਬੇਟਾ, ਮੈਂ ਡੱਟਿਆਂ ਵਾਲੇ ਨੁਕਸਾ ਦੇ ਘੋਰ ਦੱਸਦੀ ਆ। ਇੱਕ ਤਾਂ ਇਮਲੀ ਭਿਉਂਦੇ ਨੇ ਰਾਤ ਨੂੰ, ਸਵੇਰੇ ਪੁਣ ਕੇ ਉਹਦਾ ਪਾਣੀ ਲੈ ਕੇ ਨਾ ਦਹੀਂ ਚ ਪਾ ਕੇ ਇਸ ਵਾਰ ਛਿਲਕਾ ਪਾ ਕੇ ਉਹ ਖਾਣ ਨਿਰਣੇ ਕਾਲਜ। ਇੱਕ ਸ਼ੱਕਰ ਪਾ ਕੇ ਗਲਿਆ ਬੜਾ ਰਸਿਆ ਕੇਲਾ ਹੋਵੇ, ਉਹ ਦਹੀਂ ਚ ਮਿੱਧ ਕੇ ਤੇ ਵਿੱਚ ਸ਼ੱਕਰ ਪਾ ਕੇ ਖਾਣ। ਠੀਕ ਹੈ। ਇੱਕ ਸੁੰਡ ਹਿੰਗ ਜਵੈਣ ਜੀਰਾ ਭੁੰਨ ਕੇ ਪਾਉਣਾ ਤੇ ਕਾਲਾ ਨਮਕ, ਸੁੰਡ ਹਿੰਗ ਜਵੈਣ ਤੇ ਜੀਰਾ ਭੁੰਨ ਕੇ ਪਾਓ ਤੇ ਕਾਲਾ ਨਮਕ ਇਹਨੂੰ ਪੀਸ ਕੇ ਨਾ ਠੰਡੇ ਪਾਣੀ ਨਾਲ ਤੁਸੀਂ 2 ਟਾਈਮ ਲੈਣ ਤੇ ਬਿਲਕੁਲ ਉਹਨਾਂ ਨੂੰ ਆਰਾਮ ਆਏਗਾ। ਮੈਂ ਇਹ ਵਰਤਿਆ ਸੀ, ਕਈਆਂ ਨੂੰ ਦੱਸਿਆ ਆਰਾਮ ਆ ਜਾਂਦਾ ਇਹਦੇ ਨਾਲ ਬਹੁਤ ਛੇਤੀ, ਕਿੰਨੀਆਂ ਵੀ ਪੋਟੀਆਂ ਟੱਟੀਆਂ ਲੱਗੀਆਂ ਇਹਦੇ ਨਾਲ ਆਰਾਮ ਆ ਗਿਆ। ਬਸ ਉਹ 2 ਚੀਜ਼ਾਂ ਉਹ ਦੇਣ, ਇੱਕ ਆ ਦੇਣ ਜਿਹੜੇ ਉਹਨਾਂ ਦੇ ਮੂੰਹ 'ਚ ਪਾਣੀ ਵਗਦਾ ਹੈ। ਇੱਕ ਤਾਂ ਤ੍ਰਿਪਲਾ ਰਾਤ ਨੂੰ ਭਿਉਂ ਕੇ ਰੱਖ ਦੇਣ 2 ਚਮਚ, ਸਵੇਰੇ ਉਹਨੂੰ ਪੁਣ ਕੇ ਨਾ ਮਿੱਧ ਕੇ ਚੰਗੀ ਤਰ੍ਹਾਂ, ਤੇ ਮਾੜਾ ਜਿਹਾ ਕਾਲੇ ਜਿਹਾ ਹੁੰਦਾ ਨਮਕ ਵੀ ਪਾ ਸਕਦੇ ਹਨ ਤੇ ਉਹ ਪੀਣ ਘੁੱਟ ਘੁੱਟ ਕਰਕੇ ਨਾ, ਉਹਦੇ ਨਾਲ ਮੂੰਹ ਨਾ ਜਿਹੜਾ ਪੀਣ ਵਾਈ ਜੀ ਹੋ ਗਈ ਮਰ ਜਾਏਗੀ। ਕਾਲੀ ਮਿਰਚ, ਲੌਂਗ ਤੇ ਠਿਕਰੀ ਨੇ ਸਾਦਰ ਇਹਨੂੰ ਕੁੱਟ ਕੇ ਨਾ ਮੂੰਹ ਦੇ ਵਿੱਚ ਮਲੋ, ਚੂਲੀਆਂ ਕਰੋ, ਬਾਹਰ ਤੇ ਉਹਨਾਂ ਨੇ ਪਾਣੀ ਨਹੀਂ ਆਏਗਾ। ਤੇ ਮੈਂ ਤੁਹਾਨੂੰ ਜਿਹੜੇ ਉਹ ਕਹਿੰਦੇ ਪੈਸੇ ਰੋਟੀ ਖਾਂਦੇ ਬਾਹਰ ਨੂੰ ਆ ਜਾਂਦੀ ਹੈ, ਤੁਹਾਨੂੰ ਆਹਦੇ ਪੈਸੇ ਉਲਟੀ ਤਰ੍ਹਾਂ ਆਉਂਦੀ ਮੈਨੂੰ। ਤੇ ਮੋਟੀ ਇਲਾਚੀ ਪਾ ਲਓ ਤੇ ਦਾਲਚੀਨੀ ਪਾ ਲਓ, ਹਿੰਗ ਪਾ ਲਓ, ਸੌਂਫ ਪਾ ਲਓ, ਜਵੈਣ ਪਾ ਲਓ, ਉਹਨੂੰ ਪੀਸ ਕੇ ਨਾ ਰੋਟੀ ਖਾਣ ਤੋਂ 15 ਕੁ ਮਿੰਟ ਪਹਿਲਾਂ 2 ਕੁ ਚੁਟਕੀਆਂ ਮੂੰਹ 'ਚ ਪਾ ਕੇ ਪਾਣੀ ਪੀ ਲੈਣ ਕਰਨ, ਉਹਨਾਂ ਨੂੰ ਭੁੱਖ ਵੀ ਲੱਗੇਗੀ, ਡਕਾਰ ਵੀ ਨੇ ਆ ਜਾਣਗੇ, ਰੋਟੀ ਹਜ਼ਮ ਹੋਏਗੀ ਤੇ ਫਿਰ ਬਾਹਰ ਨੂੰ ਨਹੀਂ ਆਏਗੀ। ਸੌਖਾ ਜਿਹਾ ਇਲਾਜ ਬੇਟੇ। ਓਕੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਮਹਿੰਦਰ ਸਿੰਘ ਜੀ। ਮਹਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਜੀ ਮੈਂ ਇਹ ਪੁੱਛਣਾ ਸੀਗਾ, ਮੇਰੇ ਪੈਰ ਬਹੁਤ ਦੁਖਦੇ ਥੱਲਿਓ ਤੇ ਉੱਤੋਂ ਵੀ ਪੰਜਿਆਂ ਤੋਂ, ਸਾਰਾ ਹੀ ਦੁਖਦਾ ਪੈਰ। ਹਾਂ ਸਾਰਾ ਸਾਰਾ, ਹਾਂਜੀ ਸਾਰਾ ਹੀ ਦੁਖਦਾ। ਤੇ ਉਹਦੇ ਲਈ ਮੈਨੂੰ, ਮੈਂ ਗਾਬਾਪੈਂਟਿਕ ਖਾਂਦਾ, ਗੋਲੀਆਂ 2 ਸਵੇਰ ਨੂੰ ਖਾ ਲੈਂਦਾ, ਤੇ ਉਹ ਡਾਕਟਰਾਂ ਨੂੰ ਛੱਡਿਆ, ਕਈਆਂ ਨੂੰ ਇੰਡੀਆ ਵੀ ਮੈਂ ਜਾਇਆ ਆ, ਕੋਈ ਫਰਕ ਨੀ ਮੈਨੂੰ ਪਿਆ ਕਿਸੇ ਦਵਾਈ ਨਾਲ, ਜੇ ਕੋਈ ਤਾਂ ਪਲੀਜ਼ ਦੱਸਿਓ। ਠੀਕ ਹੈ ਜੀ, ਠੀਕ ਹੈ ਜੀ, ਸੁਣਦੇ ਰਹੋ ਤੁਸੀਂ, ਸ਼ਾਇਦ ਕੋਈ ਦੱਸ ਦਊਗਾ ਵੀ ਪੈਰ ਦੁਖਦੇ ਬਹੁਤ। ਹਰਪ੍ਰੀਤ, ਹਰਪ੍ਰੀਤ ਕੌਰ ਜੀ, ਸਤਿ ਸ਼੍ਰੀ ਅਕਾਲ। ਚਲੋ ਜੀ, ਪੰਜਾਬੀ ਰੇਡੀਓ ਜੋ ਐਸ ਐਸ ਸੁਣ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਸਿਹਤ ਸੰਭਾਲ, ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਡਾਕਟਰ ਤਾਂ ਸਾਡੇ ਕੋਈ ਨਹੀਂ ਹੁੰਦਾ, ਪਰ ਸਾਡੇ ਸਰੋਤੇ ਡਾਕਟਰ ਹੁੰਦੇ ਆ, ਸਰੋਤੇ ਮਰੀਜ਼ ਹੁੰਦੇ ਆ। ਤੁਸੀਂ ਕੋਈ ਇਲਾਜ ਪੁੱਛਦੇ ਹੋ ਤਾਂ ਸਾਡੇ ਸਰੋਤੇ ਹੀ, ਸਾਡੇ ਲਿਸਨਰ ਹੀ ਦੱਸ ਜਾਂਦੇ ਉਸ ਦਾ ਕੋਈ ਨਾ ਕੋਈ ਇਲਾਜ। ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ, ਫੀਡਬੈਕ ਦੇ ਨਾਲ ਜਿਹੜਾ ਆ ਉਹ ਬਾਕੀਆਂ ਦਾ ਵੀ ਭਲਾ ਹੁੰਦਾ। ਜਿਹੜੀ ਚੀਜ਼ ਤੋਂ ਤੁਹਾਨੂੰ ਆਰਾਮ ਆਇਆ ਸੀ ਤਾਂ ਜ਼ਰੂਰ ਦੱਸਿਆ ਕਰੋ। ਮੈਂ ਦੇਖਦੀ ਹਾਂ ਵੀ ਕਈ ਬਹੁਤ ਸਾਰੀਆਂ ਚੀਜ਼ਾਂ ਦੱਸੀਆਂ ਜਾਂਦੀਆਂ, ਜਾਂ ਤੁਸੀਂ ਲਿਖੀਆਂ ਨਹੀਂ ਹੁੰਦੀਆਂ ਅਤੇ ਜਾਂ ਫਿਰ ਤੁਸੀਂ ਕਹਿੰਦੇ ਹਾਂ ਸਾਨੂੰ ਕੀ ਆ, ਅਗਲੇ ਨੂੰ ਆਪੇ ਆਰਾਮ ਆ ਜਾਊਗਾ, ਇਹ ਨਹੀਂ ਹੁੰਦੀ। ਆ ਕਿਸੇ ਨੂੰ ਦੱਸਿਆ ਜ਼ਰੂਰ ਕਰੋ,
ਕਿ ਕਿਹੜੀ ਚੀਜ਼ ਤੁਸੀਂ ਲਈ ਸੀ, ਕਿਹੜੀ ਚੀਜ਼ ਤੋਂ ਤੁਹਾਨੂੰ ਆਰਾਮ ਆਇਆ ਸੀ। ਇਹ ਹੋਮ ਰੈਮਡੀ ਆ, ਹੋਮ ਰੈਮਡੀ ਦੀ ਆਪਾਂ ਇੱਥੇ ਗੱਲ ਕਰਦੇ ਹਾਂ ਕਿ ਜਿਹੜੀਆਂ ਘਰਾਂ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ, ਸਾਡੇ ਕਲੋਸਟਾਂ 'ਚ ਪਈਆਂ, ਸਾਡੇ ਕਿਚਨ ਦੇ ਵਿੱਚ ਪਈਆਂ ਚੀਜ਼ਾਂ ਜਾਂ ਸਾਨੂੰ ਸਟੋਰ ਤੋਂ ਈਜ਼ੀਲੀ ਮਿਲ ਜਾਂਦੀਆਂ, ਪੰਸਾਰੀ ਦੀ ਦੁਕਾਨ ਤੋਂ ਮਿਲ ਜਾਂਦੀਆਂ, ਉਹ ਆਪਾਂ ਲੈ ਕੇ ਉਹਨਾਂ ਦੇ ਨਾਲ ਆਪਣਾ ਇਲਾਜ ਕਰ ਸਕਦੇ ਹਾਂ। ਸਾਡੇ ਕੋਲ ਇਸ ਤਰ੍ਹਾਂ ਦਾ ਡਾਕਟਰ ਨਹੀਂ ਜਿਹੜਾ ਤੁਹਾਨੂੰ ਕੋਈ ਦਵਾਈ ਨੂੰ ਲਿਖ ਕੇ ਦੇਵੇ, ਤੁਹਾਨੂੰ ਦਵਾਈ ਲਿਖਾਉਣੀ ਪਵੇ। ਘਰ ਵਿੱਚ ਪਈਆਂ ਹੋਈਆਂ ਚੀਜ਼ਾਂ ਦੇ ਨਾਲ ਕਿਵੇਂ ਆਰਾਮ ਲਿਆਉਣਾ, ਉਹਦੀ ਗੱਲਬਾਤ ਕਰਦੇ ਹਾਂ। 408-272-5200 ਸਟੂਡੀਓ ਦਾ ਫੋਨ ਨੰਬਰ ਆ। ਸਾਡੇ ਕਾਲਰ ਨੇ ਜੀ ਨਰਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ ਨਾ ਅੱਗੇ ਕੱਲਾ ਗਲਾ ਸੁੱਕਦਾ ਸੀ, ਹੁਣ ਮੇਰਾ ਮੂੰਹ ਬੜਾ ਸੁੱਕਦਾ, ਨਾਲ ਹੀ ਸਾਰਾ ਮੂੰਹ ਨੁਕਸੇ ਤੇ ਲਿਖਦੇ ਰਹੀ ਦਾ, ਤੇ ਕੋਈ ਨਾ ਕੋਈ ਸੁਣੀ ਦੀ ਸਾਰੀ ਤੁਹਾਡੀ ਜਾਣਕਾਰੀ। ਹਾਂਜੀ ਹਾਂਜੀ, ਚਲੋ ਕੋਈ ਨੀ, ਪੁੱਛ ਲੈਣੇ ਦੱਸ ਦੋ। ਹਾਂਜੀ ਹਾਂਜੀ, ਮੇਰੇ ਨਾ ਨਾਲੇ ਨਵਾਂ ਚੋਂ ਜਲਨ ਬੜੀ ਹੁੰਦੀ ਹੈ, ਨਵਾਂ ਦੇ ਅਗਲੇ ਪਾਸੇ ਹੱਥਾਂ ਨੂੰ ਤੇ ਪੈਰਾਂ ਨੂੰ, ਇਹ ਦੱਸਿਓ ਕੋਈ ਕੈਂਤਰਾ ਜੇ ਕੋਈ ਦੱਸੇ ਤਾਂ। ਠੀਕ ਹੈ ਜੀ। ਹਾਂਜੀ ਹਾਂਜੀ ਠੀਕ, ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਨੇ ਸਾਡੇ ਮਹਿੰਦਰ ਕੌਰ ਜੀ। ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਮੇਰੇ ਨਾ ਪਾਸੇ ਭਰਨੇ, ਮੈਂ ਡਿੱਗੀ ਸੀ, ਮੇਰੇ ਕਹਿੰਦਾ ਲੱਤ ਕੰਨੀ ਤੇ ਆ ਪੁੜੇ ਤੇ ਸੱਟ ਲੱਗੀ ਸੁੱਕੀ, ਉਹਦਾ ਕੋਈ ਇਲਾਜ ਹੈਗਾ ਤਾਂ ਦੱਸੋ। ਤੁਹਾਡੇ ਚਿਰ ਹੋਇਆ ਲੱਗੀ ਨੂੰ ਸੱਟ? ਹਾਂ ਹਾਂ ਹਾਂ, ਪੁੜੇ ਤੇ ਇੱਕ ਪਾਸੇ, ਉਹ ਸਾਰੀ ਹੀ ਦੁਖਦੀ ਹੈ, ਟੂਹੀ ਵੀ ਨਾਲ ਝਲਕੀ ਗਈ ਪੁੜੇ ਤੇ, ਜ਼ਿਆਦਾ ਜ਼ਿਆਦਾ ਡਿੱਗ ਗਿਆ। ਹਾਂ ਹਾਂ, ਪਾਸੇ ਭਰਨੇ ਡਿੱਗ ਪਈ, ਉੱਥੇ ਹੁਣ ਉਹਨਾਂ ਝਲਕਾ ਪਿਆ ਹੋ ਤਾਂ ਦੁਖਦੀ ਹੈ ਲੱਤ ਵੀ, ਤਾਂ ਤੋਂ ਪੁੜਾ। ਠੀਕ ਹੈ, ਓਕੇ ਭੈਣ ਜੀ, ਥੈਂਕ ਯੂ ਜੀ, ਥੈਂਕ ਯੂ। ਰਾਮ ਪ੍ਰਕਾਸ਼ ਜੀ। ਹਾਂਜੀ ਕੱਲ ਭੈਣ ਜੀ, ਸਤਿ ਸ਼੍ਰੀ ਅਕਾਲ। ਭੈਣ ਜੀ ਮੈਂ ਦੋ ਇਲਾਜ ਦੱਸਦਾ ਜੀ, ਇੱਕ ਤਾਂ ਉਹ ਜਿਹੜਾ ਲੜਕੀ ਕਹਿੰਦੀ ਸੀਗੀ ਪੇਟ 'ਚ ਦਰਦ, ਉਹਦੇ ਬਾਰੇ ਦੱਸਦਾ ਜੀ, ਅਤੇ ਉਹ ਤੋਂ ਪਹਿਲਾਂ ਮੈਂ ਦੱਸਦਾ ਜਿਹੜਾ ਭਾਈ ਸਾਹਿਬ ਉਹਨੇ ਫੋਨ ਪੁੱਛਦੇ ਸੀਗੇ ਨਾ ਕਾਸਟਿਕ ਸੋਡਾ ਸੋਡੇ ਬਾਰੇ ਜੀ। ਹਾਂਜੀ, ਉਹ ਭੁੱਲ ਕੇ ਵੀ ਕਾਸਟਿਕ ਸੋਡਾ ਨਾ ਕੋਈ ਲੈ ਲਵੇ। ਅੱਛਾ, ਕਾਸਟਿਕ ਸੋਡਾ ਜਿਹੜਾ ਹੁੰਦਾ ਉਹ ਜਿਸ ਤਰ੍ਹਾਂ ਸਾਈਕਲ ਧੋਂਦੇ ਹੁੰਦੇ ਸੀਗੇ ਇੰਡੀਆ ਦੇ ਵਿੱਚ, ਮੈਲੇ ਇੰਜਣ ਧੋਂਦੇ ਸੀਗੇ, ਉਹ ਕਾਸਟਿਕ ਸੋਡਾ ਇਸ ਕੰਮ ਲਈ ਵਰਤਿਆ ਜਾਂਦਾ ਹੁੰਦਾ ਜੀ। ਉਹਨੇ ਬੋਡੀ ਧੋਣ ਲਈ ਕਿਹਾ ਸੀ, ਉਹਲੇ ਪੁੱਛਦੇ ਸੀ? ਨਹੀਂ, ਉਹ ਕਹਿੰਦੇ ਸੀਗੇ ਭਈ ਸਕਿਨ ਦੇ ਉੱਤੇ ਰੈਸ਼ ਹੋਵੇ ਤਾਂ ਵਰਤਣ ਨੂੰ ਕਹਿੰਦੇ ਸੀਗੇ ਜੀ, ਪਰ ਉਹ ਕਾਸਟਿਕ ਸੋਡਾ ਨਹੀਂ, ਉਹ ਭਾਈ ਨੂੰ ਕਹਿਣ ਦੇ ਵਿੱਚ ਥੋੜਾ ਜਿਹਾ ਭੁਲੇਖਾ ਲੱਗ ਗਿਆ ਸੀਗਾ, ਉਹਨੂੰ ਪਹਿਲਾਂ ਕਿਹਾ ਸੀਗਾ ਕੱਪੜੇ ਧੋਣੇ ਵਾਲਾ ਸੋਡਾ, ਫਿਰ ਉਹਨੂੰ ਕਹਿਤਾ ਕਾਸਟਿਕ ਸੋਡਾ, ਉਹ ਉਹਦੇ ਦੱਸਣ ਚ ਭੁਲੇਖਾ ਲੱਗਿਆ, ਕਾਸਟਿਕ ਸੋਡਾ ਨੂੰ ਕੋਈ ਭੁੱਲ ਕੇ ਵੀ ਲੈ ਲਵੇ, ਬਾਕੀ ਜਗਵੀਰ ਸਿੰਘ ਹੁਣੀ ਦੱਸ ਦੇਣਗੇ ਭਈ ਕਿਆ ਮੇਰੀ ਗੱਲ ਸੱਚੀ ਆ ਜਾਂ ਝੂਠ ਹੈ। ਉਹ ਕਾਸਟਿਕ ਸੋਡਾ ਇੱਥੇ ਮਿਲ ਜਾਂਦਾ ਹੋਊਗਾ? ਕਾਸਟਿਕ ਸੋਡਾ ਬਹੁਤ ਡੇਂਜਰਸ ਚੀਜ਼ ਆ ਜੀ, ਤੇਜ਼ਾਬ ਨਾਲ ਜ਼ਿਆਦਾ ਜਾਲ ਦੂ ਸਰੀਰ ਨੂੰ ਜੀ ਉਹ ਤਾਂ। ਓ ਅੱਛਾ ਅੱਛਾ, ਠੀਕ ਹੈ, ਥੈਂਕ ਯੂ ਤੁਹਾਡਾ। ਮੈਂ ਅਲਰਟ ਕਰ ਰਿਹਾ ਬੰਦੇ ਨੂੰ, ਇਹ ਨਾ ਲਵੇ, ਬਾਕੀ ਜਗਵੀਰ ਸਿੰਘ ਹੁਣੀ ਦੱਸ ਦੇਣਗੇ ਕਿ ਕਿਆ ਮੇਰੀ ਗੱਲ ਸੱਚੀ ਹੈ ਜਾਂ ਝੂਠੀ ਹੈ। ਹੋ ਸਕਦਾ ਕਿ ਕੱਪੜੇ ਧੋਣੇ ਵਾਲਾ ਸੋਡਾ ਕਿਹਾ ਹੋਵੇ, ਉਹ ਗੱਲ ਵੱਖਰੀ ਆ, ਪਰ ਉਹ ਤੋਂ ਕਾਸਟਿਕ ਸੋਡਾ ਬਾਅਦ ਚ ਕਿਹਾ ਹੋ ਗਿਆ ਸੀਗਾ ਗਲਤੀ ਨਾਲ, ਹੋ ਸਕਦਾ। ਅੱਛਾ ਅੱਛਾ ਅੱਛਾ, ਠੀਕ ਹੈ। ਦੂਜੇ ਜੀ ਮੈਂ ਦੱਸਦਾ, ਲੜਕੀ ਜਿਹੜੀ ਕਹਿੰਦੀ ਸੀਗੀ ਵੀ ਮੇਰੇ ਪੇਟ ਦਰਦ ਰਹਿੰਦਾ ਬਹੁਤ ਜ਼ਿਆਦਾ ਜੀ, ਉਹਦੇ ਵਾਸਤੇ ਇੱਕ ਇਲਾਜ ਦੱਸਦਾ ਜੀ, ਉਹ ਫਿਰ ਬਾਅਦ ਚ ਫੀਡਬੈਕ ਇੱਕ ਹਫ਼ਤੇ ਬਾਅਦ ਦੇਵੇ ਸਾਨੂੰ ਜ਼ਰੂਰ। ਹਾਂ, ਦੱਸ ਜ਼ਰੂਰ ਦਿਆ ਕਰਨਾ ਨਾ, ਫਿਰ ਅਗਲਾ ਹੋਰ ਵੀ ਕੋਈ ਵਰਤਦਾ ਇਹਨਾਂ ਚੀਜ਼ਾਂ ਨੂੰ ਜੀ। ਉਹ ਇਸ ਤਰ੍ਹਾਂ ਹੈ ਜੀ, ਉਹਨੂੰ ਕਹਿੰਦੇ ਹੁੰਦੇ ਅੱਠ ਪੈਰੀ ਜੁਆਇਨ ਜੀ। ਅੱਠ ਪੈਰੀ ਜੁਆਇਨ ਦਾ ਮਤਲਬ ਅੱਠ ਪੈਰ ਦਿਨ ਦੇ ਹੁੰਦੇ, ਦਿਨ ਰਾਤ ਦੇ 24 ਘੰਟੇ ਨੂੰ ਅੱਠ ਪੈਰ ਕਹਿੰਦੇ ਆ ਜੀ। ਠੀਕ ਆ। ਤੇ ਉਹ ਸਵੇਰ ਦੇ ਵੇਲੇ ਕਿਤੇ ਜ਼ਿਆਦਾ ਕੱਚਾ ਭਾਂਡਾ ਜਿੱਦਾਂ ਹੁੰਦਾ ਉਹਦੇ ਵਿੱਚ, ਜਾਂ ਕੱਚਾ ਭਾਂਡਾ ਨਾ ਮਿਲੇ ਤਾਂ ਚੀਨੀ ਦੀ ਕੋਈ ਖੁੱਲੇ ਮੂੰਹ ਵਾਲਾ ਭਾਂਡਾ ਲੈ ਕੇ ਉਹਦੇ ਵਿੱਚ ਇੱਕ ਮੁੱਠ ਜੁਆਇਨ ਦੀ ਸਾਫ਼ ਪਾ ਦੇਵੇ, ਇਹ ਉਹਦੇ ਵਿੱਚ ਪਾ ਦੇਣਾ ਗਲਾਸ ਪਾਣੀ ਦਾ ਪਾ ਦੇਵੇ ਜੀ ਫਿਰ ਇੱਕ। ਠੀਕ ਆ। ਤਾਂ ਉਹ ਪਾਣੀ ਦਾ ਗਲਾਸ ਪਾ ਕੇ ਉਸ ਭਾਂਡੇ ਦੇ ਵਿੱਚ ਜੁਆਇਨ ਤੇ ਪਾਣੀ ਪਾ ਦੇਣਾ, ਵਿੱਚ ਪਾ ਦੇਣੀਆਂ 5-7 ਕੁ ਖੁਸ਼ਕੀ ਤੋਂ ਆਪਣੇ ਬਦਾਮਾਂ ਦੀਆਂ ਗਿਰੀਆਂ ਜੀ। ਠੀਕ ਆ। 2 ਕੁ ਪਾ ਦੇਣੀਆਂ ਵਿੱਚ, ਉਹਦੇ 4 ਕੁ ਕਾਲੀਆਂ ਮਿਰਚਾਂ ਪਾ ਦੇਣ, ਨਹੀਂ ਤਾਂ ਕਾਲੀ ਮਿਰਚ ਤੇ ਕਾਲੇ ਲੂਣ ਦਾ ਮਸਾਲਾ ਵੱਖਰਾ ਬਣਾ ਲੈਣ, ਜਿਸ ਵੇਲੇ ਸਮਾਨ ਤਿਆਰ ਹੋਊਗਾ ਫਿਰ ਬਾਅਦ ਦੇ ਵਿੱਚ ਚੁਟਕੀ ਪਾ ਲਿਆ ਕਰੇ ਜੀ, ਵਿੱਚ ਨਾ ਵੀ ਪਾਵੇ ਤਾਂ ਵੀ, ਤੇ ਵਿੱਚ ਸਿਰਫ ਛੋਟੀ ਇਲਾਇਚੀ ਬਦਾਮ ਤੇ ਆਪਣੇ 2 ਕੁ ਛੋਟੀ ਇਲਾਇਚੀਆਂ, 5-7 ਬਦਾਮ ਤੇ 1 ਮੁੱਠ ਜੁਆਇਣ ਦੀ ਪਾ ਕੇ ਇਹਨੂੰ ਭਾਂਡੇ ਨੂੰ ਰੱਖ ਦੇਣਾ ਜੀ, ਉੱਪਰ ਛਾਣਨੀ ਦੇ ਦੇਣੀ ਜੀ ਗਲਾਸ ਪਾਣੀ ਦਾ ਪਾ ਕੇ ਜੀ। ਅੱਛਾ। ਧੁੱਪੇ ਪਿਆ ਰਹੇ ਜੀ, ਬਿਲਕੁਲ ਧੁੱਪ ਲੱਗਣੀ ਚਾਹੀਦੀ ਆ, ਰਾਤ ਨੂੰ ਉਹਦੇ ਵਿੱਚ ਤੇਲ ਪੈ ਜਾਵੇ ਜੀ, ਸਵੇਰ ਨੂੰ 24 ਘੰਟੇ ਹੋ ਜਾਣੇ ਆ ਜੀ, ਜਿਸ ਵੇਲੇ ਨਿਰਨੇ ਕਾਲ ਜੇ ਉਹ ਨਹੀਂ ਪੀਣਾ ਜੀ, ਉਹਨੂੰ ਕੀ ਕਰਨਾ ਫਿਰ ਬਦਾਮ ਛਿੱਲ ਲੈਣੇ ਜੀ ਕੱਢ ਕੇ, ਵਿੱਚੋਂ ਜਿਹੜਾ ਪਾਣੀ ਹੋਣਾ ਉਹ ਪੁਣ ਕੇ ਬਾਹਰ ਕੱਢ ਦੇਣਾ, ਸੁੱਟ ਦੇਣਾ, ਪਾਣੀ ਨਹੀਂ ਉਹ ਵਰਤਣਾ ਜੀ ਜੁਆਇਣ ਦਾ। ਠੀਕ ਆ।
हाँ जी ये पहली गल जवैन नू फिर कूंडे सोटे जां मिक्सी दे विच रगड़ लेना जी ठीक आ फिर बदमा दिरिया पा देनिया जिस वे कुट हो गई तो फिर छोटी इलायची कुट देनी है जी दुध जिहा निकलूगा जी थोड़ा थोड़ा पानी पाई जाना दुध जिहा निकलना शुरू हो जाना जी जिस वे एन पी हो जूगी दुध निकल आना जी ओ अद्धा कप या कप पानी का पा लैन घोल के ओनू मतलब ना जी ओ फिर कपड़े पुन लैन जी उस पानी ठीक है सिर्फ दुध दवाई वर्गा दुध कौड़ा कौड़ा आना जी ओदे विच ओ मसाला जिहड़ा होना काले लून आला मिर्च मसाला जीरे आला ओ पा के निरने काल जे पीण जी कम से कम 5-6 दिन ठीक फिर ओनी 5-6 दिन जे ठीक हो जाण फिर एक एक दिन दा नागा करके छड़ना शुरू कर देण जी एक दिन पी लिया दूजे दिन नागा कर लिया इदां कर लैण जी ओ हफ्ते 10 दिन बाद देखो तुहानूं फीडबैक दऊगा कि बिलकुल ठीक आ जी हाँ देन जरूर आपां रिक्वेस्ट भी करते हैं ताकि होर भी किसी दे काम आ सकन चीजां पहला लगातार 4-5 दिन पीण फिर एक एक दिन छड के पी लैण जी ठीक है ओके जी थैंक यू जी बहुत शुक्रिया पिछले प्रोग्राम कोई गोड्या दी कोई गोली कोई बैन हुई सी ਉਹਦਾ ਨਾਮ ਜੇ ਕੋਈ ਰਿਪੀਟ ਕਰ ਦੋਏ ਤੇ ਫਿਰ ਸਾਨੂੰ ਪਤਾ ਲੱਗ ਜੂਗਾ ਉਹ ਮਜ਼ੀਕਿਆਂ ਦੇ ਸਟੋਰ ਚ ਉਦਾਂ ਹੀ ਮਿਲਦੀਆਂ ਸੀਗੀਆਂ ਜੇ ਤਾਂ ਤੁਸੀਂ ਉੱਥੋਂ ਲਈ ਆ ਕੋਈ ਹਾਂਜੀ ਮੰਮੀ ਨੂੰ ਉਹਨਾਂ ਦੀ ਕਿਸੇ ਫਰੈਂਡ ਨੇ ਦਿੱਤੀ ਆ ਗੋਲੀ ਨਾ ਹੈਗਾ ਉੱਤੇ ਲਿਖ ਉਹਦੇ ਤੇ ਕੋਈ ਜਿਹੜੀ ਮੰਮੀ ਨੇ ਆਪਣੀ ਨੋਟਬੁੱਕ ਦੇ ਵਿੱਚ ਨੋਟ ਕੀਤਾ ਉਹਦੇ ਵਿੱਚ ਕੋਈ ਆਰਟੀਕਲ ਔਰ ਕਿੰਗ ਕੁੰਗ ਕਰਕੇ ਲਿਖਿਆ ਸੀ ਉਹੀ ਆ ਤੇ ਪਰ ਜਿਹੜੀ ਇਹ ਮੰਮੀ ਨੂੰ ਜਿਹੜੀ ਗੋਲੀ ਦਿੱਤੀ ਹੈ ਇਹਦੇ ਵਿੱਚ ਔਰਤੇਗਾ ਕਰਕੇ ਮਤਲਬ ਸਪੈਨਿਸ਼ ਚ ਲਿਖਿਆ ਹੋਇਆ ਤੇ ਇੱਕ ਵਰਡ ਆਰਟੀਕੂਲਰ ਲਿਖਿਆ ਆ ਉਹ ਤਾਂ ਕਰਕੇ ਉਸ ਚੀਜ਼ ਨੂੰ ਲੈ ਨਾ ਹੀ ਲਿਓ ਤੁਸੀਂ ਨਾ ਹੀ ਲਿਓ ਉਹੀ ਆ ਉਹ ਜਿਹੜਾ ਤੁਸੀਂ ਪਹਿਲਾਂ ਨਾ ਦੱਸਿਆ ਚਲੋ ਠੀਕ ਹੈ ਜੀ ਧੰਨਵਾਦ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਹਾਂ ਜਿਹੜੀਆਂ ਚੀਜ਼ਾਂ ਬੈਨ ਹੋ ਜਾਂਦੀਆਂ ਵੈਸੇ ਵੀ ਆਪਾਂ ਕਈ ਵਾਰੀ ਕੋਈ ਦਵਾਈਆਂ ਲਿਆ ਕੇ ਆਉਂਦੇ ਹਾਂ ਨਾ ਕਾਊਂਟਰ ਤੋਂ ਚੱਕ ਕੇ ਲਿਆਉਂਦੇ ਹਾਂ ਆ ਕਈ ਉੱਦਾਂ ਹੀ ਆਪਾਂ ਪੰਜਾਬ ਜਾਂਦੇ ਹਾਂ ਤਾਂ ਲੈ ਜਾਂਦੇ ਹਾਂ ਕੋਈ ਟਾਈਲਨੋਲ ਲੈ ਗਿਆ ਕੋਈ ਐਡਵਲ ਲੈ ਗਿਆ ਕਈ ਵਾਰੀ ਉਹਨੇ ਸਸਤੀਆਂ ਵੀ ਲਾਈਆਂ ਹੁੰਦੀਆਂ ਵੀ ਦੂਜੀ 50% ਔਫ ਉਹਨਾਂ ਦੇ ਉੱਤੇ ਡੇਟ ਜ਼ਰੂਰ ਦੇਖ ਲਿਆ ਕਰੋ ਵੈਸੇ ਵੀ ਡੇਟ ਜਿਹੜੀਆਂ ਚੱਲਦੀਆਂ ਦਵਾਈਆਂ ਜਿਹੜੀਆਂ ਹੁਣ ਆਪਾਂ ਕਈ ਵਾਰੀ ਚਾਈਨੀਜ਼ ਸਟੋਰ ਮੈਕਸੀਕਨ ਸਟੋਰ ਤੋਂ ਲੈ ਲੈਂਦੇ ਹਾਂ ਕਈ ਵਾਰੀ ਤਾਂ ਉਹਨਾਂ ਨੇ ਸ਼ਾਇਦ ਲਿਖਿਆ ਵੀ ਹੁੰਦਾ ਹੋਊਗਾ ਵੀ ਆਪਾਂ ਚੈੱਕ ਕੀਤੀਆਂ ਹੋਈਆਂ ਬਾਅਦ ਦੇ ਵਿੱਚ ਫਿਰ ਇਸ ਤਰ੍ਹਾਂ ਦਾ ਕਈ ਵਾਰੀ ਉਹ ਫੰਡਾ ਜਿਹਾ ਨਿਕਲਿਆ ਹੁੰਦਾ ਕਿ ਉਹਨਾਂ ਨੂੰ ਰੀਕਾਲ ਕਰ ਲਿਆ ਗਿਆ ਰੀਕਾਲ ਦਾ ਹੁੰਦਾ ਕਿ ਉਹਨਾਂ ਨੂੰ ਖਾਣਾ ਨਹੀਂ ਉਹਨਾਂ ਗੋਲੀਆਂ ਨੂੰ ਉਹਨਾਂ ਦਵਾਈਆਂ ਨੂੰ ਵਾਪਸ ਬੁਲਾ ਲਿਆ ਗਿਆ ਆ ਸੋ ਇਹਦਾ ਮਤਲਬ ਇਹੀ ਹੁੰਦਾ ਉਹ ਤੁਸੀਂ ਲੈਣੀਆਂ ਨੀਗੀਆਂ ਜਿਹੜੇ ਵੀ ਹੈਗੇ ਜਿਨ੍ਹਾਂ ਨੇ ਕਿਸੇ ਤੋਂ ਲਈਆਂ ਸੀ ਮੈਕਸੀਕਨ ਸਟੋਰਾਂ ਤੋਂ ਲਈਆਂ ਸੀਗੀਆਂ ਉਹ ਤੁਸੀਂ ਹੁਣ ਇਹਨਾਂ ਚੀਜ਼ਾਂ ਨੂੰ ਨਾ ਲਿਓ ਕਿਉਂਕਿ ਉਹ ਬੈਨ ਹੋ ਚੁੱਕੀਆਂ ਆ ਅਤੇ ਆਪਣੇ ਆਸਟ੍ਰੇਲੀਆ ਤੋਂ ਕਾਲ ਆਈ ਸੀਗੀ ਕਿ ਪ੍ਰੈਗਨੈਂਸੀ ਦੇ ਵਿੱਚ ਉਲਟੀ ਆਉਂਦੀ ਆ ਉਹ ਦੱਸਿਆ ਨਹੀਂ ਕਿਸੇ ਨੇ ਕਾਫੀ ਟਾਈਮ ਪਹਿਲਾਂ ਦੱਸਿਆ ਸੀਗਾ ਕਿ ਪੂਦਨੇ ਦਾ ਰਸ ਜਿਹੜਾ ਆ ਇੱਕ ਚਮਚਾ ਲੈ ਲੈਣਾ ਉਹਦਾ ਰਸ ਜਿਹਾ ਕੱਢ ਲੈਣਾ ਹੈ ਅਤੇ ਅਦਰਕ ਦਾ ਰਸ ਜ਼ਰੂਰੀ ਆ ਹੈਵ ਟੂ ਆ ਉਹਨੂੰ ਕੱਢਣਾ ਆ ਤੁਲਸੀ ਦਾ ਰਸ ਕੱਢ ਲੈਣਾ ਨਾ ਵੀ ਹੋਵੇ ਚੀਜ਼ ਮਿਲ ਜਾਂਦੀ ਆ ਤੁਲਸੀ ਅਤੇ ਉਹਦੇ ਵਿੱਚ ਇੱਕ ਚਮਚਾ ਤੁਸੀਂ ਹਨੀ ਦਾ ਪਾ ਲੈਣਾ ਸ਼ਹਿਦ ਦਾ ਅਤੇ ਉਹਦੇ ਵਿੱਚ ਤੁਸੀਂ ਕਾਲਾ ਲੂਣ ਅਤੇ ਅਜਵੈਣ ਕੁੱਟ ਕੇ ਪਾ ਲਓ ਇਹਨਾਂ ਚੀਜ਼ਾਂ ਨੂੰ ਲੈਣ ਨੂੰ ਕਿਹਾ ਸੀਗਾ ਕਿ ਇੱਕ ਚਮਚਾ ਤੁਸੀਂ ਰੋਜ਼ ਲੈਣਾ ਆ ਅਤੇ ਉਹਦੇ ਨਾਲ ਆਰਾਮ ਆ ਸਕਦਾ ਆ ਤੁਸੀਂ 10-12 ਦਿਨ ਇਹ ਲੈਣਾ ਆ ਕਿਉਂਕਿ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੁੰਦੀ ਆ ਫਿਰ ਉਹ ਬਹੁਤ ਔਖੇ ਹੁੰਦੇ ਆ ਕਿਡਨੀਆਂ ਘਟੀਆਂ ਇਹ ਵੀ ਪੁੱਛਿਆ ਸੀਗਾ ਹਰਵਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਹਾਂਜੀ ਆਪਣੇ ਨਾ ਰਿਸ਼ਤੇਦਾਰੀ ਚੋਂ ਗੁੜੀਆ ਗਈ 32-33 ਸਾਲ ਦੀ ਉਹਨਾਂ ਨੂੰ ਗਠੀਆ ਬਹੁਤ ਅੱਗੇ ਦੱਸਿਆ ਸੀ ਗਠੀਏ ਦਾ ਇਲਾਜ ਅਤੇ ਉਦੋਂ ਆਪਾਂ ਲਿਖਿਆ ਨਹੀਂ ਗਿਆ ਹੈਗਾ ਜੇ ਕੋਈ ਦੁਬਾਰਾ ਉਹ ਦੱਸ ਦੇਣ ਪੈਣਗੀ ਤਾਂ ਹਾਂਜੀ ਹਾਂਜੀ ਉਹਨਾਂ ਨੂੰ ਤਾਂ ਆਰਾਮ ਆਇਆ ਸੀ ਉਸ ਚੀਜ਼ ਤੋਂ ਅਤੇ ਆਪਾਂ ਫਿਰ ਰਿਕੁਐਸਟ ਕਰ ਦਿੰਦੇ ਹਾਂ ਭਾਈ 10 ਜ਼ਰੂਰ ਹਾਂਜੀ ਬਹੁਤ ਮਿਹਰਬਾਨੀ ਹੋਊਗੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੱਸ ਦਿਓ ਜੀ 2-3 ਚੀਜ਼ਾਂ ਸੀਗੀਆਂ ਜੇ ਕਿਸੇ ਨੂੰ ਯਾਦ ਆ ਤੇ ਕਿ ਉਹ ਗਠੀਏ ਤੋਂ ਲਈਆਂ ਸੀਗੀਆਂ ਨਾਲੇ ਉਹ ਗਰਮ ਚੀਜ਼ਾਂ ਸੀਗੀਆਂ ਅਤੇ ਸਿਆਲ ਦੇ ਵਿੱਚ ਜੇ ਉਹ ਤੁਸੀਂ ਬਣਾ ਕੇ ਖਾ ਲਉਂਗੇ ਤਾਂ ਤੁਹਾਨੂੰ ਉਹ ਚੀਜ਼ਾਂ ਪਚ ਸਕਦੀਆਂ ਅਤੇ ਇੱਕ ਕਿਸੇ ਦੀਆਂ ਘਟ ਗਈਆਂ ਸੀਗੀਆਂ ਕਿਡਨੀਆਂ ਲੋਹ ਹੋ ਗਈਆਂ ਸੀਗੀਆਂ ਉਹਦੇ ਵਿੱਚ ਜੀ ਦੱਸਿਆ ਸੀਗਾ ਭਖੜਾ ਜੌਂਖਾਰ ਅਤੇ ਕਲਮੀ ਛੋਰਾ ਬਰਾਬਰ ਮਾਤਰਾ ਦੇ ਵਿੱਚ ਲੈ ਕੇ ਕੁੱਟ ਕੇ ਅਤੇ ਕੱਚੀ ਲੱਸੀ ਨਾਲ ਲੈਣਾ ਇਹ ਚੀਜ਼ਾਂ ਗਰਮ ਹੁੰਦੀਆਂ ਆ
ਵੈਸੇ ਤੁਸੀਂ ਪੁੱਛਣਾ ਚਾਹੁੰਦੇ ਸੀ ਮੇਰੇ ਖਿਆਲ ਦੇ ਵਿੱਚ ਵੀ ਜਿਹੜਾ ਕੋਡਾਂ ਵਾਲਾ ਆ ਕਿ ਇੱਕ ਲੀਟਰ ਤੁਸੀਂ ਜੂਸ ਕੱਢਣਾ ਆ ਨਿੰਬੂਆਂ ਦਾ, ਪੀਲੇ ਨਿੰਬੂਆਂ ਦਾ ਜੂਸ ਕੱਢ ਲਓ, ਇੱਕ ਲੀਟਰ ਪੁਣ ਲਓ ਉਹਨੂੰ, ਨਹੀਂ ਪੁਣਨਾ ਬਾਅਦ ਵਿੱਚ ਵੀ ਪੁਣ ਸਕਦੇ ਹਾਂ, ਉਹਦੇ ਵਿੱਚ ਫਿਰ 8 ਕੋਡਾਂ ਪਾਉਣੀਆਂ ਸੀ। ਉਹ ਤੁਹਾਨੂੰ ਧੁੱਪੇ ਰੱਖਣ ਦੀ ਲੋੜ ਨਹੀਂ ਪੈਣੀ ਕਿਉਂਕਿ ਤੁਸੀਂ ਆਪਣੇ ਕਿਚਨ ਟੇਬਲ ਦੇ ਉੱਤੇ ਰੱਖ ਲਓ, ਉਹ 2-3 ਦਿਨਾਂ ਦੇ ਵਿੱਚ ਵਿੱਚੇ ਉਹ ਮਿਕਸ ਹੋ ਜਾਂਦੀਆਂ ਆ। ਅਤੇ ਅੱਧਾ ਕੁ ਢੱਕਣਾ ਆ ਉਹਨੂੰ, ਢੱਕ ਲਾਇਓ। ਕਈ ਵਾਰੀ ਕਈਆਂ ਨੇ ਤਾਂ ਦੱਸਿਆ ਜਿਨ੍ਹਾਂ ਨੇ ਗਰਮੀਆਂ ਦੇ ਵਿੱਚ ਬਣਾਇਆ ਕਿ ਉਹਨਾਂ ਦਾ ਜਿਹੜਾ ਢੱਕਣ ਸੀਗਾ ਇੰਨੀ ਗੈਸ ਬਣ ਗਈ, ਉਹਦੇ ਨਾਲ ਢੱਕਣ ਉੱਡ ਗਈ। ਸੋ ਉਹ ਕੋਈ ਗੱਲ ਨਹੀਂ, ਤੁਸੀਂ ਉੱਥੇ ਰੱਖ ਸਕਦੇ ਹਾਂ। ਅਤੇ ਉਹ ਤੁਸੀਂ ਜਦੋਂ ਉਹਦੇ ਵਿੱਚ ਮੈਲਟ ਹੋ ਗਈਆਂ ਨਾ, ਫਿਰ ਉਹਨਾਂ ਨੂੰ ਪੁਣ ਕੇ ਕੱਚ ਦੀਆਂ ਸ਼ੀਸ਼ੀਆਂ 'ਚ ਪਾ ਕੇ ਤਾਂ ਤੁਸੀਂ ਆਪਣੀ ਫਰਿੱਜ ਦੇ ਵਿੱਚ ਰੱਖ ਲਓ। ਬਹੁਤ ਜ਼ਿਆਦਾ ਪੈਗ ਨਹੀਂ ਬਣਾਉਣੇ, ਸਿਰਫ ਅਤੇ ਸਿਰਫ ਉਹਦਾ 1 ਚਮਚਾ ਸਵੇਰ ਨੂੰ ਭਾਵੇਂ ਕੋਸੇ ਪਾਣੀ ਦੇ ਨਾਲ ਲੈ ਲਓ। ਅਤੇ ਕਈ ਲੋਕ ਆ ਜਿਹੜੇ ਉਹ ਬੋਡੀ ਐਪੋ ਆਪਣੀ ਆ, ਹਰ ਇੱਕ ਦੇ ਅੰਦਰ ਉਹ ਚੀਜ਼ ਨਹੀਂ ਲੰਘਦੀ, ਅਤੇ ਥੋੜ੍ਹੇ ਕੋਸੇ ਪਾਣੀ ਨਾਲ ਲੈ ਲਓ, ਉੱਤੋਂ ਕੁਛ ਮਾੜਾ ਮੋਟਾ ਮੂੰਹ ਦੇ ਵਿੱਚ ਪਾਉਣਾ ਆ ਤੁਸੀਂ ਪਾ ਸਕਦੇ ਹਾਂ, ਤਾਂ ਪਰ ਅੱਧਾ ਪੌਣਾ ਘੰਟਾ ਬਾਅਦ ਵਿੱਚ ਕੁਛ ਖਾਣਾ ਨੀਗਾ, ਉਹ ਬਾਅਦ ਵਿੱਚ ਖਾਣਾ। ਉਹਦੇ ਨਾਲ ਕਈ ਹੋਰ ਬਿਮਾਰੀਆਂ ਨੂੰ ਵੀ ਆਰਾਮ ਆਇਆ। ਪਰ ਤੁਸੀਂ ਆਪਣੀ ਬੋਡੀ ਦੇਖ ਕੇ ਚੀਜ਼ਾਂ ਲੈਣੀਆਂ ਇਹ, ਕਿ ਤੁਹਾਨੂੰ ਕੋਈ ਲੱਗਦਾ ਤਾਂ ਨਹੀਂ ਪਹਿਲੇ ਦਿਨ ਹੀ ਕੋਈ ਤੁਹਾਨੂੰ ਕੋਈ ਇਹਦਾ ਕੋਈ ਸਾਈਡ ਇਫੈਕਟ ਹੈ ਜਾਂ ਕੁਛ ਵੀ ਆ, ਫਿਰ ਨਹੀਂ ਲੈਣਾ। ਇਹ ਜਿਹੜੀਆਂ ਚੀਜ਼ਾਂ ਦੇਸੀ ਚੀਜ਼ਾਂ ਦੀ ਆਪਾਂ ਗੱਲ ਕਰਦੇ ਹਾਂ ਨਾ, ਸਾਈਡ ਇਫੈਕਟ ਨਹੀਂ ਉਹਨਾਂ ਦੇ, ਬਾਏ ਗਰਮੀ ਜ਼ਰੂਰ ਹੁੰਦੀ ਆ। ਪਰ ਜਿਹੜੀ ਚੀਜ਼ ਲੈਣੀ ਆ ਉਹ ਥੋੜ੍ਹੀ ਲੈਣੀ ਆ, ਬਹੁਤ ਜ਼ਿਆਦਾ ਨਹੀਂ ਲੈਣੀ। ਜਿੱਦਾਂ ਮੈਂ ਆਹ ਦੱਸਿਆ ਜਿਹੜਾ ਕੋਡਾਂ ਵਾਲਾ, ਇਹ ਸਿਰਫ ਅਤੇ ਸਿਰਫ 1 ਚਮਚਾ ਹੀ ਲੈਣਾ, ਸਿੱਧਾ ਨਹੀਂ ਪੀ ਹੁੰਦਾ ਕਈਆਂ ਤੋਂ, ਪਾਣੀ 'ਚ ਪਾ ਲਓ, ਪਾਣੀ 'ਚ ਪਾ ਕੇ ਤੁਸੀਂ ਉਹ ਲੈ ਲਓ। ਬੇਸ਼ੱਕ ਜਦੋਂ ਤੁਸੀਂ ਤੜਕੇ ਉੱਠਦੇ ਆ ਉਹ ਲੈ ਕੇ ਫਿਰ ਤੁਸੀਂ ਦੁਬਾਰਾ ਸੌ ਸਕਦੇ ਆ। ਬਹੁਤ ਜ਼ਿਆਦਾ ਚੀਜ਼ ਆ, ਪਾਣੀ ਵੀ ਬਹੁਤ ਜ਼ਿਆਦਾ ਪੀ ਲਓ ਨਾ, ਉਹ ਵੀ ਨੁਕਸਾਨ ਕਰ ਲੈਂਦਾ ਆ। ਅਗਲੇ ਕਾਲਰ ਨੇ ਸਾਡੇ ਗੁਰਨਾਮ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਕਿਹਾ ਲਾਸਟ ਨਾ ਆਪਣੇ ਬੇਸਣ ਵਾਲਾ ਕੋਈ ਇਲਾਜ ਦੱਸ ਦਿਓ, ਬੇਸਣ ਵਾਲੀ ਜਿਹੜੀ ਬਰਫੀ ਬਣਾਉਣਾ ਨਾ। ਅੱਛਾ ਠੀਕ ਆ, ਹਾਂਜੀ ਉਹ ਦੱਸ ਦਿਓ ਜ਼ਰੂਰ। ਥੈਂਕ ਯੂ ਜੀ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਬੇਸਣ ਜਿਹੜਾ ਫਟਕੜੀ ਵਾਲਾ ਆ, ਤਾਂ ਇੱਕ ਅੱਧਾ ਮਿੰਟ ਮੈਂ ਵੇਟ ਕਰੂੰਗੀ, ਜੇ ਕਿਸੇ ਨੇ ਦੱਸਣਾ ਤਾਂ ਤੁਸੀਂ ਦੱਸ ਦਿਓ, ਜਿਨ੍ਹਾਂ ਨੇ ਜਿਹੜੇ ਬਹੁਤ ਬਣਾਉਂਦੇ ਆ। ਪਰ ਉਹਦਾ ਫਰਕ ਬਹੁਤ ਹੈਗਾ ਲੋਕਾਂ ਨੂੰ, ਜਿਹੜੇ ਖਾਂਦੇ ਆ ਬਣਾ ਕੇ, ਉਹ ਬੜੇ ਆਰਾਮ ਦੇ ਨਾਲ ਚੀਜ਼ ਬਣਾਉਣ ਵਾਲੀ ਆ। ਜਿਨ੍ਹਾਂ ਦੇ ਕੋਲ ਟਾਈਮ ਹੁੰਦਾ ਆ, ਤੱਤ ਭਲੱਤਾ ਜਾ ਨਾ ਕਰਿਓ ਕਿ ਲੂ ਲਾ ਹੋ ਜਾਏ ਕੁਛ ਵੀ, ਉਹ ਤੁਸੀਂ ਜ਼ਰੂਰ ਬਣਾ ਕੇ ਰੱਖੋ। ਜਿਹਨੇ ਨਹੀਂ ਬਣਾਇਆ ਉਹ ਵੀ ਤੁਸੀਂ ਬਣਾ ਕੇ ਰੱਖ ਸਕਦੇ ਹਾਂ, ਅਤੇ ਉਹ ਰੋਜ਼ ਤੁਸੀਂ ਚਾਹ ਦੇ ਨਾਲ ਲੈ ਸਕਦੇ ਹਾਂ। ਮਿੱਠਾ ਆਪਣੀ ਮਰਜ਼ੀ ਦੇ ਨਾਲ ਵੀ ਪਾ ਸਕਦੇ ਹਾਂ, ਕਿਉਂਕਿ ਕਈਆਂ ਨੂੰ ਮਿੱਠੇ ਤੋਂ ਬਹੁਤ ਹੈਗੀ ਆ। ਮਿੱਠੇ ਦੀ ਜਗ੍ਹਾ 'ਤੇ ਤੁਸੀਂ ਜਾਂ ਮਿਸ਼ਰੀ ਪਾ ਲਓ, ਸ਼ੱਕਰ ਪਾ ਲਓ, ਜੋ ਵੀ ਮਰਜ਼ੀ ਆ ਉਹ ਪਾਉਣਾ ਆ। ਵੈਸੇ ਉਹਦਾ ਕਹਿੰਦੇ ਹੁੰਦੇ ਆ ਕਿ 1/2 ਕਿਲੋ ਘਿਓ ਲੈਣਾ ਆ। ਬਹੁਤੀ ਵਾਰੀ ਇਹ ਇੱਕ ਵੇਰਵਾ ਪਾਇਆ ਜਾਂਦਾ ਕਿ ਗਾਂ ਦੇ ਮੱਖਣ ਤੋਂ, ਗਾਂ ਦੇ ਦੁੱਧ ਤੋਂ ਜਿਹੜਾ ਮੱਖਣ ਬਣਿਆ ਉਹਦਾ, ਇੱਥੇ ਗਾਈਆਂ ਦਾ ਦੁੱਧ ਹੀ ਹੁੰਦਾ ਵੈਸੇ, ਕਿਉਂਕਿ ਜੇ ਹੁਣ ਆਪਾਂ ਇਹਨਾਂ ਕੰਟਰੀਆਂ ਦੇ ਵਿੱਚ ਰਹਿੰਦੇ ਹਾਂ ਨਾ, ਆਪਾਂ ਬਟਰ ਇੱਥੋਂ ਹੀ ਲੈਣਾ। ਬਟਰ ਤੁਸੀਂ ਕਾੜ ਲਿਆ ਅਤੇ 1/2 ਕਿਲੋ ਲੈਣਾ ਆ, ਅੰਦਾਜ਼ੇ ਹੁੰਦੇ ਆ, ਮੇਰਾ ਖਿਆਲ ਨਹੀਂ ਕੋਈ ਬਹੁਤਾ ਮਿਣਦਾ ਹੋਊਗਾ। ਅਤੇ 1/2 ਕਿਲੋ ਬਟਰ ਲੈ ਕੇ, ਆਪਣੇ ਬਟਰ ਨਹੀਂ ਲੈਣਾ ਜੀ, ਘਿਓ ਲੈਣਾ ਦੇਸੀ, ਉਹਨੂੰ ਤੁਸੀਂ ਟਾਈਟ ਮੂੰਹ ਵਾਲੇ ਪਤੀਲੇ 'ਚ ਪਾ ਲੈਣਾ। ਟਾਈਟ ਮੂੰਹ ਵਾਲਾ ਤਾਂ ਹੁਣ ਕੁੱਕਰ ਹੀ ਆ, ਉਹਦੇ ਵਿੱਚ ਉਹਨੂੰ ਮੀਡੀਅਮ ਅੱਗ ਦੇ ਉੱਤੇ ਰੱਖਣਾ। ਉਹਦੇ ਉੱਪਰ ਹੁਣ ਜਿਹੜੀਆਂ ਛਾਨਣੀਆਂ ਜਿਹੀਆਂ ਮਿਲ ਜਾਂਦੀਆਂ, ਜਿੱਦਾਂ ਚਾਹ ਪਾਉਣੀ ਹੁੰਦੀ ਹੈ ਨਾ, ਉਹ ਤੋਂ ਵੱਡੀਆਂ ਮਿਲ ਜਾਂਦੀਆਂ, ਉਹ ਰੱਖ ਦਿਓ। ਉਹਦੇ ਵਿੱਚ 100 ਗ੍ਰਾਮ ਆਪੂ ਤੁਸੀਂ ਫਟਕੜੀ ਚਿੱਟੀ ਪਾਉਣੀ ਆ, ਰੱਖਣੀ ਆ ਉਹਦੇ ਵਿੱਚ, ਅਤੇ ਉੱਤੋਂ ਬੇਸ਼ੱਕ ਫੋਇਲ ਪੇਪਰ ਲਾ ਦਿਉ, ਵਿੱਚ ਥੋੜ੍ਹੀ ਜਿਹੀ ਮੋਰੀ ਕੱਢ ਦਿਉ ਤਾਂ ਕਿ ਭਾਫ਼ ਵੀ ਨਿਕਲਦੀ ਰਹੇ, ਅਤੇ ਉਹ ਫਿਰ ਮੇਰੇ ਖਿਆਲ ਦੇ ਵਿੱਚ 1/2 ਘੰਟੇ ਦੇ ਵਿੱਚ ਹੀ ਕਹਿੰਦੇ ਉਹ ਮੈਲਟ ਹੋ ਜਾਂਦੀ ਆ ਵਿੱਚ। ਜਦੋਂ ਮੈਲਟ ਹੋ ਜਾਂਦੀ ਆ ਵਿੱਚ, ਅਤੇ ਕਈਆਂ ਦੇ ਤਾਂ ਉਹ ਜਿੱਦਾਂ ਖਿੱਲਾਂ ਹੁੰਦੀਆਂ ਆ, ਖਿੱਲਾਂ ਜਿਹੀਆਂ ਵੀ ਬਣ ਜਾਂਦੀਆਂ ਆ, ਅਤੇ ਕਈਆਂ ਦੇ ਉਹ ਰੋਟੀ ਜਿਹੀ ਅੰਗ ਪੇਪੜੀ ਜਿਹੀ ਵੀ ਬਣ ਜਾਂਦੀ ਆ, ਜਿਹੜੀ ਉੱਤੇ ਜੰਮ ਜਾਂਦੀ ਆ, ਅਤੇ ਉਹਨੂੰ ਫਿਰ ਠੰਡਾ ਕਰ ਲਓ। ਉਹ ਜਿਹੜੀ ਜੰਮ ਗਈ ਆ ਜਾਂ ਖਿੱਲਾਂ ਜਿਹੀਆਂ ਬਣੀਆਂ ਆ, ਉਸ ਫਟਕੜੀ ਨੂੰ ਲਾ ਕੇ ਤੁਸੀਂ ਸਾਈਡ 'ਤੇ ਰੱਖ ਲਓ, ਉਹ ਨਹੀਂ ਪਾਉਣੀ ਵਿੱਚ, ਘਿਓ ਰੱਖਣਾ, ਘਿਓ ਪੁਣ ਕੇ ਰੱਖ ਲਓ ਤੁਸੀਂ। ਅਤੇ ਉਸ ਤੋਂ ਬਾਅਦ 1/2 ਕਿਲੋ ਘਿਓ ਹੋਰ ਲੈ ਕੇ, ਤੁਸੀਂ ਜਿਹੜਾ ਬੇਸਣ ਆ ਨਾ, ਕਈ 1.5 ਕਿਲੋ ਕਹਿੰਦੇ ਆ, ਕੋਈ 1 ਕਿਲੋ ਕਹਿੰਦੇ ਆ, ਉਹ ਆਪਣੇ ਅੰਦਾਜ਼ੇ ਦੇ ਨਾਲ ਉਹਦੇ ਵਿੱਚ ਭੁੰਨ ਲੈਣਾ ਆ। ਭੁੰਨ ਕੇ ਅਤੇ ਫਿਰ ਤੁਸੀਂ ਜਦੋਂ ਭੁੱਜ ਗਿਆ, ਉਹਦੇ ਵਿੱਚ ਤੁਹਾਨੂੰ ਖੁਸ਼ਬੂ ਆ ਗਈ ਆ ਕਿ ਭੁੱਜ ਗਿਆ, ਅਤੇ ਫਿਰ ਤੁਸੀਂ ਉਹ ਜਿਹੜਾ ਘਿਓ ਪੁਣ ਕੇ ਰੱਖਿਆ ਹੋਇਆ ਆ, ਉਹ ਫਿਰ ਵਿੱਚ ਤੁਸੀਂ ਉਹਦੇ ਪਾ ਦੇਣਾ, ਜਿਹੜਾ ਫਟਕੜੀ ਵਾਲਾ ਘਿਓ ਆ, ਉਹੀ ਅਸਲ ਦੇ ਵਿੱਚ ਦਵਾਈ ਆ। ਬਾਕੀ ਖਾਣ ਦੇ ਤਰੀਕੇ ਆ ਚੀਜ਼ਾਂ ਨੂੰ, ਪਰ ਉਹੀ ਦਵਾਈ ਆ। ਬਾਕੀ ਜਿਹੜੀ ਤੁਸੀਂ ਉਹ ਬੇਸਣ ਦੇ ਵਿੱਚ ਰਲਾ ਲੈਣਾ, ਮਿੱਠਾ ਰਲਾ ਲਿਆ, ਅਤੇ ਬਹੁਤੇ ਲੋਕ ਪੰਜੀਰੀ ਜਿਹੀ ਰੱਖ ਲੈਂਦੇ ਆ, 1-2 ਚਮਚੇ ਖਾ ਲੈਂਦੇ ਆ, ਕਈ ਉਹਨੂੰ ਜਮਾ ਲੈਂਦੇ ਆ, ਉਹਦੀਆਂ ਟੁਕੜੀਆਂ ਜਮਾ ਲੈਂਦੇ ਆ, ਤਾਂ ਉਹਨਾਂ ਨੂੰ ਖਾ ਲੈਂਦੇ ਆ ਲੈ ਕੇ ਚਾਹ ਚੂਹ ਦੇ ਨਾਲ, ਜਿਸ ਤਰ੍ਹਾਂ ਵੀ ਕਿਸੇ ਨੇ ਖਾਣੀ ਹੁੰਦੀ ਆ।
ਤੇ ਉਹ ਤੁਸੀਂ ਰੱਖ ਸਕਦੇ ਹਾਂ, ਉਹ ਤੁਹਾਨੂੰ ਫਰਿੱਜ ਵੀ ਰੱਖਣ ਦੀ ਲੋੜ ਨਹੀਂ ਹੈਗੀ। ਇਹ ਇੱਕ ਦਵਾਈ ਆ, ਇਹਦੇ ਤੋਂ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਆਰਾਮ ਆਇਆ, ਬਹੁਤ ਜ਼ਿਆਦਾ ਬਿਮਾਰੀਆਂ ਦੀ ਜਿਹੜੀ ਆ ਉਹ ਫੀਡਬੈਕ ਆਈ ਆ। ਅਤੇ ਨੁਕਸਾਨ ਕੋਈ ਨਹੀਂ ਹੈਗਾ ਜੀ ਇਸ ਦਾ, ਜੇ ਕੋਈ ਕਹੇ ਵੀ ਹਾਂ ਮੈਨੂੰ ਤਾਂ ਕੋਈ ਬਿਮਾਰੀ ਨਹੀਂ ਹੈਗਾ, ਤਾਂ ਉਹਦਾ ਨੁਕਸਾਨ ਨਹੀਂ ਕੋਈ ਵੀ, ਕੋਈ ਸਾਈਡ ਇਫੈਕਟ ਨਹੀਂ ਹੈਗੇ ਉਹਦੇ। ਉਹ ਤੁਸੀਂ ਫਿਰ ਆਪਣੇ ਹਿਸਾਬ ਦੇ ਨਾਲ ਮਿੱਠਾ ਪਾ ਕੇ ਤਾਂ ਉਸ ਚੀਜ਼ ਨੂੰ ਖਾ ਸਕਦੇ, ਪਰ ਉਹਦੇ ਵਿੱਚ ਤੁਸੀਂ ਕੁਛ ਹੋਰ ਨਹੀਂ ਰਲਾਉਣਾ। ਕਈ ਵਾਰ ਹੁੰਦੇ ਨਾ ਮਗਜ਼ ਰਲਾ ਲਓ, ਬਦਾਮ ਰਲਾ ਲਓ, ਵਧੀਆ ਬਣ ਜੂਗਾ, ਨਹੀਂ ਹੋਰ ਕੁਛ ਨਹੀਂ ਰਲਾਉਣਾ। ਸਿਰਫ ਅਤੇ ਸਿਰਫ ਉਹਨੂੰ ਤੁਸੀਂ ਇਸੇ ਤਰ੍ਹਾਂ ਪੰਜੀਰੀ ਬਣਾ ਕੇ ਰੱਖਣੀ ਆ ਅਤੇ ਉਹ ਖਾਓ। ਤਾਂ ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ, ਜਿਹੜੇ ਲੋਕ ਖਾਂਦੇ ਆ ਰੋਜ਼ ਖਾਂਦੇ ਆ ਉਹ, ਅਤੇ ਫੀਡਬੈਕ ਜ਼ਰੂਰ ਦੇ ਦਿਆ ਕਰੋ। ਕਈ ਵਾਰ ਮੈਨੂੰ ਹੀ ਦੱਸ ਦਿੰਦੇ ਆ, ਪਰ ਨਹੀਂ ਜੇ ਪ੍ਰੋਗਰਾਮ ਦੇ ਵਿੱਚ ਉਹਦੀ ਫੀਡਬੈਕ ਦੇ ਦਿਉ ਤਾਂ ਬਹੁਤ ਵਧੀਆ ਲੱਗੂਗਾ, ਅਤੇ ਫੀਡਬੈਕ ਬਹੁਤ ਜ਼ਰੂਰੀ ਆ। ਅਤੇ ਹੁਣ ਪ੍ਰੋਗਰਾਮ ਦੀ ਸਮਾਪਤੀ ਆ, ਇਹ ਪ੍ਰੋਗਰਾਮ ਅਗਲੇ ਐਤਵਾਰ ਰਿਪੀਟ ਸੁਣ ਰਹੇ ਹੋਵੋਗੇ, ਅਤੇ ਜਗਵੀਰ ਸਿੰਘ ਜੀ ਵੀਰਵਾਰ ਹੁੰਦੇ ਨੇ ਅਤੇ ਤੁਸੀਂ ਉਹ ਪ੍ਰੋਗਰਾਮ ਵੀ ਸੁਣਨਾ। ਅਤੇ ਹੁਣ ਮੈਂ ਤੁਹਾਡੇ ਤੋਂ ਲੈਂਦੀ ਇਜਾਜ਼ਤ, ਆਪ ਸਭ ਨੂੰ ਹੀ ਪਿਆਰ ਭਰੀ